ਉਹ ਕੰਮ ਕਰਨ ਦਾ। ਅਸੀਂ ਆਪਣੇ ਨਬੀ ਦੇ ਨਾਲ ਦਾ ਕਿਸੇ ਨੂੰ ਸਮਝਦੇ ਹੀ ਕੋਈ ਨਹੀਂ, ਅਸੀਂ ਕਿਸੇ ਨੂੰ ਹੱਕ ਸਰ ਨਹੀਂ ਤੁਸੀਂ ਨਹੀਂ ਸਮਝਦੇ ਨਾ, ਨਹੀਂ ਸਮਝਦੇ, ਲੇਕਿਨ ਦੁਸ਼ਮਣ ਤੇ ਇਹ ਗੱਲ ਨਹੀਂ ਨਾ ਸਮਝਦੇ, ਦੁਸ਼ਮਣ ਤੇ ਨਹੀਂ ਨਾ ਸਮਝਣਗੇ। ਦੁਸ਼ਮਣ ਆਪਣੇ ਮੁਲਕ ਚ ਜੋ ਮਰਜ਼ੀ ਜਾ ਕੇ ਕਾਨੂੰਨ ਬਣਾਉਂਦੇ, ਆਪਣਾ ਮੁਲਕ, ਆਪਣਾ ਮੁਲਕ ਹੁਣ ਕਿੱਥੇ ਆ ਗਿਆ ਵਿੱਚ, ਟਿਕਟਾਕ ਕਿਸੇ ਦਾ ਮੁਲਕ ਤੇ ਨਹੀਂ ਨਾ ਆਇਆ। ਨਹੀਂ ਹੁਣ ਪਤਾ ਨਹੀਂ ਤੁਸੀਂ ਗੱਲ ਕਿਹੜੇ ਸੈਂਸ ਚ ਕਰਨਾ ਚਾਹੁੰਦੇ ਹੋ। ਸੈਂਸ ਹੁਣ ਵੇਖੋ ਨਾ, ਤੁਹਾਨੂੰ ਗੱਲ ਮੇਰੀ ਸਮਝ ਆ ਗਈ, ਲੇਕਿਨ ਤੁਹਾਡੇ ਕੋਲ ਜਵਾਬ ਨਹੀਂ ਹੈ। ਨਹੀਂ 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 ਬਿਲਕੁਲ ਨਹੀਂ ਸਮਝ ਆਈ, ਜਵਾਬ ਨਹੀਂ ਹੈ, ਬਿਲਕੁਲ ਨਹੀਂ, ਤੁਹਾਡੀ ਗੱਲ ਵਾਜ਼ੇ ਨਹੀਂ ਹੈ। ਮੈਂ ਤੁਹਾਨੂੰ ਪਹਿਲੇ ਵੀ ਅਰਜ਼ ਕੀਤਾ ਹੈ ਕਿ ਅਸੀਂ ਨਬੀ ਅਲੈਹਿਸਸਲਾਤੁ ਵਸਸਲਾਮ ਤੋਂ ਵੱਧ ਕੇ ਇਸ ਦੁਨੀਆ ਦੇ ਉੱਤੇ ਕਿਸੇ ਬੰਦੇ ਨੂੰ ਸਮਝਦੇ ਨੇ, ਕਿਸੇ ਇਨਸਾਨ। ਹਾਂਜੀ, ਜਿਹੜੇ ਉਹਨਾਂ ਦੇ ਦੁਸ਼ਮਣ ਨੇ ਕਿਹਾ ਉਹੀ ਇਹ, ਉਹ ਵੀ ਇਹ ਸਮਝਦੇ ਨੇ, ਉਹ ਪਤਾ ਨਹੀਂ ਕੀ ਸਮਝਦੇ, ਜੋ ਮਰਜ਼ੀ ਸਮਝਦੇ। ਫਿਰ ਆਪਣੇ ਘਰ ਬੈਠ ਹੁਣ ਆਪਣੇ ਮੁਲਕ ਚ ਬੈਠ ਜੋ ਮਰਜ਼ੀ ਸਮਝ। ਅਗਰ ਅਗਰ ਮਿਰਜ਼ਾ ਸਾਹਿਬ ਦੇ ਜਿਹੜੇ ਦੁਸ਼ਮਣ ਨੇ, ਯਾਨੀ ਕਿ ਤੁਸੀਂ ਜੋ ਕੰਮ ਤੁਸੀਂ ਕਰਦੇ ਹੋ ਮਿਰਜ਼ਾ ਸਾਹਿਬ ਵਾਸਤੇ, ਉਸਮਾਨ ਅਲੀ ਰਿਜ਼ਵੀ ਕਰਦਾ, ਮਲਕ ਕੈਸਰ ਕਰਦਾ, ਬ੍ਰਿਸ਼ਟਰ ਸਾਹਿਬ ਕਰਦੇ ਨੇ, ਆਕਾਸ਼ ਮਲਿਕ ਕਰਦਾ, ਮਲਕ ਬਾਈਲੋ ਕਰਦਾ, ਸ਼ਾਹਿਦ ਕਰਦਾ, ਸ਼ਾਰਪ ਸ਼ੂਟਰ ਕਰਦਾ, ਠੀਕ ਹੈ, ਦੁਸ਼ਮਣ ਹੈ ਨਾ, ਦੁਸ਼ਮਣ ਹੈ ਸਾਰੀ ਮੁਸਲਿਮ ਉਮਮਤ ਦਾ ਹੀ ਨਾਂ ਲੈ ਸੜੋ। ਹਾਂ ਸਾਰੀ ਉਮਮਤ, ਚਲੋ ਮੈਂ ਨਹੀਂ, ਮੈਂ ਮੋਟੇ ਮੋਟੇ ਜਿਹੜੇ ਇੱਥੇ ਟਿਕਟੋਕ ਤੇ, ਕਿਉਂਕਿ ਅਸੀਂ ਟਿਕਟੋਕ ਦੀ ਹੱਦ ਤੱਕ ਗੱਲ ਕਰ ਰਹੇ ਹਾਂ, ਤੁਸੀਂ ਵੀ ਇੱਕ ਮੁੱਦਾ ਉਠਾਇਆ, ਉਹ ਟਿਕਟੋਕ ਦੀ ਹੱਦ ਤੱਕ ਮੁੱਦਾ ਉਠਾਇਆ ਨਾ, ਠੀਕ ਹੈ, ਕਿਆ ਤੁਸੀਂ ਉਹੀ ਹੱਕ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਦੁਸ਼ਮਣਾਂ ਨੂੰ ਦਿੰਦੇ ਹੋ? ਬਿਲਕੁਲ ਨਹੀਂ ਦਿੰਦੇ ਹੈ। ਅੱਛਾ ਫਿਰ ਆਪ ਉਹ ਹੱਕ ਕਿਸ ਤਰ੍ਹਾਂ ਇਸਤੇਮਾਲ ਕਰ ਰਹੇ ਹੋ? ਕਿਉਂਕਿ ਅਸੀਂ ਨਬੀ ਪਾਕ ਨੂੰ ਦੁਨੀਆ ਤੇ ਸਭ ਤੋਂ ਅਫਜ਼ਲੁਲ ਬਸ਼ਰ ਸਮਝਦੇ ਹਾਂ। ਤੁਸੀਂ ਸਮਝਦੇ ਹੋ, ਦੁਸ਼ਮਣ ਨਹੀਂ ਨਾ ਸਮਝਦੇ ਭਾਈ। ਦੁਸ਼ਮਣ ਘਰ ਬੈ ਕੇ ਜੋ ਮਰਜ਼ੀ ਸਮਝਦਾ, ਫਿਰ ਦੁਸ਼ਮਣ ਜੋ ਮਰਜ਼ੀ ਸਮਝਦਾ, ਫਿਰ ਅਸੀਂ ਉਹਨੂੰ ਹੱਕ ਕਿੰਜ ਦੇਣਾ? ਉਹ ਨਬੀ ਪਾਕ ਨੂੰ ਮੇਰੀ ਗੱਲ ਸੁਣੋ, ਆਪਣਾ ਤੁਸੀਂ ਵੇਖੋ, ਇਹ ਮਿਆਰ ਚੈੱਕ ਕਰ ਲਓ ਅਮਰ ਨਜ਼ੀਰ ਸਾਹਿਬ, ਮਿਆਰ ਚੈੱਕ ਕਰੋ ਆਪਣਾ ਤੁਸੀਂ। ਹਾਂ ਸੁਣੋ ਸੁਣੋ, ਤੁਸੀਂ ਗੱਲ ਇਹ ਗੱਲ ਕਰ ਰਹੇ ਹੋ ਕਿ ਮੈਂ ਇਹ ਹੱਕ ਰੱਖਣਾ ਵਾ, ਲੇਕਿਨ ਮੈਂ ਕਿਸੇ ਦੇ ਬਾਰੇ ਚ ਗੱਲ ਹੀ ਨੀ ਕਰ ਰਿਹਾ, ਮੈਂ ਤੇ ਇੱਕ ਅਸੂਲ ਵਾਜ਼ੇ ਕਰ ਰਿਹਾ ਤੁਹਾਡੇ ਸਾਹਮਣੇ ਕਿ ਤੁਸੀਂ ਇਹ ਗੱਲ ਕੀਤੀ ਹੈ ਹੁਣੇ ਹੀ ਥੋੜੀ ਦੇਰ ਪਹਿਲਾਂ ਕਿ ਅਸੀਂ ਦੁਸ਼ਮਣ ਆ ਇੱਕ ਚੀਜ਼ ਦੇ, ਮਿਸਾਲ ਦੇ ਤੌਰ ਤੇ ਤੁਸੀਂ ਇਹ ਗੱਲ ਕਹੀ, ਦੂਜਾ ਤੁਸੀਂ ਵੀ ਦੁਸ਼ਮਣ ਹੋ ਕਿਸੇ ਨਬੀ ਦੇ, ਠੀਕ ਹੈ, ਹੁਣ ਜੋਜ਼ੋ ਮਸੀਹ, ਯਾਨੀ ਮੈਂ ਕਿਸ ਹੋਰ ਬੰਦੇ ਦਾ ਨਾਮ ਹੀ ਨਾ ਇੱਕ ਵਾਰੀ ਤੁਸੀਂ ਵਿੱਚ ਲਵੋ, ਤੁਸੀਂ ਸਿਰਫ ਸਿਰਫ ਇੱਕ ਵਾਰੀ ਕਰੋ ਕਿ ਦੁਸ਼ਮਣ ਤੇ ਲਫ਼ਜ਼ ਤੇ ਆਇਓ ਕਿ ਇੱਕ ਤੁਸੀਂ ਦੁਸ਼ਮਣ ਹੋ ਮਿਰਜ਼ਾ ਸਾਹਿਬ ਦੇ, ਇੱਕ ਦੁਸ਼ਮਣ ਨੇ ਹਜ਼ਰਤ ਮੁਹੰਮਦ ਸੱਲ ਸਲਮ ਦੇ, ਠੀਕ ਹੈ, ਤੁਹਾਡੀ ਨਜ਼ਰ 'ਚ ਹਜ਼ਰਤ ਮੁਹੰਮਦ ਸੱਲ ਸਲਮ ਸਾਰੀ ਦੁਨੀਆ ਤੋਂ ਅਫਸਲ ਨੇ, ਠੀਕ ਹੈ, ਲੇਕਿਨ ਮੁਹੰਮਦ ਸੱਲ ਸਲਮ ਦੇ ਦੁਸ਼ਮਣ ਉਹਨਾਂ ਤੋਂ ਦੁਸ਼ਮਣ ਇਹਨਾਂ ਚੀਜ਼ ਸਮਝਦੇ ਨੇ ਸਾਰਿਆਂ ਨਾਲ ਅਫਜ਼ਲ? ਮਲਕ ਕੈਸਰ ਸਾਹਿਬ, ਜਾਂ ਨਾ ਕੈਮਰਾ ਬੰਦ ਕਰ ਦਿਓ ਤੇ ਜਾਂ ਸਟਿੱਕਰ ਚੇਂਜ ਕਰ ਦਿਓ ਥੱਲੇ, ਪਤਾ ਨਹੀਂ ਪੁੱਛੋ ਨਾ ਉਹ ਕੈਮਰੇ ਤੋਂ ਤਸਵੀਰਾਂ ਆਉਣੀ ਪੈਰਾਂ ਸ਼ਹਿਰਾਂ ਦੀ। ਅੱਛਾ ਜੀ, ਹਦੀਸ ਲਿਖੀ, ਹਦੀਸ ਲੱਗੀ ਤੇ ਉਹਨਾਂ ਇੰਜ ਲੱਗਦਾ ਜਿਸ ਤਰ੍ਹਾਂ ਕੋਈ ਪੈਰਾਂ। ਓਕੇ ਜੀ ਭਾਈ, 1122 ਸਾਹਿਬ, ਅਸੀਂ ਕਿਸੇ ਬੰਦੇ ਨੂੰ ਹੱਕ ਨਹੀਂ ਦਿੰਦੇ ਨਾ ਦੇ ਸਕਨੇ ਆ ਕਿ ਉਹ ਨਬੀ ਪਾਕ ਦੀ ਕੋਈ ਬੰਦਾ ਤੁਹੀਨ ਕਰੇ, ਭਲੇ ਉਹ ਬਦਤਰੀਨ ਦੁਸ਼ਮਣ ਹੈ ਅੱਲਾਹ ਦਾ, ਅੱਲਾਹ ਦੇ ਨਬੀ ਦਾ, ਅਸੀਂ ਤਾਂ ਉਹਨੂੰ ਹੱਕ ਨਹੀਂ ਦੇ ਸਕਦੇ ਹੈ, ਨਾ ਅਸੀਂ ਉਹਨੂੰ ਬਰਾਬਰੀ ਸਮਝਦੇ ਹਾਂ। ਅਸੀਂ ਉਹਨੂੰ ਹੱਕ ਦੇਵਾਂਗੇ ਜਿਹਨੂੰ ਅਸੀਂ ਬਰਾਬਰ ਸਮਝਾਂਦੇ, ਅਸੀਂ ਨਬੀ ਅਲੈਹਿ ਸਲਾਤੁ ਵਸਲਾਮ ਦੇ ਬਰਾਬਰ ਦਾ ਕਿਸੇ ਨੂੰ ਸਮਝਦੇ ਹੀ ਨਹੀਂ ਹੈ, ਅਸੀਂ ਕਿਸੇ ਨਾ ਕਿਸੇ ਨੂੰ ਹੱਕ ਦੇਵਾਂਗੇ। ਪਰ ਇਹ ਹੱਕ ਤੁਸੀਂ ਰੱਖਦੇ ਹੋ? ਕਿਉਂ ਰੱਖਦੇ ਹਾਂ, ਦੱਸਣੇ ਤੇ ਪਿਆ, ਅਸੀਂ ਰੱਖਦੇ ਹਾਂ, ਰੱਖਦੇ ਹਾਂ। ਈਸਾਈ ਜਿਹੜੇ ਨੇ ਮਿਸਾਲ ਦੇ ਤੌਰ ਤੇ, ਉਹ ਹਜ਼ਰਤ ਮੁਹੰਮਦ ਸੱਲ੍ਲਾ ਸਲਮ ਤੋਂ ਅਫਜ਼ਲ ਸਮਝਦੇ ਨੇ ਹਜ਼ਰਤ ਈਸਾ ਨੂੰ? ਭਾਈ ਆਪਣੇ ਘਰ ਮੈਂ ਦੱਸਿਆ, ਅਫਜ਼ਲ ਸਮਝਦੇ ਨੇ, ਨਹੀਂ ਅਫਜ਼ਲ ਦੀ ਗੱਲ ਕਰ ਰਹੇ ਹੋ ਨਾ, ਜੋ ਮਰਜ਼ੀ ਪਿਆ ਸਮਝੇ, ਜਿਹੜੇ ਯਹੂਦੀ ਨੇ ਉਹ ਹਜ਼ਰਤ ਈਸਾ ਤੋਂ, ਹਜ਼ਰਤ ਮੁਹੰਮਦ ਸੱਲ੍ਲਾ ਸਲਮ ਤੋਂ ਅਫਜ਼ਲ ਸਮਝਦੇ ਨੇ, ਉਹ ਹਜ਼ਰਤ ਈਸਾ ਨੂੰ ਸਮਝਦੇ ਨੇ, ਗੁਰੂ ਨਾਨਕ ਦੇ ਪੈਰੋਕਾਰ ਗੁਰੂ ਨਾਨਕ ਨੂੰ ਸਮਝਦੇ ਨੇ, ਹਾਂ ਸਾਰੇ ਸਮਝਦੇ ਨੇ। ਤੁਸੀਂ ਮਿਆਰ ਹੀ ਛੱਡ ਦਿਓ ਨਾ, ਤੁਹਾਡੇ ਮਿਰਜ਼ਾ ਸਾਹਿਬ ਨੂੰ ਤੁਸੀਂ, ਤੁਹਾਡੇ ਵਾਸਤੇ ਰਿਹਾ, ਤੁਹਾਡੇ
ਨਹੀਂ ਤੁਹਾਡੇ ਤੁਹਾਡੇ ਮਿਰਜ਼ਾ ਵਾਸਤੇ ਸਾਹਿਬ ਰਿਹਾ, ਕਹਿੰਦੇ ਤੁਹਾਡੇ ਨੇ, ਤੱਕ ਮਹਦੂਦ ਰਿਹਾ। ਤੁਹਾਡੇ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਨਬੀ ਪਾਕ ਵਾਸਤੇ ਸਿਰਫ ਚੰਨ ਨੇ ਗਵਾਹੀ ਦਿੱਤੀ, ਮੇਰੇ ਵਾਸਤੇ ਚੰਨ ਸੂਰਜ ਦੋਵੇਂ ਨੇ ਗਵਾਹੀ ਦਿੱਤੀ, ਉਹ ਉਹ ਵੀ ਸਰ ਆਪਣੇ ਰੂਪ ਮਿਰਜ਼ਾ ਖਤਮ। ਸਾਹਿਬ ਦੀ ਤਾਂ ਇਹ ਗੱਲ ਹੀ ਨਹੀਂ ਹੋ ਰਹੀ, ਮੈਂ ਤੇ ਇੱਕ ਮਿਆਰ ਸੈਟ ਕਰ ਰਿਹਾ, ਲੋਕਾਂ ਦੀਆਂ ਕਿ ਦੇਣੀਆਂ ਤੁਸੀਂ ਆਪਣੀਆਂ ਮਿਆਰ ਦਿਓ ਨਾ ਬਣਾਇਆ ਮਿਸਾਲ ਕੇ, ਇੱਕ ਜਿਹੜੇ ਮਿਆਰ ਤੇ ਤੁਸੀਂ ਖਲੋਤੇ ਹੋ ਨਾ ਅਮਨ ਨਜ਼ੀਰ ਸਾਹਿਬ, ਉਹ ਮਿਆਰ ਤੁਸੀਂ ਅਗਲੇ ਬੰਦੇ ਨੂੰ ਨਹੀਂ ਦੇ ਰਹੇ। ਅੱਛਾ ਤੁਸੀਂ ਇਹ ਜਿਹੜੀ ਵੀਡੀਓ ਸੁਣਾਈ ਏ, ਹਾਂ ਇਹਦੇ ਬਾਰੇ ਤੁਹਾਡਾ ਕੀ ਖਿਆਲ? ਬਸ ਇਹਨਾਂ ਕਿਹੜੀ ਦੱਸੋ। ਕਿਹੜੀ ਮੈਂ ਵੀਡੀਓ ਨਹੀਂ ਸੁਣੀ, ਮੈਂ ਤੇ ਸਿਰਫ ਇੰਨੀ ਗੱਲ ਸੁਣੀ ਏ ਕਿ ਫੁਰਕਾਨ ਦੇ ਬਾਰੇ 'ਚ ਗੱਲ ਹੋ ਰਹੀ ਏ, ਤੇ ਮੈਂ ਤੇ ਇਹੀ ਗੱਲ, ਫੁਰਕਾਨ ਦੇ ਬਾਰੇ 'ਚ ਮੈਂ ਵੀਡੀਓ ਨਹੀਂ ਵੀ ਸੁਣੀ, ਲੇਕਿਨ ਮੈਂ ਇੰਨਾ ਜਾਣਨਾ ਵਾਂ ਕਿ ਫੁਰਕਾਨ ਜਿਹੜਾ ਨਾ ਉਹ ਗੁਸਤਾਖ ਹੀ ਨਹੀਂ ਕਰਦਾ, ਉਹ ਇੰਨਾ ਕੰਮ ਕਰਦਾ ਕਿ ਅਗਰ ਕੋਈ ਹਵਾਲਾ ਕਿਤਾਬ 'ਚੋਂ ਲੈ ਕੇ ਆਉਂਦਾ ਤਾਂ ਕਿਤਾਬ ਦਾ ਹਵਾਲਾ ਪੜਾ। ਇਹ ਸੁਣ ਲਓ ਜੀ, ਹਵਾਲਾ ਵੀ ਸੁਣਾਂਗਾ, ਇੰਜ ਨਹੀਂ ਟੋਟਾ ਨਹੀਂ, ਸ਼ੁਰੂ ਤੋਂ ਸੁਣਾ ਦਾ ਪੂਰਾ, ਤੁਹਾਡੇ ਬੰਦੇ ਬੈਠੇ ਉਹਨਾਂ ਆ ਕੇ ਸ਼ੁਰੂ ਤੋਂ ਪੜ ਕੇ ਸੁਣਾ, ਸੁਣ ਲਓ ਪਹਿਲਾਂ। ਕਿਤਾਬ ਕਿਹੜੀ ਏ? ਤਬਕਾਤ ਇਬਨੇ ਸਾਦ। ਇਹ ਉੱਤੇ ਲਿਖਿਆ ਤਬਕਾਤ ਇਬਨੇ ਕਿਤਾਬ ਹੈ ਕਿ ਨਹੀਂ? ਇੱਕ ਮਿੰਟ ਤੁਸੀਂ ਸੁਣ ਲਓ, ਫਿਰ ਮੈਨੂੰ ਸਵਾਲ ਕਰਿਆ ਜੀ। ਆਵਾਜ਼ ਥੋੜੀ ਉੱਚੀ ਕਰਦੇ ਆ ਮੇਰੇ ਸਾਹਿਬ, ਮੈਂ ਕਰੀਬ ਕਰ ਦੂੰ। ਕਹਤੇ ਹੈ ਕਿ ਮੈਨੇ ਕਹਾ, ਇਹ ਆਪ ਦੇਖੇ, ਇਹ ਕਿਤਨੀ ਖਤਰਨਾਕ ਬਾਤ ਹੈ, ਆਪ ਲੋਗੋਂ ਕੀ ਤਵੱਜੋ ਮੈਂ ਚਾਹੂੰਗਾ। ਉਹ ਕਹਤੇ ਮੈਨੇ ਕਹਾ, ਮੈਨੇ ਤੋ ਕੋਈ ਸ਼ਬਾਹਤ ਨਹੀਂ ਦੇਖੀ। ਫਰਮਾਇਆ, ਕਿਆ ਤੂੰ ਇਸਕੇ ਗੋਰੇ ਰੰਗ ਔਰ ਗੋਸ਼ਤ ਕੋ ਨਹੀਂ ਦੇਖਤੀ? ਮੈਨੇ ਕਹਾ, ਜੋ ਸਿਰਫ ਦਾਈ ਯਾ ਊਂਠਨੀ ਕੇ ਦੂਧ ਸੇ ਪਾਲਾ ਜਾਤਾ ਹੈ, ਵੋ ਗੋਰਾ ਔਰ ਮੋਟਾ ਫਰਬਾ ਹੋ ਹੀ ਜਾਇਆ ਕਰਤਾ ਹੈ। ਦੇਖੇ ਜਿਸੇ ਭੇੜ ਕਾ ਦੁੱਧ ਪਿਲਾਇਆ ਜਾਏ ਉਹ ਫਰਬਾ ਔਰ ਗੋਰਾ ਹੋ ਹੀ ਜਾਤਾ ਹੋਤਾ ਹੈ। ਮਤਲਬ ਇਹ ਕਿ ਉਹਨਾਂ ਨੇ ਕਿਹਾ ਕਿ ਇਸਮੇਂ ਮੇਰੀ ਸ਼ਬਾਹਤ ਨਹੀਂ, ਉਹਨਾਂ ਨੇ ਕਿਹਾ ਕਿ ਕਿਉਂਕਿ ਊਂਠ ਕਾ ਬੱਚਾ ਦੁੱਧ, ਊਂਠ ਕਾ ਦੁੱਧ ਸੇ ਅਗਰ ਦੁੱਧ ਦਿਆ ਜਾਏ ਔਰ ਮੇਰੀ ਗੁਜ਼ਾਰਿਸ਼ ਪਈ ਹੈ, ਪਿਛਲਾ ਜੋ ਸਫ਼ਾ ਹੈ ਨਾ 155, ਉਹ ਪੂਰਾ ਪੜ੍ਹ ਕੇ ਸੁਣਾ ਸਕਦੇ? ਹਾਂ, ਇਹ ਯਹਾਂ ਸੇ ਬਾਤ ਸੇ ਸ਼ੁਰੂ ਕਰੇ ਨਾ, ਯਹਾਂ ਸੇ, ਯਹਾਂ ਸੇ ਪੂਰਾ ਉੱਪਰ ਸੇ ਪੜੋ। ਸ਼ੀਰ ਖਵਾਰ ਗਈ। اچھا شیر خوار کے عبداللہ بن عبد الرحمن کہتے ہیں کہ ابراہیم رضی اللہ عنہ جب پیدا ہوئے تو زنان انصار نے باہم رغبت کی کہ کون انہیں دودھ پلائے، یعنی سب چاہتی تھی کہ ابراہیم کو ہم ہی دودھ پلائیں، کوئی دوسری مردہ نہ ہو۔ رسول اللہ صلی اللہ علیہ وسلم نے ابراہیم رضی اللہ عنہ کو شوہر برا رضی اللہ عنہ تھے، ابن اوس بن خالد بن نجور بن اوف بن
ਮੰਦੂਲ ਬਿਨ ਉਮਰੂ ਬਿਨ ਜ਼ਨਮ ਬਿਨ ਅਦੀ ਬਿਲ ਨਜਾਰ। ਅੱਛਾ ਜੀ, ਇਬਰਾਹਿਮ ਰਜ਼ੀ ਅੱਲਾਹ ਅਨਹੁ ਕੋ ਉਮੇ ਬੁਰਦਾ। ਹਾਂ, ਇਹ ਦੂਸਰੀ ਰਵਾਇਤ ਹੈ, ਮੈਨੂੰ ਸਮਝ ਆ ਗਈ। بالکل جی، انہیں انوائٹ کریں، انہیں بلائیں، دیکھیں یہ ہو سکتا ہے بتا دیں کہ یہ کیوں الزامات لگ رہے ہیں۔ بھائی امی جان کو شباہت نظر نہیں آ رہی، کیا معاملہ ہے؟ 100% وہ جواب دیں گے، وہ بڑے غیرت مند ہیں۔ کیونکہ اعلی حضرت شاید یہی بات لکھ گئے ہیں کہ اعلی حضرت نے جو بات لکھی ہے کہ حضرت عائشہ صدیقہ رضی اللہ تعالیٰ کی طرف انہوں نے ایک بات منسوخ کی ہے کہ انہوں نے ایسی بات کی ہے کہ اگر کوئی اور کہے تو اس کی گردن ماری جائے۔ جی سمجھ آ گئی جی۔ ਮੈਨੂੰ ਇਹਦੇ ਵਿੱਚੋਂ ਤੁਸੀਂ ਪਹਿਲਾਂ ਤਾਰਕ ਸਟੇ ਰੀਅਲ ਸਾਹਿਬ ਨਾਲ ਗੱਲ ਕਰ ਲੈਣ ਦਿਓ ਤੇ ਮਿਹਰਬਾਨੀ ਹੈ। ਕਰ ਲਓ, ਫਿਰ ਤੁਹਾਡੇ ਨਾਲ ਇਸੇ ਇਸ ਗੱਲ ਮੈਂ ਸਾਰੀ ਸੁਣ ਲਈ ਹੈ। ਕਰ ਲਓ ਕਰ ਲਓ। ਰੀਅਲ ਸਾਹਿਬ ਅਸਲਾਮ ਅਲੈਕੁਮ। ਸਟੇ ਰੀਅਲ ਸਾਹਿਬ ਇਹ ਜਿਹੜੀ ਗੁਫ਼ਤਗੂ ਹੁਣ ਹੋਈ ਹੈ, ਹਾਂਜੀ ਹਾਂਜੀ, ਇਹਦੇ 'ਚ ਤੁਹਾਨੂੰ ਜਿਹੜੀ ਫੁਰਕਾਨ ਦੇ ਵੱਲੋਂ ਗੁਸਤਾਖੀ ਨਜ਼ਰ ਆਈ ਹੈ ਉਹ ਕਿਹੜੀ ਨਜ਼ਰ ਆਈ ਹੈ? ਮੈਂ ਇਹਨਾਂ ਨੂੰ ਇਹ ਕਿਹਾ ਕਿ ਗੱਲ ਸੁਣੋ, ਇਹ ਹੁਣ ਉਹਦੇ 'ਚ ਇਹ ਨਿਕਲਿਆ ਕਿ ਜਿਹੜੀ ਗੱਲ ਤੇ ਮੈਂ ਗੌਰ ਕੀਤਾ ਹੈ ਕਿ ਜਿਹੜੇ ਅਲਾਮਾ ਸਾਹਿਬ ਨੇ ਨਾ ਅਲਾ ਹਜ਼ਰਤ, ਅੱਛਾ ਹਾਂਜੀ ਹਾਂਜੀ, ਉਹਨਾਂ ਇਹ ਫਰਮਾਇਆ ਕਿ ਜਿਹੜੀ ਹਜ਼ਰਤ ਆਇਸ਼ਾ ਨੇ ਇਹ ਗੱਲ ਕੀਤੀ ਹੈ ਇਹ ਕੋਈ ਹੋਰ ਕੀਤੀ ਹੁੰਦੀ ਮੁਸਲਮਾਨ ਨੇ ਤੇ ਉਹਦੀ ਧੌਣ ਵੱਢ ਦੇਣੀ ਸੀ। ਬਿਲਕੁਲ, ਇਹ ਤੇ ਮੈਂ ਵੀ ਕਿਤੇ ਸੁਣਿਆ, ਪੜਿਆ ਸੁਣਦਾ, ਪੜਿਆ ਨਹੀਂ ਸੀ, ਇਹ ਤੇ ਉਹਨਾਂ ਦਾ ਹਵਾਲਾ ਦਿੰਦਾ ਪੈਣਾ। ਹਾਂਜੀ, ਮਤਲਬ ਇਨੀਆਂ ਕਿਤਾਬਾਂ ਤੇ ਪਾਬੰਦੀ ਲੱਗੀ, ਇਹਨਾਂ ਨੂੰ ਵੀ ਪਾਬੰਦ, ਇਹਨਾਂ ਨੂੰ ਪਾਬੰਦ, ਮੈਂ ਤੇ ਆਹ ਇਹ ਕਿਹਾ ਇਹਨਾਂ ਨੂੰ ਇਹਨਾਂ ਦੇ ਜਿਹੜਾ ਪਾਬੰਦੀ ਲਾਓ, ਇਹਨਾਂ ਨੂੰ ਸਿਰਫ ਖਾਸ ਜਗ੍ਹਾ ਤੇ ਰੱਖੋ, ਕਿਹੜੀ ਗੁਸਤਾਖੀ ਕੀਤੀ ਹੈ। ਮੈਨੂੰ ਉਹ ਲਫ਼ਜ਼ ਚਾਹੀਦੇ ਨੇ ਕਿ ਜਿਹੜੇ ਫੁਰਕਾਨ ਸਾਹਿਬ ਨੇ ਗੁਸਤਾਖੀ ਕੀਤੀ ਹੈ ਖੁਦ ਆਪਣੇ ਕੋਲੋਂ ਲਫ਼ਜ਼ ਚੜਾ ਕੇ, ਠੀਕ ਹੈ, ਉਹ ਗੁਸਤਾਖੀ ਵਾਲੇ ਮੈਨੂੰ ਲਫ਼ਜ਼, ਕਿਉਂਕਿ ਮੈਂ ਸ਼ਾਇਦ ਸੁਣਨ 'ਚ ਸਮਝ ਨਹੀਂ ਆਈ ਮੈਨੂੰ ਕਿ ਮੈਨੂੰ ਕੋਈ ਗੁਸਤਾਖੀ ਨਜ਼ਰ ਨਹੀਂ ਆਈ, ਤੇ ਕੋਈ ਤੁਸੀਂ ਦੱਸ ਦਿਓ ਕਿ ਕੋਈ ਐਸੇ ਲਫ਼ਜ਼ ਉਹਨੇ ਬੋਲੇ ਨੇ। ਹਾਂ, ਇੱਕ ਬੰਦੇ ਦੀ ਉਹਨਾਂ ਨੇ ਗੁਸਤਾਖੀ ਕੀਤੀ ਹੈ ਇਹ ਮੈਂ ਮੰਨਣਾ ਵਾ ਕਿ ਫੁਰਕਾਨ ਸਾਹਿਬ ਨੇ, ਨਹੀਂ ਉਹ ਵੀ ਫੁਰਕਾਨ ਸਾਹਿਬ ਨੇ ਨਹੀਂ ਕੀਤੀ, ਕਾਹਲੂ ਨੇ ਕੀਤੀ ਹੈ ਗੁਸਤਾਖੀ, ਉਹ ਗੁਸਤਾਖੀ ਉਹਨਾਂ ਨੇ ਮੁਫਤੀ ਮੁਬਸ਼ਰ ਸਾਹਿਬ ਸ਼ਾਹ ਸਾਹਿਬ ਦੀ ਕੀਤੀ ਹੈ। ਇਹ ਮੈਂ ਮੰਨਣਾ, ਇਹ ਮੈਂ ਮੰਨਣਾ ਵਾ ਕਿ ਉੱਥੇ ਗੁਸਤਾਖੀ ਹੋਈ ਹੈ, ਲੇਕਿਨ ਮੁਫਤੀ ਮੁਬਸ਼ਰ ਸ਼ਾਹ ਹਸੈਨ ਸਾਹਿਬ ਦੀ ਬਸ, ਜਿਹੜੀ ਮੈਨੂੰ ਨਜ਼ਰ ਆਈ ਹੈ। ਇਸ ਤੋਂ ਇਲਾਵਾ ਤੁਹਾਨੂੰ ਕੋਈ ਗੁਸਤਾਖੀ ਨਜ਼ਰ ਆਈ ਹੈ? ਨਹੀਂ ਨਹੀਂ, ਉਹਨਾਂ ਦੇ ਇਬਾਰਤ ਦੀ ਪੜ੍ਹੀ ਹੈ ਨਾ ਇਹਨਾਂ ਦੀ। ਹਾਂ ਬਸ ਠੀਕ ਹੈ, ਬਸ ਠੀਕ ਹੈ, ਮੈਂ ਸਿਰਫ ਇਹ ਸਿਰਫ ਤੁਹਾਡੇ ਕੋਲ ਹੁਣ ਨਹੀਂ, ਪਹਿਲੀ ਵਾਰੀ ਮੈਨੂੰ ਵੀ, ਮੇਰੀ ਗੱਲ ਸੁਣੋ, ਪਹਿਲੀ ਵਾਰ ਮੈਨੂੰ ਵੀ ਨਹੀਂ ਸਮਝ ਆਈ ਕਿ ਉਹਨਾਂ ਨੇ ਉਹਨਾਂ ਦਾ ਜਿਹੜੇ ਆਲਾ ਹਜ਼ਰਤ ਨੇ ਉਹਨਾਂ ਦਾ ਫਤਵਾ ਪੜਿਆ। ਮੁੱਕ ਗਈ ਹੋਵੇ ਤੁਹਾਡੀ ਗੱਲ ਤੇ ਮੈਂ ਤੁਹਾਨੂੰ ਨਾ ਉਹ ਦੁਬਾਰਾ ਉੱਥੇ ਲੈ ਆਵਾਂਗਾ। ਦੁਬਾਰਾ ਲੈ, ਦੁਬਾਰਾ ਲੈ, ਲੈ ਲੈ, ਤੁਸੀਂ ਦੱਸ ਦਿਓ ਹੁਣ ਕਿ ਕਿੱਥੇ ਗੁਸਤਾਖੀ ਉਹਨਾਂ ਨੇ। ਮੈਂ ਦੱਸਣਾ, ਮੈਂ ਦੱਸਣਾ ਅਮਰ ਭਾਈ, ਅਗਰ ਮੈਨੂੰ ਜ਼ਿਆਦਾ ਤੇ ਦੱਸ ਸਕਦੇ ਨਹੀਂ, ਮੈਂ ਦੱਸਾਂ ਕੀ ਕੁਝ? ਨਹੀਂ 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 ਨਹੀਂ, ਕੋਈ ਬੰਦਾ ਨਾ ਬੋਲੋ, ਗੱਲ ਇਹ ਹੈ ਇੱਥੇ ਵਨ ਮੈਨ ਸ਼ੋਅ ਚੱਲਣਾ ਜੇ ਸਬਰ, ਮਤਲਬ ਨਹੀਂ ਮੈਂ ਆਪਣੇ ਭਾਈਆਂ ਨੂੰ ਮੈਂ ਕਹਿੰਦਾ ਵੀ ਮੈਂ ਗੱਲ ਇਕੱਲੇ ਨੇ ਗੱਲ ਕਰਨੀ, ਤੁਸੀਂ ਨਹੀਂ ਬੋਲਣਾ। ਅੱਛਾ, ਵਨ ਮੈਨ ਸ਼ੋਅ, ਓ ਪੀਰ ਇਸਤਾਨੀ ਸਾਹਿਬ ਵਾਲਾ, ਠੀਕ ਹੈ ਠੀਕ ਹੈ ਠੀਕ।
ਮੈਂ ਕਹਿਣ ਲਗਾ ਕਿ ਜਿਹੜੀ ਗੱਲ ਤੁਹਾਡੇ ਫਰਕਾਨ ਨੇ ਉਮੁਲ ਮੋਮਿਨਿਨ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਦੇ ਬਾਰੇ ਜਿਹੜੀ ਗੱਲ ਜੋੜਨ ਦੀ ਕੋਸ਼ਿਸ਼ ਕੀਤੀ ਨਾ ਅੱਲਾ ਹਜ਼ਰਤ ਦੀ, ਉਹ ਮੈਂ ਹੁਣ ਤੁਹਾਡੇ ਸਾਹਮਣੇ ਲਾ ਦਿੰਦਾ। ਉਸ ਗੱਲ ਦਾ ਇਸ ਗੱਲ ਨਾਲ ਕੋਈ ਲੈਣ ਦੇਣੀ ਨਹੀਂ ਹੈ। ਉਹ ਮੈਂ ਇਹ ਗੁਸਤਾਖੀ ਹੋ ਗਈ ਤੁਹਾਡੀ ਨਜ਼ਰ 'ਚ? ਨਹੀਂ 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 ਨਹੀਂ, ਗੁਸਤਾਖੀ ਉਹੀ ਹੈ ਜੋ ਸਟੇ ਰੀਅਲ ਸਭ ਪਹਿਲਾਂ ਸਮਝੇ ਨੇ, ਉਹੀ ਗੁਸਤਾਖੀ। ਤੁਸੀਂ ਦੱਸ ਦਿਓ, ਤੁਸੀਂ ਇਹਨਾਂ ਨੂੰ ਪੁੱਛਣੀ ਹੈ ਵੀ ਉਹ ਕੀ ਵੇ, ਨਾ ਉਹ ਜ਼ਬਾਨ ਤੇ ਲਿਆ ਸਕਦੇ ਨੇ ਤੇ ਨਾ ਅਸੀਂ ਜ਼ਬਾਨ ਤੇ ਲਿਆ ਸਕਦੇ ਹਾਂ। ਦੇਖੋ ਹਾਂ, ਅਗਰ ਤੁਸੀਂ ਅਮਨ ਅਜ਼ੀਜ਼ ਸਾਹਿਬ, ਅਗਰ ਤੁਸੀਂ ਠੀਕ ਹੈ ਇੱਕ ਲੈਟਰ ਲਿਖੋ, ਠੀਕ ਹੈ ਇਸ ਕਿਤਾਬ ਦਾ ਨਾਮ ਲਿਖੋ, ਇਸ ਕਿਤਾਬ ਦਾ ਸਫ਼ਾ ਲਿਖੋ, ਠੀਕ ਹੈ ਪਾਕਿਸਤਾਨ ਘਲਾ ਦਿਓ, ਕਿਸੇ ਵੀ ਪਾਰਲੀਮੈਂਟ ਛੋਟੀ ਤੋਂ ਛੋਟੀ ਪਾਰਲੀਮੈਂਟ, ਕਿਸੇ MNA ਤੱਕ, MPA ਤੱਕ ਕਿਸੇ ਕੋਲ ਸਾਈਨ ਕਰਵਾਓ ਕਿ ਇਹ ਕਿਤਾਬ ਪਾਕਿਸਤਾਨ ਦੇ ਵਿੱਚ ਬੈਨ ਹੋਣੀ ਚਾਹੀਦੀ ਹੈ, ਜਿਵੇਂ ਮਿਰਜ਼ਾ ਸਾਹਿਬ ਅਲੈਹਿਸਸਲਾਮ ਦੀਆਂ ਕਿਤਾਬਾਂ ਬੈਨ ਨੇ ਨਾ, ਉਸ ਤਰ੍ਹਾਂ ਇਹ ਕਿਤਾਬ ਬੈਨ ਹੋਣੀ ਚਾਹੀਦੀ। ਅੱਛਾ ਹੁਣ ਮੇਰੇ ਕੋਲ ਨਾ ਟਾਈਮ ਥੋੜਾ ਰਹਿ ਜਾਣਾ, ਮੈਨੂੰ ਗੱਲ ਕਰ, ਤੁਸੀਂ ਸਾਰੀ ਗੱਲ ਇਰਰੈਲੇਵੈਂਟ ਕਰ ਦਿਓ, ਕਰ ਲਓ। ਮੈਂ ਨਹੀਂ ਨਹੀਂ ਇਰਰੈਲੇਵੈਂਟ ਨਹੀਂ, ਇੱਥੇ ਹੀ ਹੋਏਗੀ। ਹਾਂ ਠੀਕ, ਇਸ ਗੱਲ ਦਾ ਉਸ ਗੱਲ ਨਾਲ ਕੋਈ ਲੈਣ ਦੇਣ ਕੋ ਨਹੀਂ। ਇਹ ਵੀ ਅੱਲਾ ਹਜ਼ਰਤ ਦੀ ਇਬਾਰਤ ਜਿਹੜੀ ਉਹ ਪੈ ਕਹਿੰਦਾ ਹੈ ਕਿ ਅੱਲਾ ਹਜ਼ਰਤ ਨੇ ਆਖਿਆ ਕਿ ਜਿਹੜੀ ਗੱਲ ਉਮੁਲ ਮੋਮਿਨੀਨ ਆਇਸ਼ਾ ਸਦੀਕਾ ਰਜ਼ੀ ਅੱਲਾ ਤਾਲਾ ਅਨਹਾ ਨੇ ਕੀਤੀ, ਕੋਈ ਹੋਰ ਕਰਦਾ ਉਹਦੀ ਗਰਦਨ ਮਾਰੀ ਜਾਏ। ਸਵਾਲ ਕੀਤਾ ਅੱਲਾ ਹਜ਼ਰਤ ਕੋਲੋਂ ਕਿ ਅਲਵਾਹ ਤੌਰਾਤ ਤੋਂ ਕਲਾਮੇ ਖੁਦਾ ਹੈ ਉਨਕੇ ਸਾਥ ਹਜ਼ਰਤ ਮੂਸਾ ਨੇ ਇਹ ਵਰਤਾਓ ਕਿਸ ਤਰ੍ਹਾਂ ਕੀਆ, ਯਾਨੀ ਹਜ਼ਰਤ ਮੂਸਾ ਅਲੈਹਿ ਸਲਾਮ ਨੇ ਉਹ ਤਖਤੀਆਂ ਸੁੱਟੀਆਂ ਨਾ ਥੱਲੇ, ਜਿਸ ਵੇਲੇ ਸੈਯਦਨਾ ਹਾਰੂਨ ਅਲੈਹਿ ਸਲਾਮ ਨੂੰ ਆ ਕੇ ਫੜਿਆ ਦਾੜੀ, ਅਤੇ ਉਹ ਤਖਤੀਆਂ ਤੌਰਾਤ ਦੀਆਂ ਥੱਲੇ ਸੁੱਟ ਦਿੱਤੀਆਂ। ਉਹਦੇ ਬਾਰੇ ਸਵਾਲ ਕੀਤਾ ਕਿਸੇ ਬੰਦੇ ਨੇ, ਤਾਂ ਅੱਲਾ ਹਜ਼ਰਤ ਕਹਿੰਦੇ ਨੇ ਕਿ ਹਜ਼ਰਤ ਹਾਰੂਨ ਅਲੈਹਿ ਸਲਾਤ ਵਸਲਾਮ ਨਬੀ ਹੈ ਔਰ ਆਪਕੇ ਬੜੇ ਭਾਈ ਔਰ ਨਬੀ ਕੀ ਤਾਜ਼ੀਮ ਫਰਜ਼ ਹੈ, ਉਨਕੇ ਸਾਥ ਤੋ ਆਪਨੇ ਜਲਾਲ ਕੇ ਵਕਤ ਯੇ ਕੀਆ, ਅਖਜ਼ ਬੇਰਾ ਸੇ ਅਖੀ ਹੈ ਬਜੁਜ਼ ਇਲਾਹ, ਇਨਕਾ ਸਰ ਔਰ ਦਾੜੀ ਪਕੜ ਕਰ ਖੈਂਚਨੇ ਲਗੇ, ਜਾਣੇ ਦੀਜੀਏ, ਯੇ ਤੋ ਆਪਕੇ ਬੜੇ ਭਾਈ ਥੇ। ਸ਼ਬੇ ਮਹਿਰਾਜ ਮੇਂ ਹਜ਼ੂਰ ਅਕਦਸ ਸੱਲੱਲਾਹੁ ਅਲੈਹਿ ਵਸੱਲਮ ਨੇ ਮਲਾਇਜ਼ਾ ਕੀਆ, ਮਲਾਇਜ਼ਾ ਫਰਮਾਇਆ ਕਿ ਕੋਈ ਸ਼ਖਸ ਰੱਬ ਅੱਜ਼ਾ ਵਜਲ ਕੇ ਹਜ਼ੂਰ ਬੁਲੰਦ ਆਵਾਜ਼ ਸੇ ਕਲਾਮ ਕਰ ਰਹਾ ਹੈ। ਅਰਸ਼ਾਦ ਫਰਮਾਇਆ ਹੈ ਜਿਬਰੀਲ ਯੇ ਕੌਣ ਸ਼ਖਸ ਹੈ? ਅਰਜ਼ ਕੀ ਮੂਸਾ ਹੈ? ਫਰਮਾਇਆ ਕਿਆ ਆਪਣੇ ਰੱਬ ਪਰ ਤੇਜ਼ੀ ਕਰਤੇ ਹੈ? ਅਰਜ਼ ਕੀਆ ਕਦ ਅਰਿਫਾ ਰੱਬਹੂ ਹਿੱਦਤ, ਉਨਕਾ ਰੱਬ ਜਾਣਤਾ ਹੈ ਕਿ ਉਨਕਾ ਮਿਜ਼ਾਜ ਤੇਜ਼ ਹੈ, ਖੈਰ ਇਨਕੋ ਵੀ ਜਾਣੇ ਦੀਜੀਏ, ਵੋ ਜੋ ਰੱਬ ਅੱਜ਼ਾ ਵਜਲ ਸੇ ਮਿਊਟ ਕਰੋ ਜੀ, ਵੋ ਜੋ ਰੱਬ ਅੱਜ਼ਾ ਵਜਲ ਸੇ ਅਰਜ਼ ਕੀਆ ਇਸਕੋ ਵੀ ਜਾਣੇ ਦੀਜੀਏ, ਇਨ ਹੈ ਯਾ ਇਲਾ ਫਿਤਨਾ ਤੁਕ, ਇਹ ਕੁਰਾਨ ਦੇ ਉਹ ਆਇਤ ਦਾ ਟੁਕੜਾ ਹੈ ਜਿਹੜਾ ਸੂਰਾ ਆਰਾਫ ਦੀ 155 ਨੰਬਰ ਆਇਤ ਦਾ ਟੁਕੜਾ ਹੈ ਨਾ, ਕਿ ਜਦੋਂ ਮੂਸਾ ਅਲੈਹਿ ਸਲਾਮ ਨੇ ਆਖਿਆ ਅੱਲਾ ਤਾਲਾ ਨੂੰ, ਇਨ ਹੈ ਯਾ ਇਲਾ ਫਿਤਨਾ ਤੁਕ, ਇਹ ਸਭ ਤੇਰੀ ਹੀ ਤਰਫ ਸੇ ਅਜ਼ਮਾਇਸ਼ ਹੈ, ਫਿਤਨਾ ਅਜ਼ਮਾਇਸ਼ ਨੂੰ ਕਹਿੰਦੇ ਨੇ, ਯਹਾਂ ਕਿਆ ਕਹੀਏਗਾ। ਇੱਥੇ ਗੱਲ ਖਤਮ ਕਰਕੇ ਗਏ, ਇਹ ਜਿਹੜਾ ਮੈਂ ਲਾਈਨ ਲਾਈ ਹੈ ਨਾ ਸਬਦ, ਇਹ ਉਹਨੇ ਸਿਰਫ ਇੰਨਾ ਕੋਡ ਕੀਤਾ ਤੁਹਾਡੇ ਫਰਕਾਨ ਨੇ, ਕਹਿੰਦਾ ਉਮੁਲ ਮੋਮਿਨੀਨ ਸਦੀਕਾ ਰਜ਼ੀ ਅੱਲਾ ਤਾਲਾ ਅਨਹਾ ਅਨਹਮਾ ਜੋ ਅਲਫਾਜ਼ ਸ਼ਾਨ ਏ ਜਲਾਲ ਮੇ ਇਰਸ਼ਾਦ ਕਰ ਗਈ ਹੈ, ਸ਼ਾਨ ਏ ਜਲਾਲ ਮੇ ਯਾਨੀ ਅੱਲਾ ਤਾਲਾ ਕੀ ਸ਼ਾਨ ਮੇ, ਦੂਸਰਾ ਕਹੇ ਤੋ ਗਰਦਨ ਮਾਰੀ ਜਾਏ, ਅੰਧੋ ਨੇ ਸਿਰਫ ਸ਼ਾਨ ਏ ਅਬਦੀਅਤ ਦੇਖੀ, ਸ਼ਾਨ ਏ ਮਹਬੂਬੀਅਤ ਸੇ ਆਂਖੇ ਫੂਟ ਗਈ। ਇੱਥੇ ਜਵਾਬ ਖਤਮ ਹੋ ਗਿਆ, ਗੱਲ ਪੂਰੀ ਇੰਨੀ ਹੈ। ਗੱਲ ਅਸਲ ਹੈ ਵੇ, ਅੱਲਾ ਹਜ਼ਰਤ ਪੇ ਕਹਿੰਦੇ ਨੇ ਕਿ ਮੂਸਾ ਅਲੈਹਿ ਸਲਾਮ ਨੇ ਜਿਹੜਾ ਅੱਲਾ ਤਾਲਾ ਦੀ ਸ਼ਾਨ 'ਚ ਆਖਿਆ ਸੀ ਇਨ ਹੈ ਯਾ ਇਲਾ ਫਿਤਨਾ ਤੁਕ, ਜਾਂ ਉੱਪਰ ਵਾਲੇ ਦੋ ਤਿੰਨ ਉਹਨਾਂ ਨੇ ਆਇਤਾਂ ਦੇ ਟੁਕੜੇ ਕੋਡ ਕੀਤੇ ਨੇ, ਕਹਿੰਦੇ ਨੇ ਇਹ ਕਿੰਨੀ ਬੰਦੇ ਨੂੰ ਮਹਿਸੂਸ ਹੁੰਦੀ ਹੈ ਕਿ ਗੁਸਤਾਖੀ ਹੈ, ਬੰਦੇ ਨੂੰ ਲੱਗਦਾ ਕਿ ਅੱਲਾ ਦੇ ਨਬੀ ਨੇ ਮਾਜ਼ ਅੱਲਾ ਗੁਸਤਾਖੀ ਕੀਤੀ ਹੈ। ਕਹਿੰਦੇ ਨੇ ਜਿਹੜੀਆਂ ਉਮੁਲ ਮੋਮਿਨੀਨ ਆਇਸ਼ਾ ਸਦੀਕਾ ਰਜ਼ੀ ਅੱਲਾ ਤਾਲਾ ਅਨਹਾ ਨੇ ਅੱਲਾ ਤਾਲਾ ਦੀ ਸ਼ਾਨ ਵਿੱਚ ਜਿਹੜੀ ਲਫਜ਼ ਆਖੇ ਨੇ
ਉਹ ਕੋਈ ਦੂਜਾ ਆਖੇ ਤੇ ਉਹਦੀ ਤੇ ਗਰਦਨ ਮਾਰ ਦਿੱਤੀ ਜਾਏ। ਇਸ ਗੱਲ ਦਾ ਨਬੀ ਪਾਕ ਦੀ ਇਸ ਗੱਲ ਨਾਲ ਕੋਈ ਲੈਣ ਦੇਣੀ ਕੋਈ ਨਹੀਂ, ਜਿਹੜੀ ਤੁਹਾਡਾ ਫਰਕਾਨ ਪੈ ਜੋੜ ਕੇ ਆਖਦਾ ਨਾ ਕਿ ਉਮਲ ਮੋਮਿਨੀਨ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਕੋਲ ਨਬੀ ਅਲੈਹਿ ਸਲਾਮ ਲੈ ਕੇ ਆਏ ਆਪਣੇ ਬੇਟੇ ਨੂੰ ਤੇ ਆਪਨੇ ਫਰਮਾਇਆ ਕਿ ਵੇਖ ਆਇਸ਼ਾ ਚਲੋ ਉਹ ਬੇਸ਼ੱਕ ਕੋਈ ਮਸਲਾ ਉਹ ਨਹੀਂ 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 ਮੈਨੂੰ ਗੱਲ ਪੂਰੀ ਬਿਆਨ ਕਰਨ ਦਿਓ ਇਹਨੂੰ, ਫਿਰ ਤੁਸੀਂ ਆਪਣੇ ਲਫ਼ਜ਼ਾਂ 'ਚ ਬਿਆਨ ਕਰਕੇ ਮੈਨੂੰ ਮੈਂ ਨਾ ਸਮਝਾਇਓ ਤੂੰ ਕਹਿਣਾ ਕੀ ਚਾਹੁੰਦਾ ਹੈ। ਠੀਕ ਹੈ ਕਿ ਨਬੀ ਪਾਕ ਨੇ ਆਪਣੀ ਜ਼ੌਜਾ ਨੂੰ ਕਿਹਾ ਮੇਰਾ ਬੇਟਾ ਵੇਖ ਕਿੰਨੀ ਮੇਰੇ ਨਾਲ ਮੁਸ਼ਾਬਿਹਤ ਰੱਖਦਾ ਹੈ, ਤੇ ਉਮੁਲ ਮੋਮਿਨੀਨ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਕਹਿਣ ਲੱਗੀਆਂ ਮੈਨੂੰ ਤਾਂ ਕੋਈ ਮੁਸ਼ਾਬਿਹਤ ਨਜ਼ਰ ਨਹੀਂ ਆਉਂਦੀ। ਨਬੀ ਪਾਕ ਨੇ ਫਰਮਾਇਆ ਤੈਨੂੰ ਉਹਦਾ ਗੋਰਾ ਰੰਗ ਨਹੀਂ ਨਜ਼ਰ ਆਉਂਦਾ ਮੇਰੇ ਹਰ ਦਾ, ਤੈਨੂੰ ਉਹਦਾ ਗੋਸ਼ਤ ਨਹੀਂ ਮੇਰੇ ਹਰ ਦਾ ਨਜ਼ਰ ਆਉਂਦਾ। ਤੇ ਉਮੁਲ ਮੋਮਿਨੀਨ ਆਇਸ਼ਾ ਸਦੀਕਾ ਕਹਿਣ ਲੱਗੀ ਨਹੀਂ ਯਾ ਰਸੂਲਲਾ ਇਹ ਤੇ ਉਹ ਦਾਈ ਦਾ ਜਾਂ ਉਹਦਾ ਊਠਣੀ ਦਾ ਦੁੱਧ ਜਿਹੜਾ ਵੀ ਬੱਚਾ ਪੀਂਦਾ ਹੈ ਤੇ ਉਹਦਾ ਰੰਗ ਵੀ ਗੋਰਾ ਹੋ ਜਾਂਦਾ ਤੇ ਉਹਦਾ ਗੋਸ਼ਤ ਵੀ ਇੰਜ ਹੋ ਜਾਂਦਾ। ਐਨੀ ਗੱਲ ਹੈ, ਇਸ ਗੱਲ ਨੂੰ ਠੀਕ ਹੋ ਗਿਆ ਚੁੱਕ ਕੇ ਉਹਨੇ ਇਸ ਗੱਲ ਨਾਲ ਜੋੜਿਆ ਕਿ ਉਮੁਲ ਮੋਮਿਨੀਨ ਆਇਸ਼ਾ ਸਦੀਕਾ ਦੇ ਬਾਰੇ ਆਲਾ ਹਜ਼ਰਤ ਨੇ ਆਖਿਆ ਕਿ ਉਹਨਾਂ ਨੇ ਇੱਕ ਗੱਲ ਐਸੀ ਕਹੀ ਨਬੀ ਪਾਕ ਦੇ ਬਾਰੇ ਮਾਜ਼ ਅੱਲਾਹ, ਹਾਲਾਂਕਿ ਨਬੀ ਪਾਕ ਦੇ ਬਾਰੇ ਹੈ ਨਹੀਂ, ਤੁਹਾਨੂੰ ਮੈਂ ਪੜ੍ਹ ਕੇ ਪੂਰਾ ਸਫ਼ਾ ਸੁਣਾ ਦਿਆਂ। ਮੈਂ ਪੜ੍ਹ ਲਿਆ, ਮੈਂ ਪੜ੍ਹ ਲਿਆ ਮਨੂੰ, ਅਗਰ ਤੁਸੀਂ ਅਗਰ ਵਜ਼ਾਹਤ ਵੀ ਕਰੋਗੇ ਮੈਨੂੰ ਗੱਲ ਦੀ ਸਮਝ ਆ ਗਈ। ਸਮਝ ਆ ਗਈ ਤਾਂ ਕਰ ਲਓ, ਪਹਿਲਾਂ ਦੱਸਿਓ ਵੀ ਇਹ ਕਹਿਣਾ ਕੀ ਚਾਹੁੰਦਾ, ਪਹਿਲਾਂ ਮੈਨੂੰ ਦੱਸਿਓ ਇਹ ਕਹਿਣਾ ਕੀ ਚਾਹੁੰਦਾ। ਮੈਂ ਦੱਸਣ ਲੱਗਾ, ਮੈਂ ਦੱਸਣ ਲੱਗਾ ਤਾਂ ਕਿ ਸਾਹਿਬ ਤਾਂ ਨਹੀਂ ਕਹਿ ਸਕਦੇ ਜਿਹੜਾ ਰਵਈਆ ਫੁਰਕਾਨ ਸਾਹਿਬ ਨੇ ਅਪਣਾਇਆ ਹੋਵੇ ਨਾ, ਇਹ ਰਵਈਆ ਅਸੀਂ ਸਾਰੀ ਦਿਹਾੜੀ ਬਰਾਡਾਂ ਤੇ ਤੁਹਾਡੇ ਮੂੰਹ ਤੋਂ ਬਾਕੀ ਸਾਰਿਆਂ ਦੇ ਮੂੰਹ ਤੋਂ ਵੀ ਸੁਣਨੇ ਆ। ਮੈਂ ਛੋਟੀ ਜਿਹੀ ਮਿਸਾਲ ਦੇ ਦੇਣਾ ਨਾ, ਪਰ ਮਿਸਾਲ ਤੇ ਮੈਂ ਬਹਿਸ ਨਹੀਂ ਕਰਨੀ, ਜਿਰਾ ਨਹੀਂ ਕਰਨਾ ਉਸ ਤੇ, ਤੁਹਾਡੀ ਮਿਹਰਬਾਨੀ, ਸਿਰਫ ਛੋਟੀ ਜਿਹੀ ਮਿਸਾਲ ਦੇ ਦੇਣਾ ਤੁਹਾਨੂੰ ਸਮਝ ਆਈਏਗੀ। ਇੱਕ ਕਿਤੇ ਹਜ਼ਰਤ ਮਸੀਹ ਮੌਦ ਨੂੰ ਮੈਨੂੰ ਯਾਦ ਨਹੀਂ ਆਉਂਦਿਆ ਕਿਤੇ ਛੋਟੀ ਜਿਹੀ ਗਲਤੀ ਲੱਗੀ ਸੀ, ਠੀਕ ਹੈ, ਤੇ ਤੁਸੀਂ ਉਹਦੇ ਉੱਤੇ ਮਿਸਾਲ ਲੈ ਕੇ ਆਏ ਸੋ ਕਿ ਜਿਹੜੀ ਅਰਬੀ ਦੀ ਇਬਾਰਤ ਹੈ ਕਿ ਅੱਲਾਹ ਤਾਲਾ ਮੈਨੂੰ ਕਦੀ ਵੀ ਹਰ ਇੱਕ ਲਮਹਾ ਵੀ ਗਲਤੀ 'ਤੇ ਨਹੀਂ ਰੱਖਦਾ, ਠੀਕ ਹੈ। ਉਹ ਯਾਨੀ ਕਿ ਤਿੰਨ ਤੁਸੀਂ ਤਿੰਨ ਲਫ਼ਜ਼ ਦਿੱਤੇ ਸਨ, ਉਤਲੇ ਲਫ਼ਜ਼ ਜਿਹੜੇ ਸਨ ਦੋ ਲਾਈਨਾਂ ਦੇ ਉੱਤੇ, ਠੀਕ ਹੈ, ਉਹ ਉੱਤੇ ਵੀ ਕੁਛ ਲਿਖਿਆ ਸੀ ਉਹਦੇ 'ਚ, ਹਜ਼ਰਤ ਮਸੀਹ ਮੌਊਦ ਨੇ ਆਪਣਾ ਮਜ਼ਮੂਨ ਕਲੀਅਰ ਕੀਤਾ ਹੋਇਆ ਸੀ, ਲੇਕਿਨ ਤੁਸੀਂ ਉਹ ਇਬਾਰਤਾਂ ਜਾਂ ਕਿਸੇ ਕੋ ਸੁਣੀਆਂ ਜਾਂ ਕਿਸੇ ਕੋ ਪੜ੍ਹੀਆਂ ਖੁਦ ਤੇ ਉਤਲੀਆਂ ਛੱਡ ਕੇ ਉਹ ਇਬਾਰਤਾਂ ਦੱਸ ਦਿੱਤੀਆਂ, ਉਹ ਇਬਾਰਤਾਂ ਤੁਹਾਡੇ ਮੂੰਹੋਂ ਸੁਣ ਕੇ, ਤੁਹਾਡੇ ਮੂੰਹੋਂ ਸੁਣ ਕੇ ਸ਼ੁਏਬ ਰਾਜਾ ਨੇ ਇੱਕ ਵਾਰੀ ਯੂਜ਼ ਕੀਤੀ ਹੈ, ਇੱਕ ਦੋ ਬੰਦਿਆਂ ਨੇ ਹੋਰ ਵੀ ਕਹਿ ਲਓ ਕਿ ਮੁਖਤਲਿਫ ਬੰਦਿਆਂ ਨੇ ਉਹ ਅਲਫਾਜ਼ ਯੂਜ਼ ਕਰ ਲਏ ਕਿਤੇ ਹੋਰ, ਠੀਕ ਹੈ। ਇਸੇ ਤਰ੍ਹਾਂ ਹੁਣ ਮੈਂ ਵੀ ਇਹੀ ਸਮਝਿਆ ਸਾਂ, ਅਗਰ ਮੈਂ ਇਬਾਰਤ ਨਾ ਨਾ ਪੜ੍ਹਦਾ ਪੂਰੀ, ਮੈਂ ਇਹੀ ਸਮਝਿਆ ਸਾਂ ਜਿੰਨੀ ਕੁ ਉੱਥੋਂ ਮੈਂ ਸੁਣੀ ਇਹ ਗੱਲ, ਮੈਂ ਵੀ ਇਹੀ ਸਮਝਿਆ ਸਾਂ ਕਿ ਹਜ਼ਰਤ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਨੇ ਕੋਈ ਜਿਹੜੇ ਆਲਾ ਹਜ਼ਰਤ ਸਾਹਿਬ ਨੇ ਇਬਾਰਤ ਲਿਖੀ ਉਹਨਾਂ ਬਾਰੇ 'ਚ, ਉਹ ਹੋ ਸਕਦਾ ਉਹਨਾਂ ਨੇ ਨਬੀ ਕਰੀਮ ਸੱਲ ਸਲਮ ਦੀ ਗੁਸਤਾਖੀ ਕੀਤੀ ਹੋਈ, ਮੈਂ ਵੀ ਇਹੀ ਸਮਝਿਆ ਸਾਂ, ਲੇਕਿਨ ਇਬਾਰਤ ਸਮਝ ਕੇ ਮੈਨੂੰ ਕਲੀਅਰ ਹੋ ਗਿਆ। ਅਗਰ ਤੁਸੀਂ ਇਹ ਇਬਾਰਤ ਫੁਰਕਾਨ ਸਾਹਿਬ ਦੇ ਸਾਹਮਣੇ ਰੱਖੋ, ਠੀਕ, ਤੇ ਉਹ ਵੀ ਇਸ ਚੀਜ਼ ਨੂੰ ਮੰਨ ਜਾਣਗੇ ਕਿ ਵਾਕਈ ਆ ਮਾਮ ਅਹਿਮਦ ਰਜ਼ਾ ਖਾਨ ਬਰੇਲਵੀ ਸਾਹਿਬ ਨੇ ਜਿਹੜੀ ਇਬਾਰਤ ਲਿਖੀ ਹੈ ਉਹ ਵਾਕਈ ਉਹ ਇਬਾਰਤ ਅੱਲਾਹ ਦੀ ਗੁਸਤਾਖੀ ਦੀ ਸੀ, ਉਹ ਨਬੀ ਕਰੀਮ ਸੱਲ ਸਲਮ ਦੀ ਗੁਸਤਾਖੀ ਦੀ ਨਹੀਂ ਸੀ। ਇਹ ਤੇ ਐਡੀ ਕੋਈ ਖਾਸ ਗੱਲ ਨਹੀਂ ਹੈ, ਇਹ ਤੇ ਰਵੱਈਏ ਨੇ, ਇਹ ਤੇ ਰਵੱਈਆ ਅਖਤਿਆਰ ਸਾਰੀ ਦਿਹਾੜੀ ਅਸੀਂ ਆਪਣੀਆਂ ਬਰਾਡਾਂ ਤੇ ਵੇਹਨੇ ਹਾਂ ਕਿ ਇਬਾਰਤਾਂ ਉਤਲੀ ਛੱਡ ਕੇ ਥੱਲੀ ਛੱਡ ਕੇ ਵਿਚਕਾਰਲੀ ਦੋ ਲੈਣਾ, ਇੱਕ ਬੰਦੇ ਕੋਲ ਸੁਣੀ ਦਿਆ ਦੂਜੇ ਬੰਦੇ ਕੋਲ ਜਾਂਦੀ ਹੈ, ਦੂਜੇ ਬੰਦੇ ਨੂੰ ਜਦੋਂ ਪੁੱਛ ਵੀ ਲਓ ਨਾ, ਪਹਿਲੀ ਗੱਲ ਤਾਂ ਉਹਨੂੰ ਹਵਾਲਾ ਹੀ ਨਹੀਂ ਲੱਭਦਾ, ਤੇ ਜੇ ਹਵਾਲਾ ਲੱਭ ਵੀ ਜਾਏ ਤੇ ਉੱਤੋਂ ਥੱਲੋਂ ਪੜ੍ਹੋ ਤੇ ਉਹਦਾ ਮਤਲਬ ਹੋਰ ਨਿਕਲ ਆਉਂਦਾ, ਜਿਵੇਂ ਹੁਣ ਇੱਥੇ ਆਲਾ ਹਜ਼ਰਤ ਸਾਹਿਬ ਦੀ ਗੱਲ ਦਾ ਮਤਲਬ ਨਿਕਲ ਆਇਆ, ਠੀਕ ਹੈ, ਉੱਤੋਂ ਥੱਲੋਂ ਤੁਸੀਂ ਬਾਰਤ ਪੜ੍ਹੀਏ ਉਹਦਾ ਮਤਲਬ ਹੋਰ ਨਿਕਲ ਆਇਆ। ਉਹ ਅਗਰ ਫੁਰਕਾਨ ਸਾਹਿਬ ਨਾਵਾਕਫ ਸਨ ਇਸ ਹਵਾਲੇ ਤੋਂ ਤੇ ਹੋ ਸਕਦਾ ਉਹਨਾਂ ਨੂੰ ਗਲਤੀ ਲੱਗ ਗਈ ਹੋਏ ਕਿ ਉਹਨਾਂ ਨੇ ਇਹ ਗੱਲ ਜਿਹੜੀ ਲੈਣ ਹੈ ਉਹਨੂੰ ਉਸ ਇਬਾਰਤ ਦੇ ਨਾਲ ਜੋੜ ਦਿੱਤਾ। ਇਹ ਤੇ ਮੰਨ ਗਏ ਤੁਹਾਡੀ ਗੱਲ ਕਿ ਇਹ ਵਾਕਈ ਗਲਤੀ ਫੁਰਕਾਨ ਸਾਹਿਬ ਦੇ ਕੋਲ ਹੋਈ ਹੈ। ਇਸ ਤੋਂ ਅੱਲਾ ਇਹਨੂੰ ਅਗਰ ਤੁਸੀਂ ਆਖੋਗੇ ਨਾ, ਮੈਂ ਤੁਸੀਂ ਬੇਸ਼ੱਕ ਕਿਸੇ ਟਾਈਮ ਵੀ ਰੂਹਾਨੀ ਖਜ਼ਾਨ ਵਾਲੀ ਬਰਾੜ ਤੇ ਆਇਓ, ਠੀਕ ਹੈ, ਉੱਥੇ ਬਿਲਕੁਲ ਸਾਫ਼ ਸੁਥਰਾ ਮਾਹੌਲ ਹੁੰਦਾ, ਤੁਹਾਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੋਣ ਲੱਗੀ, ਉੱਥੇ ਮੈਂ ਫੁਰਕਾਨ ਸਾਹਿਬ ਨੂੰ ਬੁਲਾ ਲਵਾਂਗਾ
ਠੀਕ ਹੈ, ਉਹਨਾਂ ਦੇ ਨਾਲ ਭਾਵੇਂ ਬਹਿ ਕੇ ਤੁਸੀਂ ਉਹਨਾਂ ਨੂੰ ਇਹ ਹਵਾਲਾ ਪੜ੍ਹਾ ਕੇ ਸੁਣਾ ਕੇ ਇਸ ਗਲਤੀ ਤੋਂ ਉਹਨਾਂ ਨੂੰ ਉਜਾਗਰ ਕਰ ਸਕਦੇ ਹੋ ਕਿ ਭਾਈ ਜੀ ਇਹ ਗਲਤੀ ਜੇ ਇਹ ਉੱਥੇ ਹੋਰ ਗੱਲ ਹੈ, ਤੁਸੀਂ ਗਲਤ ਗੱਲ ਨਾਲ ਜੋੜ ਰਹੇ ਸੋ, ਇਹ ਗੱਲ ਕਲੀਅਰ ਹੋ ਸਕਦੀ ਹੈ, ਇਹਦੇ 'ਚ ਕੋਈ ਗੁਸਤਾਖੀ ਨਹੀਂ, ਕੋਈ ਗਲਤ ਗੱਲ ਨਹੀਂ, ਜਿਵੇਂ ਮੈਂ ਮੰਨ ਗਿਆ ਹਾਂ ਨਾ, ਮੈਂ ਤੁਹਾਡੀ ਗੱਲ ਮੰਨ ਗਿਆ ਮੈਂ ਸੁਣ ਕੇ, ਠੀਕ ਹੈ, ਅਤੇ ਮੈਨੂੰ ਪੂਰੀ ਉਮੀਦ ਹੈ ਕਿ ਫਰਕਾਨ ਸਾਹਿਬ ਇਹ ਮੰਨ ਲਏ, ਠੀਕ ਹੈ ਮੇਰੀ ਗੱਲ ਸੁਣੋ, ਹੁਣ ਤੁਸੀਂ ਮੈਨੂੰ ਜਿਹੜੀ ਗੁਸਤਾਖੀ ਹੋਈ ਹੈ ਨਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ, ਠੀਕ ਹੈ, ਉਹ ਤੁਸੀਂ ਗੁਸਤਾਖੀ ਵਿਖਾਣੀ ਹੈ ਫਰਕਾਨ ਸਾਹਿਬ ਦੀ, ਜਿੰਨਾ ਕੁ ਤੁਸੀਂ ਵੀਡੀਓ ਦਾ ਟੋਟਾ ਵਿਖਾਇਆ ਉਹਦੇ ਉੱਤੇ ਵਿੱਚ। ਭਾਈ ਇਹ ਗੁਸਤਾਖੀ ਹੁਣ ਤਾਰਕ ਸਾਹਿਬ ਜਿਹੜੀ ਤੁਹਾਨੂੰ ਗਲਤਫਹਿਮੀ ਲੱਗੀ ਸੀ ਉਹ ਦੂਰ ਹੋ ਗਈ ਹੈ? ਤਾਰਕ ਸਾਹਿਬ ਇੱਕ ਵਾਰੀ ਮਾਈਕ ਫੜ ਕੇ ਮਾੜਾ ਜੀ, ਬਿਲਕੁਲ 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 ਸਹੀ ਤੁਸੀਂ ਕਹਿ ਰਹੇ ਹੋ, ਹੋ ਗਈ, ਮੇਰਾ ਮਕਸਦ ਸਹੀ ਹੈ ਨਾ, ਹੁਣ ਤੁਹਾਨੂੰ ਪਤਾ ਹੈ ਨਾ ਕੀ ਗੁਸਤਾਖੀ, ਹੁਣ ਮੇਰਾ ਇੱਕ ਹੁਣ ਤੁਸੀਂ ਇਹਨੂੰ ਹੁਣ ਤੁਸੀਂ 1122 ਨੂੰ ਜਾ ਕੇ ਕੰਨ 'ਚ ਦੱਸ ਲਿਓ ਵੀ ਕੀ ਗੁਸਤਾਖੀ ਪਿਆ ਕਰਦਾ ਹੈ, ਇਹ ਜਾਣ ਬੁੱਝ ਕੇ ਅਗਰ ਮੈਨੂੰ ਸਿਰਫ ਇੱਕ ਗੱਲ ਜਿਹੜੀ ਮੈਂ ਤੱਕ ਵੀ ਨਹੀਂ ਦੱਸੂ ਕਿ ਮੁਖਾਲਫ ਮੇਰੀ ਗੱਲ ਤੇ ਸੁਣ ਲੈ ਨਜ਼ੀਰ ਸਾਹਿਬ, ਮੇਰੀ ਇਹ ਸਿਰਫ ਆਪਣੇ ਇਖਤਲਾਫ ਨੂੰ ਸਾਈਡ ਤੇ ਰੱਖ ਕੇ, ਮਿਰਜ਼ਾ ਸਾਹਿਬ ਨੂੰ ਵੀ ਸਾਈਡ ਤੇ ਰੱਖ ਕੇ, ਤੁਹਾਡੇ ਜਾਂ ਮੇਰੇ ਬੱਚੇ ਦੇ ਬਾਰੇ ਅਗਰ ਕੋਈ ਇਹ ਗੱਲ ਕਵੇ ਕਿ ਇਹ ਬੱਚਾ ਜਿਹੜਾ ਆਮਰ ਨਜ਼ੀਰ ਦਾ ਨਹੀਂ ਹੈਗਾ ਜਾਂ ਇਹ ਤਾਰਕ ਦਾ ਨਹੀਂ ਹੈਗਾ ਬਲਕਿ ਇਹਦਾ ਪਿਓ ਕੋਈ ਹੋਰ ਹੈ, ਤੁਹਾਡੇ ਨਜ਼ਦੀਕ ਇਸਲਾਮ ਵਿੱਚ ਉਹਦੀ ਕੀ ਸਜ਼ਾ ਹੈ ਜਿਹੜਾ ਇਹ ਬੁਹਤਾਨ ਬੰਦਾ? ਬੁਹਤਾਨ ਲਾਣਾ ਇਹਨੂੰ 80 ਕੋੜੇ ਨੇ। ਹਾਂਜੀ ਇਹ ਮੈਂ ਇਹ ਨਹੀਂ ਕਹਿ ਰਿਹਾ ਕਿ ਕਿਸੇ ਨਬੀ ਦਾ ਆਮ ਬੰਦੇ ਦੇ ਬਾਰੇ ਅਗਰ ਕੋਈ ਬੰਦਾ ਇਸ ਤਰ੍ਹਾਂ ਦਾ ਇਲਜ਼ਾਮ ਲਾਉਂਦਾ ਉਹਦੇ 80 ਕੋੜੇ ਸਜ਼ਾ ਹੈ। ਤੇ ਜਿਸ ਲਈ ਇਹ ਸਾਡੇ ਜਿਹੜੇ ਮੁਰਸ਼ਦ ਨੇ ਜਾਂ ਜਿਨ੍ਹਾਂ ਨੂੰ ਅਸੀਂ ਮੰਨੇ ਹਾਂ ਮਸੀਹ ਮੌਊਦ ਮਹਦੀ, ਉਹਨਾਂ ਦੀ ਔਲਾਦ ਦੇ ਬਾਰੇ ਅਗਰ ਕੋਈ ਇਹ ਜੀ ਬਦਬਖਤੀ ਕਰਦਾ ਹੈ ਤੇ ਉਹਦੇ ਬਾਰੇ ਕੀ ਹੁਕਮ ਆਂਦਾ ਹੈ ਤੁਹਾਡੀ ਹਕੂਮਤ ਤੋਂ? ਪਿਛਾ 160 ਕੋੜੇ ਮਾਰ ਦਿਆ ਜੇ ਤਾਰਕ ਸਾਹਿਬ, ਉਹ ਤੁਸੀਂ ਗਲਤ ਪਾਸੇ ਗੱਲ ਲੈ ਗਏ ਹੋ, ਗੱਲ ਅਸੀਂ ਇਸ ਨੂੰ ਨਹੀਂ ਰੱਖੋ, ਮੈਂ ਬਿਲਕੁਲ ਉਸ ਮਜ਼ਮੂਨ ਨੂੰ ਛੱਡ ਦਿੱਤਾ ਨਾ, ਉਹ ਤੇ ਖਤਮ, ਉਹ ਗੱਲ ਖਤਮ ਨਹੀਂ, ਖਤਮ ਨਹੀਂ ਹੋਇਆ, ਮੈਂ ਉਸ ਗੱਲ ਨੂੰ ਕਰ ਹੀ ਨਹੀਂ ਰਿਹਾ, ਮੈਂ ਉਹ ਗੱਲ ਕਰ ਹੀ ਨਹੀਂ ਰਿਹਾ। ਨਹੀਂ ਮੇਰੀ ਗੱਲ ਸੁਣੋ, ਗੱਲ ਹੋ ਰਹੀ ਹੈ ਠੀਕ ਹੈ, ਤੁਹਾਡਾ ਇਹ ਉਹਦੇ ਨਾਲ ਅਟੈਚ ਕਰ ਰਹੀ ਹੈ ਗੱਲ, ਲੇਕਿਨ ਮੈਂ ਗੱਲ ਦੀ ਇੱਕ ਮੁੱਦਾ ਵਖਰਾ ਹੈ, ਅਸੀਂ ਕਰਨ ਵਾਲੀ ਨਹੀਂ ਹੈ, ਅਗਰ ਸਜ਼ਾ ਦੀ ਪਾਕਿਸਤਾਨ ਕਿਰੇ ਲੱਭੇ ਨਾ ਕਿਸੇ ਨੂੰ ਤਾਂ ਫੇਰ ਇਹਦੇ ਨਾਲ ਕਰਨ ਵਾਲੀ, ਇੱਥੇ ਉਹ ਕਰਨ ਵਾਲੀ ਨਹੀਂ ਹੈ। ਅਮਨ ਨਜ਼ੀਰ ਸਾਹਿਬ, ਅਮਨ ਨਜ਼ੀਰ ਸਾਹਿਬ ਮੈਨੂੰ ਇੰਨੀ ਤੇ ਗੱਲ ਦੱਸ ਦਿਓ, ਇੰਨੀ ਤੇ ਗੱਲ ਦੱਸ ਦਿਓ ਕਿ ਉਸ ਬੰਦੇ ਨੇ ਇਸ ਪੂਰੀ ਵੀਡੀਓ ਦੇ ਵਿੱਚ, ਠੀਕ ਹੈ ਮੈਂ ਨਹੀਂ ਆਉਂਦਾ ਹੋ ਸਕਦਾ ਕਿਤੇ ਨਾ ਕਿਤੇ ਹੋ ਗਈ ਹੋਏਗੀ ਉਹਦੇ ਕੋਲ, ਲੇਕਿਨ ਅੱਜ ਤੱਕ ਮੈਂ ਨਹੀਂ ਸੁਣੀ, ਲੇਕਿਨ ਇਸ ਵੀਡੀਓ ਦੇ ਵਿੱਚ ਅਗਰ ਉਹਨੇ ਇੱਕ ਹਵਾਲੇ ਨੂੰ ਦੂਜੇ ਹਵਾਲੇ ਦੇ ਨਾਲ ਜੋੜਿਆ ਨਾ, ਠੀਕ ਹੈ, ਤੇ ਹੋ ਸਕਦਾ ਉਹਨੂੰ ਨਾ ਪਤਾ ਲੱਗੇ, ਹੁਣ ਮੈਂ ਜਿਵੇਂ ਇੰਨੀ ਕੋ ਗੱਲ ਤੁਹਾਡੇ ਮੂੰਹ ਸੁਣ ਲੈਂਦਾ ਨਾ, ਅਗਰ ਇਹ ਤੇ ਉਹਨਾਂ ਨੂੰ, ਇਹ ਤੁਸੀਂ ਆਪ ਮੇਰੀ ਗੱਲ ਸੁਣੋ ਨਾ, ਮੇਰੀ ਗੱਲ ਸੁਣੋ, ਉਹਨਾਂ ਨੂੰ ਤੁਸੀਂ ਬੜੀ ਨਹੀਂ ਨਹੀਂ ਬੜੀ ਜਸਾਰਤ ਪੇ ਕਰਦੇ ਹੋ, ਤੁਸੀਂ ਪੇ ਕਹਿੰਦੇ ਹੋ ਸਕਦਾ ਉਹਨੂੰ ਸਮਝ ਨਾ ਆਈ ਹੋਵੇ ਹਵਾਲੇ ਦੀ, ਉਹ ਤਰੈ, ਉਹ ਭਾਈ ਸਾਹਿਬ ਉਹ ਤਰੈ ਸਕੈਨ ਤਰੈ ਤਿਆਰ ਕਰਕੇ ਲਿਆਇਆ, ਨਿਸ਼ਾਨ ਲਾ ਕੇ ਲਿਆਇਆ, ਜਾਣ ਬੁੱਝ ਕੇ ਹਵਾਲਾ ਅੱਲਾ ਹਜ਼ਰਤ ਦਾ ਵਿੱਚ ਗਲਤ ਪਿਆ ਕੋਡ ਕਰਦਾ ਹੈ, ਮੇਰੇ ਥੱਲੇ ਮੈਸੇਜ ਕਰਨ ਦੇ ਬਾਵਜੂਦ ਕਿ ਇਹਨੂੰ ਪੂਰੀ ਇਬਾਰਤ ਨੂੰ ਪੜ੍ਹ, ਅੱਲਾ ਹਜ਼ਰਤ ਦਾ ਪੂਰਾ ਸਫ਼ਾ ਪੜ੍ਹ, ਮੈਂ 2 ਵਾਰੀ ਮੈਸੇਜ ਕੀਤਾ, ਮੈਂ ਰਿਕਾਰਡਿੰਗ ਕੀਤੀ ਹੈ, ਉਹਨੇ ਵਾਲਾ ਨਹੀਂ ਪੂਰਾ ਪੜਿਆ, ਇਹਨੂੰ ਜਾਣ ਕੇ ਪਿੱਛੇ ਕਰ ਦਿੱਤਾ, ਔਰ ਉਹਨੇ ਜਿਹੜੀ ਸ਼ਾਤਮੀਅਤ ਕਰਨੀ ਸੀ ਉਹ ਜੋ ਕਹਿਣਾ ਚਾਹੁੰਦਾ ਸੀ ਉਹਨੇ ਉਹ ਕਿਹਾ, ਔਰ ਉਹਦੇ ਤੇ ਉਹਨੇ ਠੱਠਾ ਕੀਤਾ, ਔਰ ਤਾਰਕ ਸਾਹਿਬ ਨੂੰ ਸਮਝ ਆ ਗਈ, ਸਮਝ ਤੁਹਾਨੂੰ ਵੀ ਆ ਗਈ ਹੈ, ਮੈਨੂੰ ਨਹੀਂ ਨਹੀਂ ਮੇਰੀ ਗੱਲ ਸੁਣੋ, ਹੁਣ ਤੁਸੀਂ ਅਗਰ ਇਹ ਆਖੋ ਕਿ ਉਹਨੂੰ ਪਤਾ ਨਹੀਂ ਲੱਗਾ ਤੇ ਉਹਦੇ ਕੋਲ ਗਲਤੀ ਹੋ ਗਈ, ਇਹ ਗੱਲ ਉਹਨੂੰ ਆਖਣੀ ਚਾਹੀਦੀ, ਤੁਹਾਨੂੰ ਤੇ ਨਹੀਂ ਆਖਣੀ ਚਾਹੀਦੀ ਹੈ, ਮੇਰੀ ਗੱਲ ਤੇ ਸੁਣੋ, ਮੈਂ ਜਿੰਨੀ ਕੁ ਤੁਸੀਂ ਵੀਡੀਓ ਦੱਸੀ ਹੈ ਨਾ ਉਹਦੇ ਵਿੱਚ ਤੇ ਸਿਰਫ ਨਾ ਉਹਨੇ ਹਵਾਲਾ ਲਾਇਆ
ਆਲਾ ਹਜ਼ਰਤ ਸਾਹਿਬ ਦਾ, ਨਾ ਉਹਨੇ ਹਵਾਲੇ ਦੇ ਉੱਤੇ ਡਿਸਕਸ ਕੀਤੀ ਹੈ। ਉਹਨੇ ਸਿਰਫ ਇੱਕ ਛੋਟਾ ਜਿਹਾ ਬਿਆਨ ਦਿੱਤਾ ਹੈ ਕਿ ਆਲਾ ਹਜ਼ਰਤ ਸਾਹਿਬ ਜਿਹੜਾ ਕਹਿੰਦੇ ਸਨ ਕਿ ਉਮਰ ਹੈਲੋ ਇਹ ਵੀਡੀਓ ਇੱਥੇ ਹੀ ਮੈਂ ਤੁਹਾਨੂੰ ਉਹ ਵੀ ਸੁਣਾ ਦੇਣਾ, ਥੋੜਾ ਜਿਹਾ ਅੱਗੇ ਵੀ ਜ਼ਿਆਦਾ ਨਹੀਂ ਲੰਮਾ ਨਹੀਂ ਹੈ। ਅਗਰ ਮੈਂ ਤੁਹਾਨੂੰ ਸੁਣਾ ਦੇਣਾ, ਓਲਡਰ ਓਲਡਰ ਸੁਣ ਲਓ, ਗੱਲ ਤੇ ਸੁਣ ਲਓ, ਮੈਂ ਗੱਲ ਕਰ ਰਿਹਾ ਕਿ ਅਗਰ ਉਹ ਪੂਰਾ ਮਜ਼ਮੂਨ ਉੱਤੋਂ ਲੈ ਕੇ ਥੱਲੋਂ ਤੱਕ ਪੜ੍ਹ ਕੇ ਸੁਣਾਉਂਦੇ ਠੀਕ ਹੈ, ਤੇ ਉਹ ਹੋਰ ਗੱਲ ਸੀ, ਲੇਕਿਨ ਉਹਨਾਂ ਨੇ ਦੋ ਹੀ ਲਾਈਨਾਂ ਪੜ੍ਹਨੀਆਂ ਸਨ। ਇਹ ਜਿਹੜੀਆਂ ਮੈਂ ਲਾਈਨਾਂ ਨੂੰ ਸ਼ਬਦ ਨਿਸ਼ਾਨ ਲਾਇਆ ਨਾ, ਮੈਂ ਗੱਲ ਦੱਸਣ ਡਿਆ ਨਾ ਕਿ ਇਹ ਅਗਰ ਉਹਨਾਂ ਨੂੰ ਤੁਸੀਂ ਉੱਤੋਂ ਬੈਕ ਉੱਤੇ ਜਾ ਕੇ ਤੁਸੀਂ ਉੱਤੇ ਤੁਹਾਨੂੰ ਕਿਸੇ ਨੇ ਗੱਲ ਕਰੀ ਉੱਤੇ ਕਿਸ ਤਰ੍ਹਾਂ ਜਾਂਦੇ, ਅਸੀਂ ਉੱਤੇ ਕਿਸ ਤਰ੍ਹਾਂ ਜਾਂਦੇ ਆ, ਕਿਹੜੀ ਆਈਡੀ ਸੀ ਉੱਥੇ, ਕਿਉਂ ਕੌਣ ਸੀ ਉਹਦਾ ਆਈਡੀ ਵਾਲੀ? ਐ ਮੈਂ ਤੁਹਾਨੂੰ ਵਹਾ ਦੇਣਾ, ਆਈਡੀ ਵਹਾ ਦੇਣਾ ਤੇ ਫਿਰ ਤੁਹਾਨੂੰ ਇੱਕ ਮਿੰਟ ਦਰਾ ਨਾ ਯਾਰ, ਮੇਰਾ ਨਮਾਜ਼ ਦਾ ਹੁਣ ਟਾਈਮ ਹੋ ਚੱਲਿਆ ਤੇ ਬੰਦੇ ਵੀ ਮੇਰੇ ਸੋੜੇ ਬਸ ਆਈਡੀ ਤੇ ਆਈਡੀ ਥੋੜੀ ਦੇਰ ਵਿਖਾ ਦਿਓ ਤੇ ਫਿਰ ਮੈਂ ਆਪੇ ਇਹ ਆਈਡੀਆਂ ਸਾਰੀਆਂ ਚੈੱਕ ਕਰ ਲਓ, 8 ਬੰਦੇ ਤੁਹਾਡੇ ਬੈਠੇ ਨੇ ਉੱਥੇ ਇਸ ਸਫੇ ਕੇ ਬਿਲਕੁਲ ਨੀਚੇ ਸੀ ਪਾਸ ਕੀ ਕੀ ਉੱਤੇ ਲਿਖਿਆ ਫੁਰਕਾਨ ਹੈ ਆਇਸ਼ਾ ਸਦੀਕਾ। ਅੱਛਾ ਇਹ ਜੱਟ ਜੱਟ ਦੀ ਲਾਈਵ ਹੈ, ਠੀਕ ਹੈ ਜੱਟ ਦੀ ਲਾਈਵ ਹੈ, ਉੱਤੇ ਕਾਜ਼ਮੀ ਦਾ ਪਾਪਾ ਲਿਖਿਆ ਉਹਨੇ, ਹਾਂ ਮੈਂ ਠੀਕ ਹੈ। ਮੈਂ ਇੱਕ ਮਿੰਟ ਹਵਾਲਾ ਸੁਣ ਲਓ ਜਿਹੜਾ ਉਹ ਪੇ ਕਹਿੰਦਾ ਨਾ ਅੱਲਾ ਹਜ਼ਰਤ ਵਾਲਾ, ਇਹ ਸੁਣ ਲਿਆ ਜੀ ਹਵਾਲਾ। ਇੱਕ ਬਾਤ ਮਨਸੂਬ ਕੀ ਹੈ ਕਿ ਉਹਨਾਂ ਨੇ ਐਸੀ ਬਾਤ ਕੀ ਹੈ ਕਿ ਅਗਰ ਕੋਈ ਹੋਰ ਕਹੇ ਤਾਂ ਉਸਕੀ ਗਰਦਨ ਮਾਰੀ ਜਾਏ। ਇੱਥੋਂ ਤੱਕ ਮੈਂ ਤੁਹਾਨੂੰ ਅੱਗੇ ਸੁਣਾਈ ਵੀਡੀਓ। ਨਿਸ਼ਾਨ ਲਾਇਆ ਉਹਨੇ ਹਾਂਜੀ ਠੀਕ ਹੋ ਗਿਆ, ਠੀਕ ਹੋ ਗਿਆ। ਇਹਦੇ ਚ ਤੁਸੀਂ ਇਹ ਮੈਨੂੰ ਜਿਹੜੀ ਪਹਿਲੋਂ ਸਮਝ ਆਈ ਹੈ ਉਹ ਇਹ ਸਮਝ ਆਈ ਹੈ ਕਿ ਉਹਨਾਂ ਨੇ ਇਹ ਹਵਾਲੇ ਨੂੰ ਆਪਸ ਚ ਜੋੜਿਆ, ਠੀਕ ਹੋ ਗਿਆ ਜੀ। ਠੀਕ ਹੈ, ਹੁਣ ਉਹਨਾਂ ਨੇ ਖੁਦ ਹਵਾਲੇ ਦੇ ਵਿੱਚ ਖੁਦ ਪੜ੍ਹ ਕੇ ਦੱਸਿਆ ਕਿ ਜੱਲਾ ਸ਼ਾਨ ਹੂੰ, ਠੀਕ ਹੈ। ਉਹ ਹਵਾਲੇ ਦੇ ਵਿੱਚ ਵੀ ਲਿਖਿਆ ਕਿ ਇਹ ਅੱਲਾ ਤਾਲਾ ਦੀ ਸ਼ਾਨ ਦੇ ਵਿੱਚ ਜਿਹੜੀ ਗੁਸਤਾਖੀ ਉਮਰ ਮੋਮਿਨੀ ਉਹਦੇ ਉੱਤੇ ਬਿਆਨ ਲਿਖਿਆ ਜੱਲਾ ਸ਼ਾਨ ਹੋਏ, ਲੇਕਿਨ ਉਹ ਇਹਨੂੰ ਨਬੀ ਪਾਕ ਅਲ ਮਨਸੂਬ ਕਰਕੇ ਉਹ ਉਸ ਗੱਲ ਨਾਲ ਜੋੜਦਾ ਪਿਆ ਕਿ ਨਬੀ ਪਾਕ ਦੇ ਬਾਰੇ ਇਸ ਵਾਕਿਏ ਦੇ ਬਾਰੇ ਸ਼ਾਇਦ ਕਹਿੰਦਾ, ਸ਼ਾਇਦ ਇਸ ਵਾਕਿਏ ਦੇ ਬਾਰੇ ਹੀ ਸ਼ਾਇਦ ਹਾਂ ਉਹਨਾਂ ਨੇ ਆਲਾ ਹਜ਼ਰਤ ਨੇ ਕਿਹਾ ਸੀ ਕਿ ਕੋਈ ਹੋਰ ਬੰਦਾ ਕਹਿੰਦਾ ਤੇ ਉਹਦੀ ਗਰਦਨ ਵੱਢ ਦਿੱਤੀ ਜਾਂਦੀ, ਹਾਲਾਂਕਿ ਇਹ ਗੱਲ ਨਹੀਂ ਹੈ। ਠੀਕ ਹੋ ਗਿਆ, ਤੇ ਉਹ ਤੁਸੀਂ ਉਹਦੀ ਸਜ਼ਾ, ਯਾਨੀ ਕਿ ਮਿਸਾਲ ਦੇ ਤੌਰ ਤੇ ਅਗਰ ਤੁਹਾਡੇ ਬਕੋਲ ਕਿ ਇਮਾਮ ਅਹਿਮਦ ਰਜ਼ਾ ਖਾਨ ਬਰੇਲਵੀ ਸਾਹਿਬ ਨਬੀ ਨਹੀਂ ਹੈ, ਉਹ ਤੁਹਾਡੇ ਵਾਸਤੇ ਹੁੱਜਤ ਨਹੀਂ ਹੈ, ਤੁਹਾਡੇ ਵਾਸਤੇ ਇੱਕ ਆਮ ਇਨਸਾਨ ਨੇ, ਉਹਨਾਂ ਦੇ ਗੁਨਾਹ ਉਹਨਾਂ ਦੇ ਸਵਾਬ ਉਹਨਾਂ ਦੇ ਨਾਲ ਜਾਣੇ ਨੇ, ਆਮ ਇਨਸਾਨ ਠੀਕ ਹੈ। ਉਹ ਹਜ਼ਰਤ ਅਬੂ ਹਜ਼ਰਤ ਅਮਰ ਅਮਲ ਮੋਮਿਨੀਨ ਹਜ਼ਰਤ ਆਇਸ਼ਾ ਦੇ ਉੱਤੇ ਅਗਰ ਇੰਜ ਦੀ ਗੱਲ ਕਰ ਸਕਦਾ ਹੈ, ਠੀਕ ਹੈ ਕਰ ਸਕਦਾ ਨਾ, ਗਰਦਨ ਕੱਟਣ ਵਾਲੀ ਠਹਿਰ ਜੋ, ਇਹ ਗੱਲ ਜਿਹੜੀ ਏ
ਆਮ ਇਨਸਾਨ ਇਮਾਮ ਅਹਿਮਦ ਰਜ਼ਾ ਖਾਨ ਬਰੇਲਵੀ ਵਰਗਾ ਬੰਦਾ ਇਹ ਬੰਦਾ ਕਰ ਸਕਦਾ ਕਿ ਉਹ ਅੱਲਾ ਦੀ ਸ਼ਾਨ 'ਚ ਅਗਰ ਗੁਸਤਾਖੀ ਜਿਹੜੀ ਉਹਨਾਂ ਨੇ ਕੀਤੀ ਹੈ ਅਗਰ ਕੋਈ ਹੋਰ ਹੁੰਦਾ ਉਹਦਾ ਸਰ ਕਲਮ ਕਰ ਦਿੰਦਾ? ਉਹ ਗੱਲ ਆਮ ਬੰਦਾ ਇਹ ਗੱਲ ਕਰ ਸਕਦਾ? ਉਹ ਗੱਲ ਤੁਸੀਂ ਸਮਝੇ ਨਹੀਂ। ਆਮ ਬੰਦਾ ਵੀ ਜਿਹੜਾ ਆਲਮ ਹੈ ਨਾ, ਹਾਂ ਉਹ ਇਹ ਗੱਲ ਕਰ ਸਕਦਾ ਜਿਹੜੀ ਉਹਨਾਂ ਗੱਲ ਕਰ ਸਕਦਾ। ਠੀਕ ਹੈ, ਯਾਨੀ ਕਿ ਉਮੁਲ ਮੋਮਿਨੀਨ ਹਜ਼ਰਤ ਆਇਸ਼ਾ ਦੇ ਬਾਰੇ 'ਚ ਇਹ ਗੱਲ ਕਰ ਸਕਦਾ ਹੈ, ਇਹ ਤੁਸੀਂ ਬਿਆਨ ਦੇ ਦਿੱਤਾ। ਹਾਂ ਹਾਂ ਬਿਲਕੁਲ, ਰਿਕਾਰਡ ਕਰ ਲਓ ਮੇਰਾ ਬਿਆਨ, ਕੋਈ ਵੀ ਆਲਮ ਹੋਵੇ ਤਾਂ ਇਹ ਲਿਖ ਸਕਦਾ ਹੈ। ਇਹ ਲਿਖ ਸਕਦਾ ਹੈ ਕਿ ਮੋਮਿਨੀਨ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਨੇ ਗੱਲ ਕੀਤੀ ਹੈ, ਉਹ ਅਗਰ ਕੋਈ ਹੋਰ ਬੰਦਾ ਕਰਦਾ ਤੇ ਸ਼ਾਇਦ ਉਹ ਗਰਦਨ ਜ਼ਦ ਨਹੀਂ ਹੁੰਦਾ। ਕਿਉਂ? ਕਿਉਂਕਿ ਉਹਦੇ ਅਲਫਾਜ਼ ਜ਼ਹਿਰੀ ਹੈ, ਜਿਸ ਤਰ੍ਹਾਂ ਮੂਸਾ ਅਲੈਹਿ ਸਲਾਮ ਦੇ ਅਲਫਾਜ਼ ਉਹਨਾਂ ਨੇ ਕੋਡ ਕਰਕੇ ਨਾ, ਇਨ ਹਿਯਾ ਫਿਤਨਤੁਕ, ਇਹ ਅਲਫਾਜ਼ ਉਹਨਾਂ ਕੋਡ ਕਰਕੇ ਆਖਿਆ ਜਿਸ ਤਰ੍ਹਾਂ ਮੂਸਾ ਅਲੈਹਿ ਸਲਾਮ ਦੇ ਅਲਫਾਜ਼ ਨੇ, ਇਸੇ ਤਰ੍ਹਾਂ ਦੇ ਉਮੁਲ ਮੋਮਿਨੀਨ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਦੇ ਅਲਫਾਜ਼ ਨੇ। ਹਾਂ ਠੀਕ ਹੋ ਗਿਆ, ਆਮ ਕੋ ਬੰਦਾ ਸਮਝੇਗਾ ਸੁਣੇਗਾ ਤੇ ਆਖੇਗਾ ਉਹ ਇਹ ਤੇ ਗਰਦਨ। ਉਹਨਾਂ ਨੇ ਆਖਿਆ ਕਿ ਜਿਹੜਾ ਉੱਥੇ ਇਸ਼ਾਰਾ ਹੋਇਆ ਇਸ ਗੱਲ ਦਾ, ਯਾਨੀ ਇਮਾਮ ਅਹਿਮਦ ਰਜ਼ਾ ਖਾਨ ਬਰੇਲੀ ਦਾ, ਉਹ ਹੋ ਸਕਦਾ ਇਹਨਾਂ ਗੱਲਾਂ ਦੀ ਵਜ੍ਹਾ ਤੋਂ ਹੋਇਆ ਹੋਵੇ। ਇਹਨਾਂ ਗੱਲਾਂ ਨਾਲ ਉਹਦਾ ਤਲਕ ਹੀ ਕੋਈ ਨਹੀਂ ਯਾਰ। ਠੀਕ ਹੋ ਗਿਆ, ਠੀਕ ਹੋ ਗਿਆ, ਮੈਂ ਜਿਹੜੀ ਗੱਲ ਉਹਨੇ ਪਿੱਛੇ ਸੁਣਾਈ ਹੈ ਨਾ ਨਬੀ ਪਾਕ ਦੇ ਬੇਟੇ ਵਾਲੀ ਗੱਲ, ਹਾਂਜੀ ਠੀਕ ਹੋ ਗਿਆ, ਉਹ ਮੈਂ ਤੁਹਾਡੀ ਗੱਲ ਮੰਨ ਗਿਆ, ਗੱਲ ਮੈਂ ਤੁਹਾਡੀ ਮੰਨ ਗਿਆ ਕਿ ਇਹਦਾ ਉਹਦੇ ਨਾਲ ਤਲਕ ਨਹੀਂ ਹੈ, ਇਹ ਮੈਂ ਤੁਹਾਡੀ ਗੱਲ ਮੰਨ ਗਿਆ, ਹਾਂਜੀ ਇਹ ਮੈਂ ਤੁਹਾਡੀ ਗੱਲ ਮੰਨ ਚੁੱਕਿਆ ਵਾਂ ਕਿ ਇਸ ਗੱਲ ਦਾ ਉਸ ਗੱਲ ਦੇ ਨਾਲ ਤਲਕ ਕੋ ਨਹੀਂ। ਉਹਨਾਂ ਨੇ ਇਹ ਸਟੋਰੀ ਪੈ ਕੱਢਦਾ ਹੈ, ਉਹ ਤੇ ਜੈਲੀ ਸਟੋਰੀ ਪੈ ਕੱਢਦਾ ਹੈ ਨਬੀ ਪਾਕ ਦੀ ਤੋਹੀਨ ਕਰਨ ਵਾਸਤੇ। ਹਾਂ ਨਹੀਂ ਨਹੀਂ, ਨਬੀ ਅਲੈਹਿ ਸਲਾਤੁ ਵਸਲਾਮ ਨੂੰ ਗਾਲ ਕੱਢਣ ਵਾਸਤੇ ਨਾ ਨਾ ਨਾ, ਉਹ ਸਟੋਰੀ ਕੱਢਦਾ ਪਿਆ। ਨਾ ਨਾ ਨਾ, ਕੋਈ ਗਾਲ ਨਹੀਂ ਨਿਕਲੀ ਵਿੱਚ, ਕੋਈ ਗੱਲ ਨਹੀਂ ਨਿਕਲੀ ਮੈਨੂੰ ਇੱਥੋਂ ਤੱਕ। ਅਗਰ ਜਿਹੜੀ ਗੱਲ ਇਮਾਮ ਅਹਿਮਦ ਰਜ਼ਾ ਖਾਨ ਬਰੇਲਵੀ ਸਾਹਿਬ ਕਰ ਸਕਦੇ ਨੇ ਨਾ, ਉਹ ਹੱਕ ਤੁਸੀਂ ਯਾਰ ਉਹ ਮੌਜੂਦ ਵਖਰਾ ਹੈ, ਯਾਰ ਉਹ ਮੌਜੂਦ ਵਖਰਾ ਹੈ, ਉਹੀ ਠਹਿਰੋ ਠਹਿਰ ਜੋ, ਉਹੀ ਹੱਕ ਤੁਸੀਂ ਫਰਕਾਨ ਨੂੰ ਵੀ ਦਿਓਗੇ ਕਿ ਉਹ ਫਰਕਾਨ ਵੀ ਗੱਲ ਕਰ ਸਕਦਾ ਜਿਹੜੀ ਇਮਾਮ ਅਹਿਮਦ ਰਜ਼ਾ ਖਾਨ ਬਰੇਲਵੀ ਕਰਦਾ, ਜਿਹੜੀ ਗੱਲ ਫਰਕਾਨ ਕਿਆ ਕਰਦਾ ਨਾ, ਜਿਹੜੀ ਗੱਲ ਫਰਕਾਨ ਪਿਆ ਕਰਦਾ ਉਸ ਗੱਲ ਦਾ, ਉਹ ਆਲਾ ਹਜ਼ਰਤ ਵਾਲੀ ਗੱਲ ਨਾਲ ਕੋਈ ਜੋੜ ਹੀ ਨਹੀਂ, ਕੋਈ ਲੈਣ ਦੇਣ ਹੀ ਨਹੀਂ ਹੈ। ਆਲਾ ਹਜ਼ਰਤ ਜਿਹੜੀ ਗੱਲ ਤੇ ਕਰਦੇ ਨੇ ਉਹ ਇਹ ਪਿਆ ਦੇਣ, ਮੈਂ ਫੇਰ ਸਮਝਾਉਣਾ ਵਾ, ਮੈਂ ਉਹ ਸਮਝ ਗਿਆ ਤੇ ਫੇਰ ਮੇਰੀ ਗੱਲ ਸੁਣੋ। ਹੁਣ ਮੈਂ ਇੱਕ ਗੱਲ ਦੱਸਣ ਡਿਆ ਕਿ ਇੱਕ ਗੱਲ ਜਿਹੜੀ ਇਮਾਮ ਅਹਿਮਦ ਰਜ਼ਾ ਖਾਨ ਬਰੇਲਵੀ ਸਾਹਿਬ ਨੇ ਕੀਤੀ ਹੈ ਕਿ ਹਜ਼ਰਤ ਆਇਸ਼ਾ ਨੇ ਅੱਲਾਹ ਤਾਲਾ ਦੀ ਗੁਸਤਾਖੀ ਕੀਤੀ ਹੈ, ਮੈਂ ਜ਼ਾਤੀ ਤੌਰ ਤੇ ਫੁਰਕਾਨ ਸਾਹਿਬ ਦਾ ਤੇ ਮੈਂ ਜਦੋਂ ਉਹਨਾਂ ਕੋਲ ਪੁੱਛਾਂਗਾ ਉਹਨਾਂ ਕੋਲ ਬਿਆਨ ਲਵਾਂਗਾ, ਉਹ ਇੱਕ ਅਲੱਗ ਗੱਲ ਹੈ। ਮੈਂ ਜ਼ਾਤੀ ਤੌਰ ਤੇ ਇਹ ਸਮਝਣਾ ਵਾਂ ਕਿ ਉਸ ਗੁਸਤਾਖੀ ਨਾਲੋਂ ਇਹ ਵੱਡੀ ਗੁਸਤਾਖੀ ਹੈ। ਤੁਸੀਂ ਤੁਹਾਨੂੰ ਨਹੀਂ ਪਤਾ, ਤੁਹਾਨੂੰ ਪਤਾ ਨਹੀਂ ਗੱਲ ਦਾ, ਉਹ ਮੇਰੀ ਗੱਲ ਸੁਣ ਲਓ ਫਿਰ ਇੱਕ ਵਾਰੀ। ਮੈਂ ਉਹ ਗੱਲ ਨੂੰ ਨਹੀਂ, ਗਲਤ ਗੱਲ ਕਰਦੇ ਹੋ ਨਾ, ਮੈਂ ਨਹੀਂ ਨਹੀਂ, ਮੈਂ ਤੁਹਾਨੂੰ ਚਾਹੁੰਦਾ ਉਸ ਗੱਲ ਨੂੰ, ਮੈਂ ਤੁਹਾਨੂੰ ਚੈਲੰਜ ਕੀਤੇ ਆ ਕਿ ਅੱਲਾ ਹਜ਼ਰਤ ਦੇ ਫਤਵਾ ਮੇਰੇ ਸਾਹਮਣੇ ਲੈ ਆਵਿਆ ਜੇ, ਇਹ ਪਹਿਲਾਂ ਇਹ ਫਤਵਾ ਸਮਝ ਲਓ ਜਿਹੜੀ ਉਹਨਾਂ ਗੱਲ ਕੀਤੀ ਉਹਨਾਂ ਨੇ। ਮੈਂ ਉਸ ਗੱਲ ਨੂੰ ਸਮਝ ਗਿਆ ਵਾਂ। ਨਹੀਂ ਸਮਝੇ ਨਾ, ਜੇ ਤੁਸੀਂ ਸਮਝੋ ਫਿਰ ਤੁਸੀਂ ਇਹ ਗੱਲ ਦੂਜੀ ਤੀਜੀ ਵਾਰੀ ਕਰੋ ਨਾ, ਮੈਨੂੰ ਗੱਲ ਕਰ ਲੈਂਦੇ, ਮੇਰਾ ਟਾਈਮ ਨਮਾਜ਼ ਦਾ ਜਾਂਦਾ ਪਿਆ। ਹਾਂਜੀ ਹਾਂਜੀ, ਤੇ ਤੁਹਾਡੇ ਨਾਲ ਇੱਥੋਂ ਜਿਹੜੀ ਗੱਲ ਪਿੱਛੋਂ ਹੋਣੀ ਮੇਰੇ ਹਾਲੇ ਇੱਕ ਮਿੰਟ ਤੋਂ ਬਾਅਦ ਗੱਲ ਬੰਦ ਹੋ ਜਾਣੀ, ਮੇਰੀ ਗੱਲ ਸੁਣ ਲਓ ਇੱਕ ਮਿੰਟ ਮੰਨ ਦੇ ਦਿਓ। ਆਲਾ ਹਜ਼ਰਤ ਇਹ ਪੇ ਕਹਿੰਦੇ ਨੇ ਕਿ ਅੱਲਾ ਤਾਲਾ ਦਾ ਤੇ ਉਹਦੇ ਬੰਦੇ ਦਾ ਇੱਕ ਐਸਾ ਰਿਸ਼ਤਾ ਹੈ ਕਿ ਜਿਹੜੇ ਉਹਦੇ ਨੇਕ ਬੰਦੇ ਨੇ ਉਹ ਅੱਲਾ ਤਾਲਾ ਨਾਲ ਇੰਜ ਸ਼ਿਕਵਾ ਵੀ ਕਰ ਲੈਂਦੇ ਨੇ ਜਿਸ ਤਰ੍ਹਾਂ ਇੱਕ ਮਹਿਬੂਬ ਆਪਣੇ ਮਹਿਬੂਬ ਨਾਲ ਕਰਦਾ ਹੈ, ਜਿਸ ਤਰ੍ਹਾਂ ਮੂਸਾ ਅਲੈਹਿ ਸਲਾਮ ਨੇ ਆਖਿਆ ਇਨ ਹੈ ਯਾ ਫਿਤਨਾ ਤੁਕ, ਯਾ ਅੱਲਾ ਤੇਰੀ ਤਰਫੋਂ ਹੀ ਫਿਰ ਆਈਆਂ ਜ਼ਮਾਇਸ਼ਾਂ ਨੇ, ਜਿਸ ਤਰ੍ਹਾਂ ਨਬੀ ਅਲੈਹਿ ਸਲਾਤੁ ਵਸਲਾਮ ਨੇ ਆਖਿਆ ਸੀ ਬਦਰ ਦੇ ਦਿਨ, ਯਾ ਅੱਲਾ ਜੇ ਅੱਜ 313 ਮਰਵਾ ਤੇ ਤੇਰਾ ਵੀ ਨਾਂ ਲੈਣ ਵਾਲਾ ਇਸ ਦੁਨੀਆਂ ਤੇ ਕੋਈ ਨਹੀਂ ਰਹਿਣ ਲੱਗਾ। ਆਮ ਕੋ ਬੰਦਾ ਆਖੇ ਕਿ ਉਹਦਾ ਮਾਇਨਾ ਕੱਢੋ ਦੇ, ਲੇਕਿਨ ਇਹ ਮਹਿਬੂਬ ਦੀ ਮਹਿਬੂਬ ਨਾਲ ਗੱਲ, ਇਹ ਉਹ ਮਿਸਾਲ ਦੇ ਕੇ ਪਿਆਰਦੇ ਨੇ ਕਿ ਜਿਹੜੀ ਉਮੁਲ ਮੋਮਿਨੀਨ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਨੇ ਗੱਲ ਕੀਤੀ ਹੈ ਨਾ, ਅੱਲਾਹ ਤਾਲਾ ਦੀ ਸ਼ਾਨ ਨੂੰ ਸਾਹਮਣੇ ਰੱਖ ਕੇ, ਅੱਲਾਹ ਤਾਲਾ ਦੀ ਜ਼ਾਤ ਨੂੰ ਸਾਹਮਣੇ ਰੱਖ, ਹੋਰ ਕੋਈ ਬੰਦਾ ਕਰੇ ਤੇ ਉਹਦੀ ਤਾਂ ਧੌਣ ਲਾ ਦੇਣੀ ਚਾਹੀਦੀ ਹੈ, ਲੇਕਿਨ ਉਹ ਮਹਿਬੂਬ ਦੀ ਮਹਿਬੂਬ ਨਾਲ ਗੱਲ, ਇੱਕ ਅਜ਼ੀਮ ਹਸਤੀ ਦੀ, ਅੱਲਾਹ ਦੇ ਨੇਕ ਤਰੀਨ ਬੰਦੇ ਦੀ ਬੀਵੀ ਦੀ ਗੱਲ ਰੱਬ ਨਾਲ ਹੈ, ਉਹ ਜਿਹੜੀ ਗੱਲ ਹੈ ਨਾ ਉਹ ਗੱਲ ਹੋਰ, ਤੁਹਾਨੂੰ ਗੱਲ ਦਾ ਵੀ ਨਹੀਂ ਪਤਾ ਕਿਹੜੀ ਗੱਲ ਪਿਆਰਦੇ ਨੇ।
ਮੈਨੂੰ ਤੇ ਇੰਨਾ ਹੀ ਨਜ਼ਰ ਆ ਰਿਹਾ ਨਾ ਜੋ ਅਲਫਾਜ਼ਾਂ ਦੇ ਵਿੱਚ ਨਜ਼ਰ ਆ ਰਿਹਾ, ਉਹਦਾ ਖੁਲਾਸਾ ਇੰਨਾ ਹੀ, ਉਹਦਾ ਖੁਲਾਸਾ ਇਹ ਵੇ ਕਿ ਨਹੀਂ ਹੈ ਕਿ ਅੱਲਾ ਦੀ ਗੁਸਤਾਖੀ ਹੈ ਉਹਦੇ 'ਚ, ਗੁਸਤਾਖੀ ਨਹੀਂ ਹੈ ਫਿਰ ਉਹੀ ਗੱਲ। ਅੱਛਾ ਚਲੋ, ਗੁਸਤਾਖੀ ਨਹੀਂ ਹੈ ਅੱਲਾ ਦੇ ਮਹਿਬੂਬ ਬੰਦੇ ਦੀ ਅੱਲਾ ਨਾਲ ਆਮ ਕਲਾਮੀ ਨੂੰ, ਉਹ ਪੇ ਕਹਿੰਦੇ ਨੇ ਕਿ ਜਿਹੜਾ ਅੱਲਾ ਦਾ ਮਹਿਬੂਬ ਬੰਦਾ ਹੁੰਦਾ ਨਾ ਉਹ ਜਿਸ ਤਰ੍ਹਾਂ ਅੱਲਾ ਤਾਲਾ ਨਾਲ ਆਮ ਕਲਾਮ ਹੋ ਸਕਦਾ, ਆਮ ਬੰਦਾ ਹੋਵੇ ਤੇ ਉਹਦੀ ਧੌਣ ਲਾ ਦੇ ਇੱਕ ਬੰਦਾ, ਠੀਕ ਹੋ ਗਿਆ, ਯਾਨੀ ਕਿ ਹਜ਼ਰਤ ਆਇਸ਼ਾ ਉਹ ਗੱਲ ਕਰ ਸਕਦੇ ਨੇ, ਕਰ ਸਕਦੇ ਨੇ, ਮੂਸਾ ਅਲੈਹਿਸ ਸਲਾਮ ਕਰ ਸਕਦੇ ਨੇ, ਨਬੀ ਪਾਕ ਕਰ ਸਕਦੇ ਨੇ, ਕਰ ਸਕਦਾ ਆਮ ਬੰਦਾ ਨਹੀਂ ਕਰ ਸਕਦਾ, ਇਹ ਉਹ ਕਹਿਣਾ ਚਾਹੁੰਦੇ ਨੇ। ਅਗਰ ਕੋਈ ਹੋਰ ਹੁੰਦਾ ਤੇ ਉਹਦੀ ਗਰਦਨ ਲੱਥ ਜਾਂਦੀ, ਹਾਂਜੀ ਠੀਕ ਹੋ ਗਿਆ ਨਾ, ਠੀਕ ਹੋ ਗਿਆ। ਹੁਣ ਇਹੀ ਅਲਫਾਜ਼, ਇਹੀ ਅਲਫਾਜ਼ ਉਸ ਵਾਕੇ ਦੇ ਉੱਤੇ ਲੈ ਕੇ ਜਾਓ, ਉੱਥੇ ਕਰੋ ਕਿ ਇਹ ਗੱਲ ਹਜ਼ਰਤ ਆਇਸ਼ਾ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਵਾਸਤੇ ਕੀਤੀ ਹੈ, ਅਗਰ ਕੋਈ ਹੋਰ ਆਮ ਇਨਸਾਨ ਕਰਦਾ ਠੀਕ ਹੈ ਤੇ ਉਹਦੀ ਗਰਦਨ ਲੱਥ ਜਾਣੀ ਸੀ। ਨਬੀ ਪਾਕ ਦੇ ਬਾਰੇ ਤੋਂ ਨਾ ਕਿਹਾ ਹੀ ਨਹੀਂ ਹੈ। ਅੱਛਾ ਉਹਦੇ 'ਚ ਤੁਹਾਨੂੰ ਜਿਹੜੇ ਅਲਫਾਜ਼ ਵਾਜ਼ੇ ਹੋਣ ਦੇ ਨੇ ਤਾਂ ਮੈਂ ਉਹ ਗੱਲ ਦੁਹਰਾਉਣੀ ਨਹੀਂ ਚਾਹੁੰਦਾ, ਸਮਝਾਉਣੀ ਨਹੀਂ ਚਾਹੁੰਦਾ ਲੋਕਾਂ ਨੂੰ ਸਾਫ਼ ਲਫ਼ਜ਼ਾਂ 'ਚ, ਲੇਕਿਨ ਜੋ ਉਹਦੇ 'ਚ ਗੱਲ ਹੋ ਰਹੀ ਹੈ ਤੇ ਜੋ ਉਹਦੇ 'ਚ ਸਮਝ ਆ ਰਿਹਾ ਉਹਨਾਂ ਗੱਲਾਂ 'ਚ, ਕਿਆ ਉਹ ਗੁਸਤਾਖੀ ਨਹੀਂ ਤੁਹਾਡੀ ਨਜ਼ਰ 'ਚ? ਆਮ ਇਨਸਾਨ ਮੈਂ ਕਰਾਂ ਜਾਂ ਸ਼ਹੀਦਾਂ ਵੀ ਦਾ ਕਰੇ, ਹਜ਼ਰਤ ਆਇਸ਼ਾ ਨੇ ਤਾਂ ਨਹੀਂ ਕੀਤੀ ਨਾ, ਹਜ਼ਰਤ ਆਇਸ਼ਾ ਨੇ ਤੇ ਚਲੋ ਉਹਨਾਂ ਨੂੰ ਤੇ ਹੱਕ ਸੀ ਨਾ, ਉਹ ਕਿਉਂਕਿ ਬੀਵੀ ਸਨ ਤੇ ਨਾਲ ਉਹਨਾਂ ਦਾ ਕੋਈ ਤਲਕ ਸੀ, ਉਮਲ ਮੋਮਿਨੀਨ ਸਨ, ਉਹਨਾਂ ਦਾ ਹੱਕ ਸੀ, ਉਹਨਾਂ ਦਾ ਹੱਕ ਸੀ। ਗੱਲ ਇਹ ਮੈਂ ਫੇਰ ਇਸ ਕਹਿਣ ਲਾ ਦਿੱਤਾ ਹੈ, ਉਮਲ ਮੋਮਿਨੀਨ ਆਇਸ਼ਾ ਸਦੀਕਾ ਨੇ ਨਬੀ ਪਾਕ ਦੇ ਬਾਰੇ ਗੱਲ ਨਹੀਂ ਕੀਤੀ, ਫੇਰ ਸਮਝੋ ਗੱਲ ਨੂੰ। ਮੈਂ ਇੱਥੋਂ ਸਮਝ ਗਿਆ ਵਾਂ, ਇੱਥੇ ਹੋਈ ਹੈ ਅੱਲਾਹ ਤਾਲਾ ਦੀ ਗੱਲ, ਠੀਕ ਹੋ ਗਿਆ, ਉੱਥੇ ਹੋਈ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ ਜੀ, ਹੈ ਠੀਕ ਹੈ। ਹੁਣ ਇੱਕ ਬੰਦਾ ਵਿਚਕਾਰ ਬੰਦਾ ਮੈਂ ਆ ਗਿਆ ਵਾਂ, ਮੈਂ ਸਮਝਣਾ ਵਾਂ ਕਿ ਜਿੰਨੀ ਇੱਥੇ ਹੋਈ ਹੈ ਨਾ ਠੀਕ ਹੈ ਗੱਲ, ਜੈਂਜ ਦੀ ਵੀ ਹੋਈ ਹੈ, ਮੇਰੀ ਨਜ਼ਰ 'ਚ ਹੁਣ ਇਸ ਟਾਈਮ ਜੋ ਮੈਂ ਸੁਣਿਆ ਨਾ, ਮੈਨੂੰ ਉੱਥੇ ਗੱਲ ਬਹੁਤ ਹੀ ਸਖ਼ਤ ਲੱਗਦੀ ਹੈ ਪਈ, ਜਿਹੜੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਵਾਸਤੇ ਕੀਤੀ ਹੈ ਠੀਕ ਹੈ, ਉਹ ਸਖ਼ਤ ਲੱਗਦੀ ਹੈ ਪਈ, ਲੇਕਿਨ ਉਹ ਮੈਂ ਗੁਸਤਾਖੀ ਨਹੀਂ ਕਹਾਂਗਾ, ਕਿਉਂਕਿ ਉਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਉਮਲ ਮੋਮਿਨੀਨ ਸਾਡੀ ਮਾਂ ਨੇ ਕੀਤੀ ਹੈ, ਅਸੀਂ ਉਹਨੂੰ ਗੁਸਤਾਖੀ ਨਹੀਂ ਕਹਾਂਗੇ। ਅਗਰ ਕੋਈ ਹੋਰ ਬੰਦਾ ਕਰਦਾ ਤੇ ਉਹਦਾ ਸਰ ਕਲਮ ਹੋ ਸਕਦਾ ਸੀ, ਨਹੀਂ ਉਹ ਇਹਨਾਂ ਮੇਨੇ ਚੋਂ ਨਾ ਕੀਤੀ ਵੀ ਨਹੀਂ, ਮੇਰੀ ਗੱਲ ਯਾਦ ਰੱਖਿਓ, ਉਮਲ ਮੋਮਿਨੀਨ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਨੇ ਜਿਹੜੀ ਗੱਲ ਆਖੀ ਹੈ ਨਾ ਨਬੀ ਅਲੈਹਿ ਸਲਾਮ ਨੂੰ ਕਿ ਤੁਹਾਡੇ ਨਾਲ ਤੇ ਇਹਦੀ ਮੁਸ਼ਾਬਿਹਤ ਕੋ ਨਹੀਂ ਹੈ, ਤੁਹਾਡੇ ਨਾਲ ਤੇ ਉਹਦਾ ਚਿਹਰਾ ਮੋਹਰਾ ਨਹੀਂ ਮਿਲਦਾ, ਉਹਦਾ ਉਹ ਮਹਿਨਾ ਵੀ ਨਹੀਂ ਜੋ ਕੋ ਐ ਕੱਟ ਕੇ ਪੈ ਦਿੰਦਾ ਹੈ, ਉਹਨਾਂ ਨੇ ਕੋਈ ਆਪਣੇ ਕੋਲ ਨਹੀਂ ਕੱਢਿਆ, ਉਹ ਇਬਾਰਤ ਚ ਸਮਝ ਆ ਰਹੀ ਹੈ ਉਹਨੇ ਤੇ ਭਾਈ, ਉਹ ਭਾਈ ਉਹਨੇ ਤੇ ਇਹ ਇਬਾਰਤ ਨਾਲ ਜੋੜ ਕੇ ਜੋ ਮਹਿਨਾ ਕੱਢਿਆ, ਤਾਰਕ ਸਾਹਿਬ ਆ ਗਏ ਨੇ ਵੀ ਇਹਨੂੰ ਮੈਂ ਜ਼ਬਾਨ ਤੇ ਲਿਆ ਵੀ ਨਹੀਂ ਸਕਦਾ। ਮੈਂ ਤੇ ਕਹਿਣ ਡਿਆ ਕਿ ਮੈਨੂੰ ਉਸ ਇਬਾਰਤ ਤੋਂ ਜਿਹੜੀ ਗੱਲ ਸਮਝ ਆਮ ਇਨਸਾਨ ਨੂੰ ਤੁਸੀਂ ਪੜ੍ਹ ਕੇ ਸੁਣਾਓਗੇ ਨਾ, ਉਹ ਖੁਦ ਹੀ ਕੱਢ ਲੇਗਾ ਮਤਲਬ, ਲੇਕਿਨ ਅਗਰ ਕੋਈ ਹੋਰ ਮਤਲਬ ਹੈ ਵੇ ਉਹਦਾ ਠੀਕ ਹੈ, ਤੇ ਅਮਰ ਨਜ਼ੀਰ ਸਾਹਿਬ ਸਾਡਾ ਮੇਰਾ ਤੁਹਾਡਾ ਹਰ ਜਿਹੜਾ ਉਸ ਬੰਦਾ ਜਿਹੜਾ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨਾਲ ਤੇ ਉਮਲ ਮੋਮਿਨੀਨ ਨਾਲ ਪਿਆਰ ਰੱਖਦਾ ਨਾ, ਉਹਨੂੰ ਉੱਤੇ ਜਾਣਾ ਚਾਹੀਦਾ ਸੀ, ਉਹਨੂੰ ਜਾ ਕੇ ਦੱਸਣਾ ਚਾਹੀਦਾ ਸੀ ਕਿ ਭਾਈ ਜੀ ਇਹਦਾ ਮਤਲਬ ਜਿਹੜਾ ਮੈਨੂੰ ਸਮਝ ਆ ਰਿਹਾ ਜਾਂ ਤੈਨੂੰ ਸਮਝ ਆ ਰਿਹਾ ਠੀਕ ਹੈ, ਉਹ ਹੋਰ ਹੀ ਮੈਨੂੰ ਜੋ ਸਮਝ ਆ ਰਿਹਾ ਉਹ ਹੋਰ ਹੀ ਉਹ ਆ ਹੀ। ਅੱਛਾ ਤੁਸੀਂ ਜਾ ਕੇ ਆਖ ਲਿਓ ਨਾ, ਤੁਸੀਂ ਕੱਲ ਮੇਰੀ ਗੱਲ ਸੁਣੋ ਨਾ, ਤੁਸੀਂ ਕੱਲ ਜਾ ਕੇ ਨਾ ਇਹ ਗੱਲ ਹੁਣ ਤੁਹਾਨੂੰ ਸਮਝ ਆ ਗਈ ਹੈ ਨਾ, ਮੈਨੂੰ ਉਸ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਇਹਦਾ ਕੀ ਮਤਲਬ ਬਣਦਾ, ਮੈਨੂੰ ਮਤਲਬ ਉਹ ਨਹੀਂ ਨਜ਼ਰ ਆ ਰਿਹਾ, ਮੈਨੂੰ ਉਹਦੇ ਚੋਂ ਹੀ ਨਜ਼ਰ ਆ ਰਿਹਾ ਕਿ ਜੋ ਸਮਝ ਤੁਸੀਂ ਸਮਝ ਗਏ ਕੀ ਗੱਲ ਹੈ, ਜੋ ਕੁਝ ਉਹਨੇ ਆਖਿਆ ਉਹ ਸਾਰਿਆਂ ਬੰਦਿਆਂ ਨੇ ਸੁਣ ਲਿਆ, ਤੁਸੀਂ ਵੀ ਸੁਣ ਲਿਆ, ਤੁਹਾਨੂੰ ਵੀ ਪਤਾ ਲੱਗ ਗਿਆ ਉਹ ਕੀ ਕਹਿਣਾ ਚਾਹੁੰਦਾ। ਜੀ ਸਰ ਤੁਸੀਂ ਜ਼ਿਆਦਤੀ ਕਰਦੇ ਹੋ, ਇੱਕ ਆਮ ਗੱਲ ਨੂੰ ਤੁਸੀਂ ਗੁਸਤਾਖੀ ਦੇ ਪਾਸੇ ਲਾਈ ਜਾਂਦੇ ਹੋ, ਠੀਕ ਹੈ। ਅੱਛਾ ਇਹ ਆਮ ਗੱਲ ਹੈ, ਆਮ ਗੱਲ ਇਹ ਮੈਂ ਤੁਹਾਨੂੰ ਸਮਝਾ ਦੀ ਦਿੱਤੀ ਸਾਰੀ ਗੱਲ, ਜਿਹੜਾ ਉਹ ਕਹਿੰਦਾ ਪਿਆ ਕਿ ਇਹ ਉਮਲ ਮੋਮਿਨੀਨ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਦੀ ਗੱਲ, ਅੱਲਾ ਹਜ਼ਰਤ ਨੇ ਇਹੋ ਹੀ ਗੱਲ ਕੋਡ ਕਰਕੇ ਸ਼ਾਇਦ ਆਖਿਆ ਸੀ ਕਿ ਉਹ ਤੇ ਕੋਈ ਹੋਰ ਬੰਦਾ ਕਰਦਾ ਤੇ ਵਾਜਬੁਲ ਕਤਲ ਸੀ, ਸ਼ਾਇਦ ਉਹਨੇ ਲਫ਼ਜ਼ ਪਾਇਆ, ਸ਼ਾਇਦ ਉਹਨੇ ਲਫ਼ਜ਼ ਪਾਇਆ, ਸ਼ਾਇਦ ਦਾ ਉਹ ਭਾਈ ਸ਼ਾਇਦ ਦਾ ਤੇ
ਗੁੰਮਰਾਹ ਕਰਨ ਵਾਸਤੇ ਪਾਇਆ, ਮੈਂ ਤਾਂ ਹੀ ਬਹਿਣਾ ਸ਼ਾਇਦ ਲਾ ਕੇ ਜਾਂ ਸ਼ਾਇਦ ਲਾ ਕੇ ਹਵਾਲਾ ਜਦੋਂ ਉਹਨਾਂ ਦੀ ਨਜ਼ਰ ਦੇ ਵਿੱਚ ਕੋਈ ਉੱਤੇ ਪੜ ਕੇ ਅਗਰ ਸੁਮਾਨ ਵਾਲੇ ਰਿਜ਼ਵੀ ਸਾਹਿਬ ਥੱਲੇ ਬੈਠੇ ਸਨ, ਅਗਰ ਇਹ ਉੱਤੇ ਜਾ ਕੇ ਤੇ ਇਹ ਹਵਾਲਾ ਪੜ ਕੇ ਸੁਣਾਉਂਦੇ ਜਿਵੇਂ ਤੁਸੀਂ ਮੈਨੂੰ ਸੁਣਾਇਆ। ਅੱਛਾ ਇਹ ਹਵਾਲਾ ਉਹਨੇ, ਅੱਛਾ ਮੇਰੀ ਗੱਲ ਸੁਣੋ, ਉਹਨੇ ਫਰਕਾਨ ਨੇ ਹਵਾਲਾ ਪੜੀ ਬਗੈਰ ਨਿਸ਼ਾਨ ਲਾ ਲਿਆ ਤੇ ਹਰੇ ਰੰਗ ਦਾ 3500 ਹਵਾਲੇ ਇਸ ਤਰ੍ਹਾਂ ਲੱਭ ਜਾਂਦੇ ਨੇ ਨਿਸ਼ਾਨ। ਨਹੀਂ ਇਹ ਨਿਸ਼ਾਨ ਜਿਹੜਾ ਜਿਸ ਤਰ੍ਹਾਂ ਮੈਂ ਲਾਇਆ ਤੁਹਾਨੂੰ, ਮੈਂ ਉਹਦੀ ਵੀਡੀਓ ਬਣਾਈ, ਉਹਨੇ ਨਿਸ਼ਾਨ ਲਾਇਆ ਪੇਪਰ ਦੇ ਉੱਤੇ, ਉਹਨੇ ਹਵਾਲਾ ਪੜੀ ਬਗੈਰ ਹੀ ਨਿਸ਼ਾਨ ਲਾ ਲੈਂਦਾ। ਮੈਂ ਯਕੀਨ ਮੰਨੋ ਜਦੋਂ ਤੁਸੀਂ ਵੀ ਲਾਇਆ ਸੀ ਨਾ, ਤੁਸੀਂ ਵੀ ਲਾਇਆ ਸੀ ਹਵਾਲਾ, ਮੈਂ ਉੱਤੋਂ ਲੈ ਕੇ ਥੱਲੋਂ ਤੱਕ ਪੜਿਆ ਕੋਈ ਨਹੀਂ ਸੀ, ਮੈਂ ਪਹਿਲਾਂ ਹੀ 2 ਲਾਈਨਾਂ ਪੜ ਲਈਆਂ ਸਨ, ਫਿਰ ਤੁਸੀਂ ਉਹ ਤਾਂ ਠੀਕ ਹੈ, ਪਹਿਲਾਂ ਬੰਦਾ ਉਹ ਹੀ ਪੜਦਾ ਜਿਹੜਾ ਦੇਖਣਾ, ਉਹ ਹੀ ਬੰਦਾ ਜਿਹਨਾਂ ਹਵਾਲਾ ਤਿਆਰ ਕਰਦਾ ਹੈ ਉਹ ਤਾਂ ਪੂਰਾ ਪੜਦਾ ਹੈ ਨਾ, ਸਵਾਲ ਕੀ ਹੈ ਜਵਾਬ ਕੀ ਹੈ। ਇੱਕ ਬੰਦੇ ਨੇ ਸਵਾਲ ਕੀਤਾ ਹੈ ਜ਼ਰੂਰੀ ਨਹੀਂ, ਮੂਸਾ ਅਲੈਹਿ ਸਲਾਮ ਨੇ ਤਖਤੀਆਂ ਸੁੱਟ ਦਿੱਤੀਆਂ ਤੌਰਾਤ ਦੀਆਂ ਤੇ ਗੁਸਤਾਖੀ ਨਾ ਹੋ ਗਈ, ਅੱਲਾ ਦਾ ਕਲਾਮ ਸੀ। ਤੁਸੀਂ ਫੇਰ ਵੀ ਜਿਹੜਾ ਨਾ ਗਲਤ ਗੁਸਤਾਖੀ ਦਾ ਥੱਬਾ ਲਾਣ ਦੇ ਹੋ। ਮੈਂ ਕਹਿੰਦਾ ਉਹ ਬਣਦਾ ਮੇਰੇ ਸਾਹਮਣੇ ਹੋਵੇ ਨਾ, ਪਾਕਿਸਤਾਨ ਸਦਰ ਗੁਜਰਾਤ ਹੋਵੇ ਥਾਣਾ, ਲਾ ਇਲਾਹ ਇਲੱਲਾ ਮੁਹੰਮਦ ਰਸੂਲਲਾ, ਇਹ ਬੋਲ ਬੋਲ ਕੇ ਚੀਖ ਚੀਖ ਕੇ ਤੁਹਾਡੇ ਸਾਹਮਣੇ ਆਕੇ ਕਿਆ ਮੈਂ ਗੁਸਤਾਖੀ ਕੀਤੀ ਔਰ ਮੈਂ ਜਾਣ ਬੁੱਝ ਕੇ ਕੀਤੀ। ਹਾਂ ਅਮਨਦੀਪ ਸਾਹਿਬ ਤੁਹਾਡੇ ਮੂੰਹ ਤੇ ਮੈਂ ਇਹ ਵੀ ਅਲਫਾਜ਼, ਇੱਕ ਇਹ ਬੰਦਾ ਆ ਗਿਆ ਹੈ ਮਮਦੀ, ਇਹ ਵੀ ਉੱਥੇ ਬੈਠੇ ਸੀ। ਮੈਂ ਗੱਲ ਸਮਝਦਾ, ਮੈਂ ਤੇ ਜਿਹੜੀ ਗੱਲ ਸੁਣ ਲਈ ਸਮਝੋ ਕਿ ਮੈਨੂੰ ਵੀ ਤੁਸੀਂ ਉੱਥੇ ਹੀ ਪਾਓਗੇ, ਸਮਝੋ ਕਿ ਮੈਂ ਵੀ ਉੱਥੇ ਹੀ ਹਾਂ, ਕਿਉਂ ਕਿ ਮੈਂ ਗੱਲ ਸੁਣ ਲਈ ਹੈ ਜਿਹੜੇ ਬੰਦੇ ਨੇ ਤੇ ਗੱਲ ਸੁਣ ਲਈ ਹੈ। ਐਸ ਐਸ ਸਾਹਿਬ ਸੋਹਣਾ ਇਹਨੇ ਨਾ, ਇਹਨਾਂ ਨੂੰ ਪੁੱਛ ਲਓ। ਮੈਂ ਬਾ ਮੇਰੀ ਨਮਾਜ਼ ਨੂੰ ਦੇਰ ਹੋਣ ਲੱਗੀ, ਮੈਂ ਨਮਾਜ਼ ਪੜ੍ਹਨ ਜਾਣਾ ਤੇ ਫਿਰ ਗੱਲ ਕਰੋ। ਠੀਕ ਠੀਕ ਕੋਈ ਮਸਲਾ ਨਹੀਂ। ਮਲਕ ਕੈਸਰ ਸਾਹਿਬ ਆਏ ਨੇ, ਉਸਮਾਨ ਭਾਈ ਆਏ ਨੇ, ਖਲੀਫਾ ਸਾਹਿਬ ਆਏ ਨੇ, ਕਰੋ ਗੱਲ, ਅਬਦੁੱਲਾ ਭਾਈ ਆਏ ਨੇ। ਚਲੋ ਸਹੀ ਹੈ। ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤੁ, ਸਭ ਮੁਸਲਮਾਨ ਭਾਈਓ ਕੋ ਇੱਕ ਮੁਸਲਮਾਨ ਕਾ ਸਲਾਮ। ਨਹੀਂ ਨਹੀਂ ਨਹੀਂ, ਅੱਛਾ ਕਿੱਥੇ? ਅੱਛਾ ਜੀ 1112 ਸਾਹਿਬ ਮੌਜੂਦ ਹੋ? ਹਾਂਜੀ ਹਾਂਜੀ ਮੌਜੂਦ ਜੀ। ਹਾਂਜੀ ਹਾਂਜੀ, ਇਹ ਤੁਸੀਂ ਕਹਿ ਰਹੇ ਸੀ ਕਿ ਉਸਮਾਨ ਵਾਲੇ ਦਾ ਜੀ, ਮੈਂ ਤੇ ਗੱਲ ਕੋਈ ਨਹੀਂ ਸੁਣੀ, ਵੈਸੇ ਸਕਰੋਲ ਕਰਦੇ ਆ ਮੈਨੂੰ ਪਤਾ ਚੱਲਿਆ ਬਰਾੜ ਚਾਰ, ਮੈਂ ਅੱਗੇ ਨਿਕਲ ਗਿਆ, ਪਿੱਛੋਂ ਸ਼ਾਇਦ ਉਹ ਕਿਤੇ ਗੱਲ ਕਰਦੇ ਹੋਣ, ਮੈਂ ਤੇ ਇੱਥੇ ਮੌਜੂਦ ਨਹੀਂ। ਤੁਹਾਡਾ ਨਾਮ ਆਇਆ, ਮੈਂ ਤਾਂ ਹੀ ਤੁਹਾਡਾ ਨਾਮ ਲਿਆ ਕਿ ਜੇ ਤੁਸੀਂ ਤੇ ਮੌਜੂਦ ਨਹੀਂ ਸੀ ਆਏ ਤੇ। ਅੱਛਾ ਤੁਸੀਂ ਕਿਹਾ ਕਿ ਜਾ ਕੇ ਜਵਾਬ ਦੇਣਾ ਚਾਹੀਦਾ ਸੀ ਉਹ ਗਾਲੀ ਬਾਦ ਗੁਸਾਖਾਂ ਦਾ, ਉਹ ਕਿਹੜਾ ਹੁਣ ਉਹਨਾਂ ਨੇ ਕੀਤੀਆਂ ਗੁਸਾਖੀਆਂ, ਉਹ ਆਪਣੇ ਹਾਸ਼ੀਏ ਜਿਹੜੇ ਯਾਨੀ ਕਿ ਤਬਸਰੇ ਜਿਹੜੇ ਕਰਦੇ ਨੇ ਗਾਲੀ ਬਾਦ ਸਾਰੇ ਨਸਰ ਹੋ ਗਏ, ਇਹ ਹੋ ਗਿਆ, ਉਹ ਸਾਡੇ ਕੋਲ ਰਿਕਾਰਡਿੰਗ ਮੌਜੂਦ ਹੈ। ਦੂਸਰਾ ਤੇ ਜੇ ਤੁਹਾਨੂੰ ਏਡਾ ਸ਼ੌਕ ਹੁੰਦਾ ਹੈ ਨਾ ਤੇ ਗੱਲ ਕਰ ਲੋ, ਬਰਾਡ ਜਿਹੜੀ ਹੈ ਨਾ ਵਿਆਹ ਭਾਈ ਦੀ ਜਾਂ ਮੇਰੀ ਬਰਾਡ ਤੇ, ਇਹਨਾਂ ਦੀ ਬਰਾਡ ਤੇ ਨੀ ਜਾਂ ਕੋਈ ਹੋਰ ਬਰਾਡ ਤੇ ਜਿਹਦੀ ਮਰਜ਼ੀ ਹਵਾਲੇ ਤੇ ਗੱਲ ਕਰ ਲੋ, ਮੇਰਾ ਖੁੱਲਾ ਚੈਲੰਜ ਹੈ। ਤੇ ਫਿਰ ਆਪਣੇ ਵੀ ਜਿਹੜੇ ਹਵਾਲੇ ਨੇ ਉਹਨਾਂ ਦਾ ਜਵਾਬ ਦੇਣਾ, ਜੇ ਤੁਸੀਂ ਕਿਹਾ ਨਾ ਉੱਤੇ ਆ ਕੇ ਜਵਾਬ ਦਿਓ, ਤੁਸੀਂ ਬੜੇ ਆ ਕੇ ਜਵਾਬ ਦੇ ਦਿੰਦੇ ਹੋ ਤੇ ਜਵਾਬ ਦੇਣਾ, ਜੇ ਅਸੀਂ ਜਵਾਬ ਦਾਂਗੇ ਤੁਸੀਂ ਵੀ ਜਵਾਬ ਦਿਆ ਜੇ, ਕੀ ਦੱਸੋ ਮਨਜ਼ੂਰ ਜੀ? ਠੀਕ ਠੀਕ ਹੋ ਗਿਆ, ਗੱਲ ਸੁਣਿਓ ਗੱਲ ਸੁਣਿਓ, ਮੈਂ ਗੱਲ ਕਰ ਨਾਲ ਇੱਕ ਹੋਰ ਗੱਲ ਹੈ 1122 ਸਾਹਿਬ, ਤੁਸੀਂ ਹੁਸੈਨੀ ਸਾਹਿਬ ਦੀ ਲਾਈਵ ਤੇ, ਹੁਸੈਨੀ ਸਾਹਿਬ ਦੀ ਲਾਈਵ ਤੇ ਤੁਸੀਂ ਆਖਿਆ ਕਿ ਸਾਡਾ ਕੋਈ ਤਲਕ ਨਹੀਂ, ਨਾ ਹੀ ਮੈਂ ਜਿਹੜਾ ਫਰਕਾਨ ਅਹਿਮਦੀ ਹੈ ਤੇ ਨਾ ਹੀ ਸਾਡਾ ਉਹਦੇ ਨਾਲ ਕੋਈ ਤਲਕ ਹੈ। ਅਗਰ ਅਗਰ ਇਹ ਅਲਫਾਜ਼ ਮੈਂ ਬੋਲੇ ਹੋਣ, ਠੀਕ ਹੈ ਠੀਕ ਹੈ, ਭਰੀ ਮਹਿਫਲ ਦੇ ਵਿੱਚ ਜਿਸ ਵੇਲੇ ਉਹਦੀ ਕੋਈ ਗੁਸਤਾਖੀ ਲਿਆ ਕੇ ਦਿਖਾਈ ਜਾਂਦੀ ਹੈ, ਦੱਸਣ ਲੱਗਾ ਹੁਣ ਮੇਰੀ ਤੁਹਾਡੇ ਬੰਦੇ ਇਨਕਾਰ ਕਰ ਦਿੰਦੇ ਨੇ। ਹਾਂ ਗੱਲ ਤਾਂ ਸੁਣ ਲਓ, ਅਗਰ ਤੁਹਾਡੇ ਕੋਲ ਇਸ ਚੀਜ਼ ਦੀ ਰਿਕਾਰਡਿੰਗ ਹੋਏ ਤੇ ਮੈਂ ਮਾਫੀ ਮੰਗ ਲਾਂਗਾ। ਹੁਣ ਨਵਾਂ ਬਿਆਨ ਸੁਣ ਲਓ, ਮੈਂ ਹੁਣ ਵੀ
ਹੁਣ ਵੀ ਤੁਸੀਂ ਉਹਦੀ ਉਹਦੀ ਇਬਾਰਤ ਨੂੰ ਡਿਫਾਈਨ ਕਰੀ ਜਾਂਦੇ ਹੋ। ਉਹਨੇ ਦੋ ਮੁਖਤਲਿਫ ਗੱਲ ਸੁਣੋ ਨਾ, ਕਿੰਨੀ ਦੇਰ ਤੇ ਸੁਣੀ ਹੈ ਤੁਹਾਡੀ। ਇਮਰਾਨ ਖਾਨ ਸਾਹਿਬ ਬੈਠੇ ਨੇ, ਮੈਂ ਥੱਲੇ ਬਹਿ ਕੇ ਸੁਣ ਰਿਹਾ, ਪਲੀਜ਼ ਮੈਂ ਮਸਰੂਫ ਹਾਂ। ਠੀਕ ਹੈ ਠੀਕ ਹੈ ਓਕੇ। ਅੱਛਾ ਮੈਂ ਗੱਲ ਕਰ ਰਿਹਾ ਵਾਂ, ਦੋ ਮੁਖਤਲਿਫ ਕਿਤਾਬਾਂ, ਯਾਰ ਇੱਕ ਮਿੰਟ ਦਾ ਜਵਾਬ ਦੇ ਲੈਂਦੇ ਅਬਦੁੱਲਾ, ਮੈਂ ਬਾਅਦ ਵਿੱਚ ਤੇਰੀ ਗੱਲ ਦਾ ਜਵਾਬ ਦੇ ਦਾਂਗਾ। ਤੇਰੀ ਗੱਲ ਮੈਂ ਸੁਣ ਕੇ ਜਵਾਬ ਦੇ ਕੇ ਜਾਵਾਂਗਾ, ਮੈਨੂੰ ਸਮਾਨ ਵਾਲੀ ਦੀ ਗੱਲ ਦਾ ਜਵਾਬ ਦੇ ਲੈਂਦੇ ਬਸ। ਠੀਕ ਹੈ, ਮੈਂ ਤੇਰੀ ਗੱਲ ਦਾ ਜਵਾਬ ਦੇਵਾਂਗਾ, ਇੱਕ ਵਾਰੀ ਮਿਊਟ ਲਾ ਲੈ। ਗੱਲ ਇਹ ਵੇ ਉਸਮਾਨ ਸਾਹਿਬ, ਅਸੀਂ ਸਾਰੀ ਦਿਹਾੜੀ ਸਾਡੇ ਬੰਦੇ ਸਟੇ ਰੀਅਲ ਸਾਹਿਬ, ਹੋਰ ਤਾਰਕ ਤਾਹਰ ਅਮਜਦ ਸਾਹਿਬ ਹਰ ਜਗ੍ਹਾ ਪਹੁੰਚੇ ਹੁੰਦੇ ਨੇ, ਹਰ ਜਗ੍ਹਾ ਹਰ ਸਵਾਲ ਦਾ ਜਵਾਬ ਦੇ ਰਹੇ ਹੁੰਦੇ ਨੇ। ਕੋਈ ਐਸਾ ਸਵਾਲ ਐਸਾ ਦੱਸ ਛੱਡੋ ਕਿ ਯਾਰ ਇਹ ਸਵਾਲ ਦਾ ਜਵਾਬ ਅੱਜ ਤੱਕ ਸਾਨੂੰ ਨਹੀਂ ਲੱਭਾ। ਠੀਕ ਹੈ, ਉਹ ਤੁਸੀਂ ਆ ਕੇ ਮੈਂ ਤੁਹਾਨੂੰ ਬਰਾੜ ਦੱਸਾਂਗਾ, ਉੱਥੇ ਆ ਕੇ ਕਰ ਲਿਓ। ਕੱਲ੍ਹ ਵੀ ਤੁਹਾਡੇ ਭਰਾ ਸਾਹਿਬ ਵੀ ਆਏ ਸਨ ਉੱਥੇ ਰੂਹਾਨੀ ਖਜ਼ਾਨ ਵਾਲੀ ਲਾਈਵ 'ਤੇ, ਅਤੇ ਮੈਂ ਉਹਨਾਂ ਨੂੰ ਆਖਿਆ ਸੀ ਕਿ ਇੱਕ ਸਵਾਲ ਸਾਡਾ ਕਰ ਲਓ, ਇੱਕ ਤੁਸੀਂ ਕਰ ਲਓ, ਕੋਈ ਮਸਲਾ ਨਹੀਂ, ਅਸੀਂ ਹਾਜ਼ਰ ਹਾਂ। ਅਸੀਂ ਤਾਂ ਬੈਠੇ ਹੀ ਇਸੇ ਲਈ ਹਾਂ, ਅਤੇ ਸਾਡੇ ਤਾਂ ਬੰਦੇ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਇਹ ਕੰਮ ਕਰਨ ਡੇ ਨੇ। ਦੂਸਰਾ, ਜਿੰਨਾ ਤੁਸੀਂ ਡਿਫੈਂਡ ਆਲਾ ਹਜ਼ਰਤ ਸਾਹਿਬ ਨੂੰ ਕਰਦੇ ਹੋ ਨਾ, ਠੀਕ ਹੈ, ਉਨਾ ਮੈਂ ਡਿਫੈਂਡ ਫੁਰਕਾਨ ਫੋਰਸ ਨੂੰ ਕਰਾਂਗਾ। ਠੀਕ ਹੈ, ਅਗਰ ਕਿਤੇ ਸਾਬਤ ਫੁਰਕਾਨ ਦੀ ਗੁਸਤਾਖੀ ਹੋ ਗਈ, ਠੀਕ ਹੈ, ਅਤੇ ਮੈਂ ਉਹਨੂੰ ਮੈਨੂੰ ਅਨਕਬੂਲ ਕਰਾਂਗਾ ਕਿ ਉਹਨੇ ਕੋਈ ਗੁਸਤਾਖੀ ਕੀਤੀ ਹੈ। ਲੇਕਿਨ ਅਜੇ ਤੱਕ ਨਾ ਮੈਂ ਉਹਦੇ ਮੂੰਹੋਂ ਅੱਜ ਤੱਕ ਗੁਸਤਾਖੀ ਸੁਣੀ ਹੈ, ਅਤੇ ਨਾ ਮੈਂ ਉਹਨੂੰ ਹੁਣ ਤੱਕ ਕੋਈ ਸਾਬਤ ਕਰ ਸਕਿਆ। ਤੁਸੀਂ ਦਾਅਵਾ ਕੀਤਾ ਹੈ ਕਿ ਉਹਦੀਆਂ ਵੀਡੀਓ ਮੌਜੂਦ ਨੇ ਗੁਸਤਾਖੀ ਵਾਲੀਆਂ, ਮੇਰੀ ਗੱਲ ਸੁਣੋ ਹੁਣ, ਤੁਸੀਂ ਗੱਲ ਤੁਸੀਂ ਕਰ ਲਈ, ਮੇਰੀ ਗੱਲ ਸੁਣੋ। ਗੱਲ ਇਹ ਸੀ ਕਿ ਤੁਸੀਂ ਕਿਹਾ ਕਿ ਠੀਕ ਹੈ, ਸਰਕਾਰ ਨੂੰ ਤੁਸੀਂ ਕਰਨਾ ਹੈ ਡਿਫੈਂਡ, ਠੀਕ ਹੋ ਗਿਆ। ਤੁਸੀਂ ਉੱਥੇ ਝੂਠੀਆਂ ਮਨਗੜ੍ਹਤ ਰਵਾਇਤਾਂ ਜਿੰਨੀਆਂ ਮਰਜ਼ੀ ਪੜ੍ਹੋ, ਮੈਂ ਜੋ ਮਰਜ਼ੀ ਪੜ੍ਹਾਂ, ਨਾ ਤੁਸੀਂ ਮੈਨੂੰ ਰੋਕਣਾ, ਨਾ ਮੈਂ ਤੁਹਾਨੂੰ ਰੋਕਣਾ, ਠੀਕ ਹੋ ਗਿਆ ਜੀ। ਠੀਕ ਹੋ ਗਿਆ, ਸਮਝੇ? ਹੁਣ ਮੇਰੀ ਗੱਲ ਸੁਣ ਲਓ, ਮੇਰੀ ਗੱਲ ਤੇ ਸੁਣ ਲਓ ਉਹਨੂੰ ਛਾਪਣਾ ਵੀ ਗੁਸਤਾਖੀ ਹੈ, ਉਹਨੂੰ ਉਹਦਾ ਤਰਜਮਾ ਕਰਨਾ ਵੀ ਗੁਸਤਾਖੀ ਹੈ। ਠੀਕ ਹੈ, ਅਗਰ ਤੁਸੀਂ ਗੁਸਤਾਖੀ ਸਾਬਤ ਕਰਨੀ ਹੈ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਫੁਰਕਾਨ ਤੱਕ ਲੱਗ ਜਾਇਓ, ਮੈਂ ਤੁਹਾਨੂੰ ਤੋੜੋ ਤੋੜ ਆਲਮ ਇਮਾਮ ਜਿਹੜੇ ਨਾ ਰਾਵੀ ਸੂਲ, ਅਸੀਂ ਮੁਹੱਦਸੀਨ ਦਾ ਸੂਲ ਪੇਸ਼ ਕਰ ਦਵਾਂਗੇ, ਤੁਸੀਂ ਜੋ ਮਰਜ਼ੀ ਉਸ ਤੋਂ ਬਾਅਦ ਪੜ੍ਹਿਓ, ਮੁਸਲਮਾਨ ਸਾਰੇ ਸਾਰੇ ਸੁਣ ਲੈਣਗੇ। ਮੈਂ ਜੋ ਪੜ੍ਹਨਾ ਹੈ ਨਾ, ਮੈਂ ਵੀ ਅਥੈਂਟਿਕ ਪੜ੍ਹਾਂਗਾ, ਤੁਹਾਡੀ ਕਿਤਾਬਾਂ ਪੜ੍ਹਾਂਗਾ, ਬਾਹਰ ਦੇ ਬੰਦਿਆਂ ਦੀ ਕਿਤਾਬ ਮੈਂ ਕੋਈ ਨਹੀਂ ਪੜ੍ਹਨ ਲੱਗਾ, ਮੈਂ ਤੁਹਾਡੀਆਂ ਕਿਤਾਬਾਂ ਪੜ੍ਹਾਂਗਾ। ਗਲਤ ਗੱਲ ਨਹੀਂ ਕਰ, ਇੱਥੇ ਕਿਸੇ ਵੀ ਆਲਾ ਹਜ਼ਰਤ ਨੂੰ ਡਿਫੈਂਡ ਨਹੀਂ ਕੀਤਾ, ਇੱਥੇ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮ ਹੀ ਅਬਦੁੱਲਾ, ਜਿਹੜਾ ਖੁਦਾ ਦਾ ਨਾਮ ਹੈ।
ਉਹ ਭਾਈ ਖੁਦਾ ਦਾ ਨਾ ਹੀ ਹੁਣ 5 ਮਿੰਟ ਪਹਿਲੋ ਜਾਂ ਤੇ ਤੂੰ ਸੁਣ ਨਹੀਂ ਸਰ ਰਿਹਾ ਅਮਨ ਨਜ਼ੀਰ ਸਾਹਿਬ ਨੇ ਕਿਹਾ ਮੇਰੇ ਕੋਲ ਆਲਾ ਹਜ਼ਰਤ ਸਾਹਿਬ ਦੀ ਸ਼ਾਨ ਹੈ ਮੈਂ ਡਿਫੈਂਡ ਕਰਾਂਗਾ ਪੁੱਛ ਲੈ ਉਹਨਾਂ ਨੂੰ ਉਹ ਦੇਖ ਵਾਲੂ ਉਹਨਾਂ ਨੇ ਖੁਦ ਕਿਹਾ ਬਾਤ ਜੋੜੀ ਉਹ ਨਾ ਕਰ ਦਿਓ ਯਾਰ ਉਹ ਲਹਿਦਾ ਗੱਲ ਹੈ ਹਾਂ ਉਹ ਲਹਿਦਾ ਗੱਲ ਹੈ ਤੇ ਅਲਫਾਜ਼ ਤੇ ਇਹੀ ਨੇ ਨਾ ਕਿ ਮੈਂ ਕਿਸੇ ਵੀ ਬਾਤ ਨੂੰ ਲੈ ਵਾਲਾ ਹਜ਼ਰਤ ਨੂੰ ਮੈਂ ਡਿਫੈਂਡ ਕਰਾਂਗਾ ਇੱਕ ਮਿੰਟ ਅਬਦੁੱਲਾ ਅਬ ਇੱਕ ਮਿੰਟ ਅਬਦੁੱਲਾ ਦੇਖੋ ਤਬਕਾਤ ਇਬਨੇ ਸਾਦ ਤੂੰ ਪੜ੍ਹਨੀ ਹੈ ਠੀਕ ਹੋ ਗਿਆ ਮੈਂ ਉਹਦਾ ਦਿਫਾ ਵੀ ਕਰਾਂਗਾ ਮੈਂ ਆਲਾ ਹਜ਼ਰਤ ਦਾ ਵੀ ਦਿਫਾ ਕਰਾਂਗਾ ਮੈਂ ਤੁਹਾਡੀ ਕਿਤਾਬਾਂ ਵੀ ਪੜਾਂਗਾ ਜਿਹੜੇ ਅਸੂਲ ਹੈ ਉਹ ਹੋ ਗਈ ਗਲਤ ਹੈ ਉਹ ਮੈਂ ਦੱਸਣੇ ਨੇ ਤੁਸੀਂ ਪੜ੍ਹਨੀਆਂ ਨੇ ਕਿਤਾਬਾਂ ਅਧਰੋਂ ਮੈਂ ਪੜਾਂਗਾ ਯਾਰ ਪੜਨ ਦੀ ਤੇ ਗੱਲ ਮੈਂ ਮੇਰੀ ਗੱਲ ਸੁਣ ਲਓ ਪੜਨ ਦੀ ਗੱਲ ਤੇ ਤਦ ਕਰੋ ਕਿ ਜੇ ਤੁਸੀਂ ਪੜਨਾ ਪੜਨਾ ਖੇਡਣਾ ਤੇ ਜੇ ਤੁਸੀਂ ਡਿਫੈਂਡ ਕਰਨਾ ਡਿਫੈਂਡ ਕਰਨਾ ਖੇਡਣਾ ਹੈ ਤੇ ਫਿਰ ਡਿਫੈਂਡ ਕਰਨਾ ਹੈ ਜਾਂ ਯਾਰ ਤੁਸੀਂ ਪੜੋਗੇ ਤੇ ਮੈਂ ਜਵਾਬ ਦਾਂਗਾ ਮੈਂ ਪੜਾਂਗਾ ਤੁਸੀਂ ਜਵਾਬ ਦਿਓਗੇ ਫਿਰ ਜਵਾਬ ਦੇਣ ਦੀ ਗੱਲ ਹੁੰਦੀ ਹੈ ਜਵਾਬ ਦੇਣ ਦੀ ਗੱਲ ਹੁੰਦੀ ਹੈ ਤੇ ਜਵਾਬ ਦੇਣ ਦਾ ਵੀ ਇੱਕ ਤਰੀਕਾ ਹੁੰਦਾ ਅਬਦੁੱਲਾ ਭਾਈ ਹੁਣ ਮੈਂ ਤੁਹਾਨੂੰ ਠਹਿਰ ਜੋ ਠਹਿਰ ਜੋ ਹਾਂਜੀ ਕਦੋਂ ਦਾ ਟਾਈਮ ਰੱਖੀਏ ਮੈਂ ਤੁਹਾਨੂੰ ਮੈਸੇਜ ਕਰ ਦੇਣਾ ਵਾ ਮੈਸੇਜ ਕਰ ਦੇਣਾ ਰੋਹਾਨੀ ਹੁਸੈਨ ਦੀ ਆਈਡੀ ਹੋਏਗੀ ਠੀਕ ਹੈ ਉਹਦਾ ਮੋਡੀਏਟ ਉਹ ਜਿਹੜਾ ਹੋਏਗਾ ਉਹਦਾ ਜਿਹੜਾ ਬੰਦਾ ਆਏਗਾ ਤੁਸੀਂ ਗੱਲ ਹੀ ਨਹੀਂ ਕਰਨ ਦਿੰਦੇ ਗੱਲ ਤਾਂ ਸੁਣ ਲਓ ਜਿਹੜਾ ਇੱਕ ਬੰਦਾ ਤੁਹਾਡਾ ਨਾਲ ਲੈ ਕੇ ਆਉਗਾ ਨਾ ਮੇਰੀ ਗੱਲ ਸੁਣੋ ਫਿਰ ਉਹ ਜੇ ਤੁਹਾਡੀ ਆਈਡੀ ਆਈਡੀ ਤੇ ਜਾਣਾ ਹੈ ਨਾ ਜੇ ਤੁਹਾਡੀ ਆਈਡੀ ਤੇ ਜਾਣਾ ਹੈ ਠੀਕ ਹੋ ਗਿਆ ਸਾਡੇ ਦੋ ਮੋਡਰੇਟਰ ਜਾਂ ਮੈਂ ਵੀ ਮੋਡਰੇਟਰ ਹੋਵਾਂਗਾ ਇੱਕ ਠੀਕ ਹੈ ਤੇ ਨਾਲ ਦੂਸਰਾ ਬੰਦਾ ਵੀ ਮੋਡਰੇਟਰ ਇੱਕ ਬੰਦਾ ਇੱਕ ਬੰਦਾ ਹਾਂ ਠੀਕ ਹੋ ਗਿਆ ਅਬਦੁੱਲਾ ਮੋਡਰੇਟਰ ਇੱਕ ਮੈਂ ਮੋਡਰੇਟਰ ਨਾ 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 ਇੱਕ ਬੰਦਾ ਨਾ 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 ਇੱਕ ਬੰਦਾ ਤੁਹਾਡਾ ਮੋਡੀਏਟਰ ਬਣਾਵਾਂਗੇ ਅਸੀਂ ਠੀਕ ਹੈ ਮੋਡਰੇਟਰ ਜਿਹੜੇ ਨੇ ਜਿੰਨੀ ਦੇਰ ਤੁਸੀਂ ਡਿਬੇਟ ਕਰੋਗੇ ਓਨੀ ਦੇਰ ਉਹ ਬੰਦਾ ਮੋਡੀਏਟਰ ਰਹੇਗਾ ਠੀਕ ਹੋ ਗਿਆ ਠੀਕ ਹੋ ਗਿਆ ਠੀਕ ਹੋ ਗਿਆ ਹੁਣ ਅਗਲੀ ਗੱਲ ਸੁਣ ਲਓ ਦੋ ਬੰਦੇ ਇੱਕ ਮੈਂ ਗੱਲ ਸੁਣ ਲਓ ਗਲਤ ਸੁਣ ਲਓ ਗੱਲ ਸੁਣ ਲਓ ਅਸੂਲ ਵੇਖ ਲਓ ਤੁਸੀਂ ਕਿਤਾਬ ਖੋਲ ਕੇ ਰੱਖਣੀ ਹੈ ਜਿਵੇਂ ਹੁਣ ਉਹਨੇ ਰੱਖਣੀ ਹੈ ਆਪਣਾ ਫੁਰਕਾਨ ਬਾਈ ਨੇ ਫੁਰਕਾਨ ਬਾਈ ਨੇ ਕਿਤਾਬ ਖੋਲ ਕੇ ਰੱਖਣੀ ਹੈ ਕਿਆ ਇਸ ਕਿਤਾਬ ਨੂੰ ਤੁਸੀਂ ਓਨ ਕਰਦੇ ਹੋ ਯਾਨੀ ਕਿ ਇਸ ਕਿਤਾਬ ਨੂੰ ਅਥੈਂਟਿਕ ਮੰਨਦੇ ਹੋ ਠੀਕ ਹੈ ਤੁਸੀਂ ਕਹਿ ਦੇਣਾ ਹਾਂਜੀ ਇਸ ਕਿਤਾਬ ਨੂੰ ਅਸੀਂ ਅਥੈਂਟਿਕ ਮੰਨਦੇ ਹਾਂ ਠੀਕ ਹੈ ਉਹਦੀ ਉਹ ਰਵਾਇਤ ਲਾਣਗੇ ਤੁਸੀਂ ਉਹਦਾ ਜਵਾਬ ਦੇਣਾ ਠੀਕ ਹੋ ਗਿਆ ਜੀ ਤੁਸੀਂ ਉਸ ਤੋਂ ਬਾਅਦ ਜਦੋਂ ਤੁਸੀਂ ਜਵਾਬ ਦੇ ਦੋਗੇ ਜਦੋਂ ਤੁਸੀਂ ਜਵਾਬ ਦੇ ਦੋਗੇ ਮੇਰੀ ਪੂਰੀ ਗੱਲ ਤਾਂ ਸੁਣ ਲਓ ਮੇਰੀ ਇੱਕ ਮਿੰਟ ਗੱਲ ਸੁਣੋ ਤੇਰੀ ਇਹ ਗੱਲ ਦਾ ਤਾਂ ਜਵਾਬ ਦੇ ਦੇਣਾ ਕਿ ਅਥੈਂਟਿਕ ਮੰਨਦੇ ਹੋ ਕਿ ਨਹੀਂ ਮੰਨਦੇ ਅੱਛਾ ਜੀ ਦੂਸਰੀ ਗੱਲ ਇਹ ਕਿ ਫੁਰਕਾਨ ਤੁਹਾਡੀ ਜਮਾਤ ਦਾ ਬੰਦਾ ਤੁਸੀਂ ਉੱਥੇ ਐਲਾਨ ਕਰਨਾ ਹੈ ਕਿ ਇਹ ਸਾਡੀ ਜਮਾਤ ਦਾ ਬੰਦਾ ਹੈ ਸਾਡੀ ਜਮਾਤ ਦਾ ਕਾਦੀਆਨੀ ਹੈ ਇੱਕ ਦੂਸਰਾ ਮੈਂ ਤੁਹਾਡੀ ਕਿਤਾਬ ਤੁਸੀਂ ਗੱਲ ਇਹ ਕੀਤੀ ਹੈ ਕਿ ਤੁਹਾਡੇ ਬੰਦੇ ਲਿਖਦੇ ਨੇ ਉਹ ਗੁਸਾਖੀਆਂ ਨੇ ਉਹਦੇ ਦੇ ਫਤਵਾ ਲਾਓਗੀ ਠੀਕ ਹੈ ਤੁਹਾਡੇ ਬੰਦੇ ਸਾਡੇ ਇਮਾਮ ਨੇ ਉਹ ਠੀਕ ਹੈ ਸਾਡੇ ਇਮਾਮ ਨੇ ਸਾਡੇ ਤੇ ਉਹ ਇਮਾਮ ਦੇ ਅਸੀਂ ਮੰਨਦੇ ਸਾਡੇ ਬੰਦੇ ਨੇ ਤੇ ਜਿਹੜੇ ਤੁਹਾਡੇ ਬੰਦੇ ਹੋਣਗੇ ਉਹ ਮੈਂ ਪੇਸ਼ ਕਰ ਦਾਂਗਾ ਠੀਕ ਹੋ ਗਿਆ ਗੱਲ ਇਹ ਵੇ ਕਿ ਹਾਂ ਹਾਂ ਮੈਂ ਵੇਖੋ ਜਿਵੇਂ ਤੁਸੀਂ ਇਹ ਗੱਲ ਆਖੀ ਹੈ ਨਾ ਕਿ ਮੈਂ ਡਿਫੈਂਡ ਕਰਾਂਗਾ ਠੀਕ ਹੈ ਇਮਾਮ ਅਹਿਮਦ ਰਜ਼ਾ ਖਾਨ ਸਰ ਬਰੇਲਵੀ ਸਾਹਿਬ ਦੀ ਕਿਤਾਬ ਨੂੰ ਇਮਾਮ ਹੋ ਗਏ ਤਬਕਾ ਦੀ ਬਲੇ ਸਾਧ ਹੋ ਗਏ ਜਿਹੜੀ ਉਹ ਰਵਾਇਤਾਂ ਪੜ੍ਹਦੇ ਨੇ ਜਿਹੜੀ ਵੀ ਕਿਤਾਬ ਜਿਹੜੀ ਵੀ ਕਿਤਾਬ ਹੈ ਉਹ ਸਾਡੇ ਵੀ ਇਮਾਮ ਨੇ ਠੀਕ ਹੋ ਗਿਆ ਠੀਕ ਹੋ ਗਿਆ ਬਲੇ ਸਾਧ ਕਿਹਨਾਂ ਨੇ ਲਿਖੀ ਹੈ ਠੀਕ ਹੋ ਗਿਆ ਮੰਨ ਗਏ ਤੇ ਮੰਨ ਗਏ ਹੁਣ ਅਗਲੀ ਗੱਲ ਜਿਹੜੀ ਹੈ ਕਿ ਜਦੋਂ ਤੁਸੀਂ ਸਾਡੇ ਕੋਲ ਲੈ ਕੇ ਆਓਗੇ ਠੀਕ ਹੈ ਇੱਕ ਕਿਤਾਬ ਠੀਕ ਹੈ ਮੈਂ ਤੁਸੀਂ ਸਾਹਮਣੇ ਖੋਲੋਗੇ ਕਿ ਮੈਂ ਇਸ ਕਿਤਾਬ ਤੋਂ ਹਵਾਲਾ ਦੇਣਾ ਠੀਕ ਹੈ ਅਗਰ ਮਿਸਾਲ ਦੇਣ ਲਿਆ ਮੈਂ ਕਹਾਂਗਾ ਇਸ ਬੰਦੇ ਦੇ ਉੱਤੇ ਤੁਸੀਂ ਜਿਹੜਾ ਮਰਜ਼ੀ ਫਤਵਾ ਲਾਣਾ ਹੋਇਆ ਲਾ ਕੇ ਇਸ ਕਿਤਾਬ ਨੂੰ ਮੇਰੇ ਵੱਲੋਂ ਰੱਦ ਕਰ ਦਿਓ ਠੀਕ ਹੋ ਗਿਆ ਠੀਕ ਹੋ ਗਿਆ ਫਿਰ ਉਸ ਕਿਤਾਬ ਤੋਂ ਤੁਸੀਂ ਹਵਾਲਾ ਨਹੀਂ ਦਿਓਗੇ ਯਾਰ ਮੇਰੀ ਗੱਲ ਸੁਣੋ ਨਾ ਜਿੰਨੇ ਉਹਦੀ ਤਾਰੀਫ ਕੀਤੀ ਹੋਈ ਜਿੰਨੇ ਜਿੰਨੇ ਉਹਨੂੰ ਮੁਜੱਦਦ ਮੰਨਿਆ ਹੋਇਆ ਜਿੰਨੇ ਜਿੰਨੇ ਉਹਨੂੰ ਮੁਹੱਦਸ ਮੰਨਿਆ ਹੋਇਆ ਇਮਾਮ ਮੰਨਿਆ ਹੋਇਆ
ਉਹ ਵੀ ਵਿੱਚ ਹੀ ਕਾਫਰ ਰਗੜਿਆ ਜਾਏਗਾ, ਠੀਕ ਹੋ ਗਿਆ। ਉਹ ਤੇ ਬਾਅਦ ਦਾ ਅਸੂਲ ਹੋ ਜਾਏਗਾ ਨਾ, ਉਸ ਤੋਂ ਅਗਲਾ ਅਸੂਲ, ਉਹ ਸਾਰਾ ਉੱਥੇ ਇਹ ਸਾਰਾ ਉਹਦੇ ਵਿੱਚ ਹੀ, ਦੇਖੋ ਜੀ ਮੰਨਣ ਵਾਲੇ ਅਸੂਲ ਹੋ ਜਾਏਗਾ। ਦੇਖੋ ਮੈਂ ਕੁਫਰ ਨੂੰ ਮੰਨਾਂਗਾ, ਮੈਂ ਕੁਫਰ ਨੂੰ ਮੰਨਾਂਗਾ ਤੇ ਫਿਰ ਮੈਂ ਕਾਫਰ ਹੋਇਆ, ਤੇ ਜਿਹਨੇ ਜਿਹਨੇ ਉਹਨੂੰ ਕਾਫਰ ਕਾਫਰ ਮੁਸਲਮਾਨ ਕਿਹਾ ਹੋਇਆ, ਮੈਂ ਉਹਨੂੰ ਮੁਸਲਮਾਨ ਕਵਾਂ, ਮਾਜ਼ ਅੱਲਾ, ਇੱਕ ਕਾਫਰ ਨੂੰ ਮੁਸਲਮਾਨ ਕਵਾਂ ਤੇ ਮੈਂ ਤੇ ਖੁਦ ਕਾਫਰ ਹੋ ਜਾਵਾਂਗਾ, ਉਹ ਸਾਰੇ ਰਗੜੇ ਜਾਣਗੇ ਵਿੱਚ, ਸਮਝ ਗਿਆ। ਤੂੰ ਟਾਈਮ ਫਿਕਸ ਕਰ ਤੇ ਜਮਾਤ ਕਾਦੀਆਨੀਆਂ ਦਾ ਉਹਨਾਂ ਦਾ ਤਲਕ ਸਾਬਤ ਕਰਨਾ ਤੁਸੀਂ। ਤਲਕ ਵੇਖੋ, ਅਸੀਂ ਸੋਸ਼ਲ ਮੀਡੀਆ ਤੇ ਬੈਠੇ ਆ, ਤੁਹਾਡਾ ਤਲਕ ਜਿਹੜਾ ਨਾ ਉਹ ਬਰੇਲਵੀਅਤ ਨਾਲ ਸਾਬਤ ਨਹੀਂ ਹੋ ਸਕਦਾ। ਇੱਥੇ ਅਬਦੁੱਲਾ ਸਾਹਿਬ ਬੈਠੇ ਨੇ, ਮਲਕ ਕੈਸਰ ਸਾਹਿਬ ਨੇ, ਠਹਿਰ ਜਾਓ ਠਹਿਰ ਜਾਓ, ਚਲੋ ਤੁਹਾਡਾ ਤੁਹਾਡਾ ਸਾਬਤ ਹੋ ਸਕਦਾ, ਠਹਿਰ ਜਾਓ, ਤੁਹਾਡੇ ਕੋਲ ਇੱਕ ਮੁਫਤੀ ਸਾਹਿਬ, ਠਹਿਰ ਜਾਓ ਠਹਿਰ ਜਾਓ, ਨਹੀਂ ਨਹੀਂ ਮੈਂ ਸਾਬਤ ਕਰਨ ਦੀ ਗੱਲ ਕਰਨ ਲੱਗਾ, ਉਹ ਸਾਬਤ ਕਰਨ ਦੀ ਗੱਲ ਕਰਨ ਲੱਗਾ, ਮੇਰੀ ਗੱਲ ਤੇ ਸੁਣ ਲਓ। ਅਬਦੁੱਲਾ ਸਾਹਿਬ ਤੇ ਮਲਕ ਕੈਸਰ ਸਾਹਿਬ, ਇਹਨਾਂ ਨੂੰ ਆਖੋ ਮੁਫਤੀ ਬਸ਼ਰ ਸਾਹਿਬ ਇਹਨਾਂ ਨੂੰ ਮੁਸਲਮਾਨ ਕਹਿ ਦੇਣ, ਨਹੀਂ ਕਹਿਣਗੇ। ਉਹ ਭਾਈ ਸਾਡੀ ਜਮਾਤ ਦਾ ਅਸੂਲ ਰੇਵੇ, ਠਹਿਰ ਜਾ, ਮੈਂ ਦੱਸਣਾ ਨਾ, ਮੈਂ ਦੱਸਣਾ, ਮੈਂ ਗੱਲ ਤੋਂ ਸੁਣ, ਸਾਡੀ ਜਮਾਤ ਦਾ ਅਸੂਲ ਰੇਵੇ, ਠਹਿਰ ਜਾ, ਸਾਡੀ ਮੈਂ ਜਮਾਤੇ ਅਹਿਮਦੀਅਤ ਨਾਲ ਤਲਕ ਰੱਖਣਾ ਵਾ, ਮੈਂ ਮਿਰਜ਼ਾ ਸਾਹਿਬ ਨੂੰ ਨਬੀ ਮੰਨਣਾ ਵਾ, ਉਹਨਾਂ ਨੂੰ ਇਮਾਮ ਮੰਨਣਾ ਵਾ, ਉਹਨਾਂ ਨੂੰ ਇਮਾਮ ਮਹਿਦੀ ਮੰਨਣਾ ਵਾ, ਮਸੀਹ ਮਾਊਦ ਮੰਨਣਾ ਵਾ, ਠੀਕ ਹੈ। ਇਹ ਅਲਫਾਜ਼ ਕਹਿ ਦੇਣਗੇ ਨਾ, ਜੋ ਮਰਜ਼ੀ ਕਰਦੇ ਰਹਿਣ, ਮੇਰੇ ਕੋਲ ਇਹ ਹੱਕ ਨਹੀਂ ਹੈ ਕਿ ਮੈਂ ਉਹਨੂੰ ਗੈਰ ਅਹਿਮਦੀ ਕਵਾਂ, ਜੋ ਬੰਦਾ ਆਪਣੇ ਆਪ ਨੂੰ ਕਹਿ ਰਿਹਾ, ਮੈਂ ਕਿਸ ਤਰ੍ਹਾਂ ਉਹਨੂੰ ਤਸਦੀਕ ਕਰਾਂ, ਜਿਸ ਤਰ੍ਹਾਂ ਮੈਂ ਤੁਹਾਡੀ ਵੀ ਤਸਦੀਕ ਕਰ ਸਕਦਾ, ਤੁਹਾਡੇ ਕੋਲ ਕੋਈ ਸਰਟੀਫਿਕੇਟ ਹੈ ਮੁਸਲਮਾਨੀਅਤ ਦਾ? ਉਹ ਉੱਥੇ ਐਲਾਨ ਕਰੇਗਾ, ਉਸ ਤੋਂ ਬਾਅਦ ਇਤਰਾਜ਼ ਕਰੇ। ਹਾਂ ਨਹੀਂ, ਮੈਂ ਤਾਂ ਕਹਿਣ ਡਿਆ ਉਹ ਐਲਾਨ ਕਰ ਦੇ, ਕੋਈ ਮਸਲਾ ਨਹੀਂ, ਐਲਾਨ ਤੇ ਤੁਸੀਂ 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 ਸਾਰੇ ਜਿਹੜੇ ਹੋ ਨਾ ਦੂਸਰੀਆਂ ਬਰਾੜਾਂ ਤੇ ਜਾ ਕੇ ਜਿਸ ਵੇਲੇ ਉਹਦੀਆਂ ਗੁਸਤਾਖੀਆਂ ਤੁਹਾਡੇ ਅੱਗੇ ਰੱਖੀਆਂ ਜਾਂਦੀਆਂ ਨੇ, ਤੁਸੀਂ ਇਨਕਾਰ ਕਰ ਦਿੰਦੇ ਹੋ ਕਿ ਸਾਡਾ ਕੋਈ ਤਲਕ ਨਹੀਂ ਹੈ। ਮੈਂ ਤਾਂ ਕਿਹਾ ਜਿਸ ਤਰ੍ਹਾਂ ਤੁਸੀਂ ਜਮਾਤ ਅਹਿਮਦੀਆਂ ਨਾਲ ਕੋਈ ਤਲਕ ਹੈ, ਠਹਿਰ ਜਾਓ ਅਬਦੁੱਲਾ ਸਾਹਿਬ, ਜਿਸ ਤਰ੍ਹਾਂ ਉਸਮਾਨ ਅਲੀ ਰਿਜ਼ਵੀ ਤੇ ਅਮਰ ਨਜ਼ੀਰ ਸਾਹਿਬ ਆਲਾ ਹਜ਼ਰਤ ਨੂੰ ਡਿਫੈਂਡ ਕਰਦੇ ਨੇ ਨਾ, ਮੈਂ ਉਹਦੀ ਹਰ ਇਬਾਰਤ ਨੂੰ, ਉਹਦੀ ਹਰ ਅਲਫਾਜ਼ ਨੂੰ ਡਿਫੈਂਡ ਕਰਾਂਗਾ ਜਿੱਥੇ ਮਰਜ਼ੀ ਰੱਖ ਲਿਓ, ਠੀਕ ਹੈ। ਅਗਰ ਉਹਦੀ ਕੋਈ ਗੁਸਤਾਖੀ ਨਿਕਲ ਆਏ, ਅਗਰ ਉਹਦੀ ਕੋਈ ਜਿੰਨੀ ਦੇਰ ਉਹ ਖੁਦ ਕਹਿ ਰਿਹਾ, ਜਿੰਨੀ ਦੇਰ ਉਹ ਖੁਦ ਕਹਿ ਰਿਹਾ ਕਿ ਮੈਂ ਅਹਿਮਦੀ, ਠਹਿਰ ਜਾਓ, ਦੱਸਣ ਲੱਗਾ, ਠੀਕ ਹੋ ਗਿਆ ਬਸ, ਠੀਕ, ਜਿੰਨੀ ਦੇਰ ਉਹ ਖੁਦ ਕਹਿ ਰਿਹਾ ਕਿ ਮੈਂ ਅਹਿਮਦੀ ਹਾਂ, ਅਸੀਂ ਉਹਨੂੰ ਅਹਿਮਦੀ ਹੀ ਕਹਿਣਾ, ਅਸੀਂ ਉਹਨੂੰ ਅਹਿਮਦੀ ਕਹਿਣਾ, ਉੱਥੇ ਕਮਾਵਾਂਗੇ, ਸਾਡੇ ਕੋਲ ਹੱਕ ਨਹੀਂ ਹੈ ਕਿ ਅਸੀਂ ਉਹਨੂੰ ਛੱਡ ਦਈਏ, ਉਹਨੂੰ ਕਹਿ ਦਈਏ ਕਿ ਤੂੰ ਸਾਡੇ ਤੋਂ ਬਾਹਰ ਹੋ ਜਾ, ਮਿਰਜ਼ਾ ਕਾਦੀਆਨੀ ਨੂੰ ਉੱਥੇ ਕਮਾਵਾਂਗੇ, ਲਾਈਕ ਟਾਈਮ ਪੱਕਾ ਕਰੋ, ਠੀਕ ਹੋ ਗਿਆ, ਟਾਈਮ ਫਿਕਸ ਹੋ ਗਿਆ, ਤੁਹਾਨੂੰ ਮਿਲ ਜਾਊਗਾ, ਜਰਮਨ ਟਾਈਮ 9 ਵਜੇ ਰੱਖ ਲਓ, ਜਰਮਨ ਟਾਈਮ ਕੱਲ ਸਵੇਰ 9 ਵਜੇ, ਕੱਲ ਸਵੇਰ 9 ਵਜੇ ਭਾਈ, ਸਵੇਰ 9 ਵਜੇ ਕੌਣ ਉੱਠਿਆ ਹੁੰਦਾ ਜੀ, ਦੇਖੋ ਨਾ 9:10 ਲਾ ਲਓ, 10 ਵਜੇ ਕਰ ਲਓ, ਨਹੀਂ ਨਹੀਂ ਉਹ ਮੈਂ ਟਾਈਮ ਫੇਰ ਫਿਕਸ ਹੋ ਜਾਏਗਾ, ਆਈਏ ਸਿਰਫ ਡਿਬੇਟ ਫਿਕਸ ਹੋ ਜਾਏ, ਫਿਕਸ ਹੋ ਜਾਏਗਾ, ਹੁਣ ਇੱਥੇ ਫਿਕਸ ਕਰਨਾ ਯਾਰ, ਮੈਂ ਹੁਣ ਅਗਲੇ ਬੰਦੇ ਨੂੰ ਪੁੱਛਾਂ ਕਿ ਨਾ ਪੁੱਛਾਂ, ਚੱਲ ਜਾ ਕੇ ਪੁੱਛ ਲੈ ਫਿਰ ਮੈਨੂੰ ਦੱਸੀ, ਮੈਂ ਤਾਂ ਹੀ ਦੱਸਿਆ ਨਾ ਤੁਸੀਂ ਪੁੱਛਾਂਗਾ, ਟਾਈਮ ਫਿਕਸ ਹੋ ਜਾਏਗਾ, ਬਹੁਤ ਹੀ ਮੈਂ ਰੱਖਣਾ ਵਾ, ਮੇਰੇ ਕੋਲ ਟਾਈਮ, ਅਸੂਲ ਤੈਅ ਹੋ ਗਏ ਨੇ, ਡਿਬੇਟ ਤੈਅ ਹੋਈ ਏ, ਬਸ ਟਾਈਮ ਰਹਿ ਗਿਆ ਹੁਣ, ਬਸ ਗੱਲ ਮੁੱਕ, ਹਾਂ ਡਿਬੇਟ ਤੈਅ ਹੋ ਗਈ ਏ, ਬਸ ਬਿਲਕੁਲ ਠੀਕ ਹੋ ਗਿਆ, ਹਾਂ ਬਿਲਕੁਲ, ਉਹਨੂੰ ਮੇਰਾ ਨਾਮ ਦੇ ਦੇ, ਉਹਨੂੰ ਪਤਾ ਹੈ WhatsApp ਤੇ, ਉਹ ਕੋਈ ਮਸਲਾ ਨਹੀਂ, ਉਹ ਜਾਣਦਾ ਯਾਰ, ਉਹ ਵੇਖੋ ਮੈਂ ਤਾਂ ਦੱਸ ਜਾਂਦਾ ਨਾ, ਬਸ ਠੀਕ ਹੋ, ਮੈਂ ਤੁਹਾਨੂੰ ਇੱਕ ਵਾਕਿਆ ਸੁਣਾ ਦਿੰਦਾ, ਮੈਂ ਤੁਹਾਨੂੰ ਇੱਕ ਵਾਕਿਆ, ਤੁਹਾਡੇ ਤਸੱਲੀ ਬਖਸ਼ ਵਾਕਿਆ ਹੋਏਗਾ ਤੁਹਾਡੇ ਵਾਸਤੇ, ਜੀ ਜੀ, ਉਹ ਚੜ ਗਿਆ ਇੱਕ ਦਿਨ ਸ਼ੁਰਤਾ ਦੀ ਲਾਈਵ ਤੇ, ਫੁਰਕਾਨ ਫੋਰਸ ਨਾ, ਠੀਕ ਹੈ, ਸ਼ੁਰਤਾ ਦੀ ਲਾਈਵ ਤੇ ਚੜ ਗਿਆ ਤੇ ਉੱਥੇ ਬੈਠਾ ਸੀ ਐਸੇ ਚੌਧਰੀ, ਐਸੇ ਚੌਧਰੀ ਨੂੰ ਪਤਾ ਨਹੀਂ ਸੀ ਕਿ ਫੁਰਕਾਨ ਕਿਸ ਬਲਾ ਦਾ ਨਾਂ ਹੈ, ਠੀਕ ਹੈ, ਉਹਨੂੰ ਇਸ ਚੀਜ਼ ਦਾ ਪਤਾ ਕੋਈ ਨਹੀਂ ਸੀ,
ਉਹਨੇ ਆਖਿਆ ਕਿ ਇਹਨੂੰ ਉੱਤੇ ਚੁੱਕੋ ਤੇ ਇਹਨੂੰ ਮਾਈਕ ਦਾ ਪੁੱਟਣ ਨਹੀਂ ਦੇਣਾ ਤੇ ਇਹਨੂੰ ਆਖੋ ਕਿ ਜਿਹੜੀ ਮੈਂ ਨਜ਼ਮ ਗਾਨਾ ਨਾ ਉਹ ਸੁਣੇ, ਰਿਕਾਰਡ ਕਰੇ ਤੇ ਆਪਣੀ ਲਾਈਵ ਤੇ ਚੜਾਏ। ਠੀਕ ਹੋ ਗਿਆ, ਇਹ ਉਹਨੇ ਦਾਵਾ ਕਰ ਦਿੱਤਾ। ਉਹਨੂੰ ਅੱਗੋਂ ਪਤਾ ਨਹੀਂ ਸੀ, ਠਹਿਰ ਜਾ ਹੁਣ ਗੱਲ ਪੂਰੀ ਸੁਣ ਲਿਓ, ਗੱਲ ਪੂਰੀ ਸੁਣ ਲਿਓ। ਉਹਨੂੰ ਅੱਗੋਂ ਪਤਾ ਨਹੀਂ ਸੀ ਕਿ ਫਰਕਾਨ ਕਿਸ ਬਲਾ ਦਾ ਨਾਂ ਹੈ। ਠੀਕ ਹੈ, ਇਹ ਵੱਡੇ ਵੱਡੇ ਥੱਲੋਂ ਦੀ ਦੱਸਣਾ, ਮੈਂ ਬਲਾ ਵੀ ਦੱਸਣਾ। ਇਹ ਜਦੋਂ ਥੱਲੋਂ ਦੀ ਲੰਘ ਜਾਂਦਾ ਨਾ ਜਿਹੜੀ ਬਰਾੜ ਤੋਂ, ਸਲੀਮੇ ਵੱਡੀ ਬਲਾਏ, ਥੜਥੜੀ ਮਰ ਜਾਂਦੀ ਵੱਡੀ ਬਲਾਏ, ਫਰਕਾਨ ਵੱਡੀ ਬਲਾਏ। ਦੱਸਣ ਲੱਗਾ, ਸੁਣ ਤੇ ਲਵੋ, ਸੁਣ ਤੇ ਲਵੋ। ਨਹੀਂ ਨਹੀਂ ਦੱਸ ਨਾ। ਹਾਂ ਹਾਂ ਦੱਸਣ ਲੱਗਾ। ਅੱਛਾ ਉਹਨੇ ਕੀ ਕੀਤਾ, ਉਹਨੇ ਨਜ਼ਮਾ ਗਾਇਆ। ਠਹਿਰ ਜਾ, ਨਹੀਂ ਇਹ ਲਫਾਜ਼ੀ ਨਹੀਂ ਕਹਿਣੀ, ਲਫਾਜ਼ੀ ਨਹੀਂ ਕਰਨੀ, ਲਫਾਜ਼ੀ ਨਹੀਂ ਕਹਿਣੀ, ਗੱਲ ਤੇ ਸੁਣ ਲਓ। ਚਰਬ ਜ਼ਬਾਨ ਨਹੀਂ ਕਰਨੀ, ਇੱਕ ਹਵਾਲਾ ਸੀ ਪੇਸ਼ ਕਰਾਂਗੇ। ਠੀਕ ਹੈ, ਗੱਲ ਤੇ ਮੇਰੀ ਤੇ ਸੁਣ ਲਓ, ਮੇਰੀ ਸੁਣ ਲਓ, ਮੇਰੀ ਸੁਣ ਲਓ। ਫਰਕਾਨ ਯਾਰ ਮੇਰੀ ਗੱਲ ਪੂਰੀ ਹੋਈ, ਪੂਰੀ ਸੁਣ ਲਓ, ਇੱਕ ਦੋ ਵਾਰੀ ਉਸੇ ਬਰਾਤ ਤੇ ਮੈਂ ਗਿਆ। ਅੱਛਾ ਚਲੋ ਠੀਕ, ਮੈਂ ਤਾਰੀਫ ਨਹੀਂ ਕਰਦਾ। ਜੋ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦਾ ਨਾਂ ਲਈਏ ਨਾ, ਉਸ ਵੇਲੇ ਚੁੱਕ ਕੇ ਥੱਲੇ ਸੜ ਗਿਆ। ਐਸੀਆਂ ਤਾਂ ਉਹਦੇ ਲੱਤਾਂ ਹੀ ਪਾੜ ਰਿਹਾ। ਮੈਂ ਤਾਰੀਫ ਨਹੀਂ ਕਰਦਾ, ਹੁਣ ਗੱਲ ਤਾਂ ਸੁਣ ਲਓ ਮੇਰੀ, ਮੈਂ ਤਾਰੀਫ ਨਹੀਂ ਕਰਦਾ। ਅੱਛਾ ਉਹਨੇ ਨਗਮਾ ਗਾਇਆ ਜਿਹੜਾ ਤੁਹਾਡੀ ਬਰਾਡਾਂ ਤੇ ਬੈਕ ਗਾਇਆ ਗਾਂਦਾ। ਯਕੀਨ ਮੰਨੋ ਫਰਕਾਨ ਨੇ ਸਾਰੇ ਦਾ ਸਾਰਾ ਰਿਕਾਰਡ ਕਰਕੇ ਨਾ ਆਪਣੀ ਲਾਈਵ ਤੇ ਚੜਾਇਆ, ਨਾਲ ਉਹਦੀ ਤਸਵੀਰ ਸ਼ੋ ਕੀਤੀ ਹੈ ਕਿ ਇਹ ਬੰਦਾ ਗਾ ਰਿਹਾ। ਸ਼ੁਰਤੇ ਦੀ ਸਕਰੀਨ ਵੱਡੀ ਸੀ, ਉਹਨੇ ਆਪਣਾ ਕੋਈ ਹਵਾਲਾ ਲਾਇਆ ਸੀ, ਉਸ ਹਵਾਲੇ ਦੇ ਉੱਤੇ ਉਹਨੇ ਨਾਲ ਵੀਡੀਓ ਤੇ ਨਾਲ ਜਿਹੜੀ ਗੱਲ ਉਹ ਕਰਦਾ ਸੀ ਨਾ ਪਿਆ, ਉਹੀ ਉਹੀ ਗੱਲ ਉਹਨੇ ਹਵਾਲਿਆਂ ਦੇ ਨਾਲ ਕੀਤੀ ਹੈ। ਤੇ ਜਾ ਕੇ ਤੁਸੀਂ ਉਹਦੀ ਲਾਈਵ ਦੇਖ ਲਿਓ, ਉਹ ਐਵੇਂ ਲੱਗਦਾ ਸੀ ਪਿਆ, ਐਵੇਂ ਲੱਗਦਾ ਸੀ ਪਿਆ ਕਿ ਨਗਮਾ ਜਿਹੜਾ ਨਾ ਬਿਲਕੁਲ ਉਹਨਾਂ ਹਵਾਲਿਆਂ ਦੇ ਉੱਤੇ ਬਣਿਆ ਹੈ, ਬਿਲਕੁਲ ਉਹਨਾਂ ਹਵਾਲਿਆਂ ਦੇ ਉੱਤੇ ਬਣਿਆ ਹੈ। ਚੌਧਰੀ ਤੋਂ ਗੰਦਾ ਬੰਦਾ ਨਹੀਂ ਸੀ ਵੇਖਿਆ, ਉਹਨੇ ਨਜ਼ਮ ਪੜ੍ਹੀ ਸੀ ਤੇ ਫੁਰਕਾਨ ਨੇ ਉਹਨੂੰ ਮਾਫ ਨਹੀਂ ਕੀਤਾ। ਠੀਕ ਹੈ, ਫੁਰਕਾਨ ਨੇ ਉਹਨੂੰ ਮਾਫ ਨਹੀਂ ਕੀਤਾ, ਉਹਨੇ ਆਖਿਆ ਤੂੰ ਜਿਹੜੇ ਅਲਫਾਜ਼ ਕੱਢੇਗਾ ਮੈਂ ਉਹੀ ਅਲਫਾਜ਼ ਕੱਢ ਕੇ ਬਗਾਵਾਂਗਾ ਤੇ ਜੋ ਸਾਹਮਣੇ ਆਏਗੇ ਨਾ ਜਾਂਦੇ ਅੱਜ ਤੇ ਉਹਨੇ ਕੱਢ ਕੇ ਵਿਖਾਏ ਨੇ ਅਲਫਾਜ਼। ਇਹ ਬੜੀ ਵੱਡੀ ਦਲੇਰੀ ਹੈ ਨਾ ਤੁਹਾਡੇ ਨਜ਼ਦੀਕ, ਤੇ ਆਈ ਦਲੇਰੀ ਹੈ ਤੁਹਾਡੀ। ਬਹਰਾਲ ਚਲੋ ਠੀਕ ਹੈ, ਮੈਂ ਜ਼ਿਆਦਾ ਚਾਹਨਾ ਇਹ ਦਲੇਰੀ ਤੁਹਾਡੀ ਹੈ, ਯਾਨੀ ਜਿਹੜਾ ਜਿਹੜੀ ਗੱਲ ਤੁਹਾਨੂੰ ਕੋਈ ਮਿਰਜ਼ਾ ਸਾਹਿਬ ਜਾਂ ਉਹਨਾਂ ਦੇ ਖਾਨਦਾਨ ਤੇ ਕਰੇ ਉਹ ਪਲਟਾ ਕੇ ਰਸੂਲ ਅੱਲਾਹ ਤੇ ਉਹਨਾਂ ਦੇ ਖਾਨਦਾਨ ਤੇ, ਇਹ ਤੇ ਤੁਹਾਡੀ ਦਲੇਰੀ ਹੈ ਨਾ। ਗੁੱਲਾ ਭਾਈ ਜ਼ਰਾ ਰੁਕ, ਮੇਰੀ ਗੱਲ ਸੁਣੋ ਜੀ। ਅਮਰ ਭਾਈ ਮੈਂ ਕਹਿਣ ਲੱਗਾ ਵਾਂ ਕਿ ਇਹ 1122 ਸਾਹਿਬ, ਇਹ ਜੋ ਕੋਈ ਉਹਨੇ ਅੱਜ ਕੀਤਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਰੱਖ ਦਿੱਤਾ ਹੈ, ਤੁਸੀਂ ਉਹਨੂੰ ਕੱਲ੍ਹ ਆਖਿਓ, ਜਿਹੜਾ ਸਾਰਿਆਂ ਤੋਂ ਵੱਡਾ ਇਤਰਾਜ਼ ਤੇਰਾ ਹੈ ਨਾ, ਉਹਨੂੰ ਆਖਿਓ ਤੁਹਾਨੂੰ ਸਮਝਾ ਦੇਵੇ ਜਾਂ ਰਿਕਾਰਡ ਕਰ ਦੇਵੇ, ਜਿਹਦੇ ਨਾਲ ਤੁਸੀਂ ਵੀ ਮੁਤਫਿਕ ਹੋਵੋ ਕਿ ਹਾਂ ਬਿਲਕੁਲ ਹੈ ਜੈਨੂਇਨ ਇਤਰਾਜ਼ ਹੈ। ਉਹ ਲੈ ਆਵਿਓ ਇੱਥੇ, ਅੱਜ ਤੁਹਾਡੇ ਨਾਲ ਕਿਸੇ ਕੋਈ ਧੱਕਾ, ਕੋਈ ਬਦਤਮੀਜ਼ੀ, ਕੋਈ ਗਾਲਮ ਗਲੋਚ, ਜ਼ਿਆਦਾ ਤਾਂ ਨਹੀਂ ਕੀਤੀ ਹੈ। ਤੁਹਾਨੂੰ ਦਲੀਲ ਦੇ ਕੇ ਸਮਝਾਇਆ ਨਾ ਕਿ ਇਹ ਜੋ ਕੋਈ ਉਹ ਕਰਦਾ ਪਿਆ, ਜ਼ਿਆਦਤੀ ਪਿਆ ਕਰਦਾ, ਗੁਸਤਾਖੀ ਪਿਆ ਕਰਦਾ, ਜਾਣ ਬੁੱਝ ਕੇ ਪਿਆ ਕਰਦਾ। ਮੈਂ ਇਹਨੂੰ ਬੜੇ ਪੁਰਾਣੇ ਅਰਸੇ ਦਾ ਜਾਣਨਾ ਵਾਂ, ਵਟਸਐਪ ਦੇ ਦੌਰ 'ਚ ਮੇਰੇ ਸਾਹਮਣੇ ਇਹਨੇ ਨਬੀ ਅਲੈਹਿ ਸਲਾਤੁ ਵਸਲਾਮ ਨੂੰ ਗਾਲਾਂ ਕੱਢੀਆਂ। ਬਹਰਹਾਲ ਤੁਹਾਡੀ ਜਮਾਤ ਦਾ ਅਤੇ ਜ਼ਾਹਿਰ ਤੁਹਾਡੀ ਜਮਾਤ ਦੇ ਬੰਦੇ ਹੋਰ ਵੀ ਕੱਢਦੇ ਨੇ, ਉਹਨੂੰ ਆਖੋ ਵੀ ਇਹ ਨਕਾਬ ਜਿਹੜਾ ਨਾ ਪੁੱਤਰਾ, ਇਹ ਕਿੰਨੇ ਕੁ ਦਿਹਾੜੇ ਚੱਲੇਗਾ। ਅੱਲਾ ਦੇ ਨਬੀ ਨੂੰ ਗਾਲਾਂ ਕੱਢਣ ਵਾਲੇ ਜਿਹੜੇ ਕੁੱਤੇ ਨੇ ਨਾ, ਉਹਨਾਂ ਨੂੰ ਇਸ ਦੁਨੀਆਂ ਦੇ ਉੱਤੇ ਕੀੜੇ ਪਏ ਜ਼ਰੂਰ ਨੇ, ਅਤੇ ਕੱਢ ਲੈ ਜਿੰਨੇ ਦਿਹਾੜੇ ਤੋਂ ਕੱਢਣੀਆਂ ਨੇ, ਇਹੋ ਹੀ ਉਹਦੇ ਕੋਲ, ਇਹਦੇ ਇਲਾਵਾ ਉਹਦੇ ਪੱਲੇ ਕੱਖ ਨਹੀਂ ਹੈ। ਜੇ ਤੁਹਾਨੂੰ ਸ਼ੱਕ ਹੈ ਕਿ ਉਹ ਬੜੀ ਵੱਡੀ ਬਲਾ ਹੈ ਫੁਰਕਾਨ ਜਾਂ ਸਲੀਮ ਮੀਰ, ਅਤੇ ਉਹਨਾਂ ਨੂੰ ਆਖੋ ਵੀ ਇੱਕ ਹਵਾਲਾ ਰਿਕਾਰਡ ਕਰਕੇ ਅਤੇ ਦਿਓ ਹਵਾਲਾ, ਅਤੇ ਅਸੀਂ ਅਮਰ ਨਜ਼ੀਰ ਕੋਲ ਜਾ ਕੇ ਜਵਾਬ ਉੱਥੇ ਉਹਦੀ ਬਰਾੜ 'ਤੇ ਲਿਆਉਂਦੇ ਹਾਂ।
ਯਾਰ ਮੈਂ ਇਹ ਗੱਲ ਨਹੀਂ ਕਰ ਰਿਹਾ ਅਮਨ ਨਜ਼ੀਰ ਸਾਹਿਬ, ਮੈਨੂੰ ਇਹ ਹੋ ਸਕਦਾ ਕਈ ਐਸੇ ਸਵਾਲਾਂ ਦੇ ਜਵਾਬ ਨੇ ਜਿਹੜੇ ਫੁਰਕਾਨ ਸਾਹਿਬ ਨੇ ਪੇਸ਼ ਕੀਤੇ ਨੇ ਅਤੇ ਉਹਨੂੰ ਅਹਿਮਦੀਆਂ ਨੇ ਵੀ ਜਵਾਬ ਦਿੱਤੇ ਨੇ ਕਿ ਇਹ ਗੱਲ ਅਗਰ ਤੁਹਾਨੂੰ ਇੰਝ ਸਮਝ ਆ ਰਹੀ ਹੈ ਇੰਝ ਨਹੀਂ ਇੰਝ ਸਹੀ ਹੈ। ਹੁਸੈਨੀ ਸਾਹਿਬ ਦੀ ਲਾਈਵ 'ਤੇ ਗਏ ਨੇ, ਹੁਸੈਨੀ ਸਾਹਿਬ ਨੇ ਵੀ ਸਮਝਾਏ ਨੇ, ਠੀਕ ਹੈ, ਸਮਝਾ ਦਿੰਦੇ ਨੇ ਤਰੀਕੇ ਨਾਲ। ਖੁਦ ਲਵੋਗੇ ਉਹਨੂੰ ਤੁਸੀਂ, ਉਸ ਹਵਾਲੇ ਨੂੰ ਗਲਤ ਸਮਝੋਗੇ ਜਾਂ ਉਹਦੇ ਹਵਾਲੇ ਦੀ ਸਮਝ ਤੁਸੀਂ ਸਮਝੋਗੇ ਕਿ ਅਗਲਾ ਬੰਦਾ ਗਲਤ ਸੋਚ ਰਿਹਾ ਅਤੇ ਇਹਦੇ 'ਚ ਤੁਹਾਡੀ ਜ਼ਿਹਨ 'ਚ ਗੁਸਤਾਖੀ ਹੈ, ਤੁਸੀਂ ਉੱਤੇ ਚੜ੍ਹ ਕੇ ਉਹਨੂੰ ਦੱਸੋ ਕਿ ਭਾਈ ਇਹਦਾ ਮਤਲਬ ਇਹ ਬਣ ਰਹੀ, ਇਹਦਾ ਮਤਲਬ ਇਹ ਨਹੀਂ ਬਣ ਰਿਹਾ, ਅਤੇ ਮਸਲਾ ਹੱਲ ਹੋਏਗਾ, ਉਹ ਬੰਦਾ ਤੁਹਾਡੇ ਤੋਂ ਐਗਰੀ ਕਰ ਜਾਏਗਾ। ਸਹੀ ਹੈ, ਇਹ ਤਾਂ ਸਮਝੋ ਕਿ ਸਾਨੂੰ ਅਤੇ ਤੁਹਾਨੂੰ ਇੱਕ ਮੌਕਾ ਮਿਲਿਆ ਕਿ ਇੱਕ ਜਿਹੜੇ ਲੋਕ ਹੋ ਸਕਦਾ ਇਹ ਇਤਰਾਜ਼ ਬਾਹਰ ਹੁੰਦਾ ਹੋਏ ਅਤੇ ਫੁਰਕਾਨ ਸਾਹਿਬ ਨੇ ਸੁਣਿਆ ਹੋਏ ਅਤੇ ਫੁਰਕਾਨ ਸਾਹਿਬ ਨੇ ਸੁਣ ਕੇ ਆਖਿਆ ਹੋਏ ਕਿ ਮੈਂ ਵੀ ਕੁਝ, ਮੈਂ ਕਈ ਐਸੇ ਸਵਾਲ ਨੇ ਜਿਹੜੇ ਮੇਰੇ ਕੋਲ ਜਮਾਤ ਦੇ ਬਾਰੇ 'ਚ ਆਉਂਦੇ ਨੇ, ਮੈਂ ਅੰਦਰਲੇ ਖਾਤੇ ਮਰਬੀਆਂ ਨਾਲ ਕਰ ਲੈਣਾ, ਮਰਬੀ ਮੈਨੂੰ ਸਮਝਾ ਦਿੰਦੇ ਨੇ, ਠੀਕ ਹੈ, ਅਤੇ ਮੈਨੂੰ ਸਮਝ ਆ ਜਾਂਦੀ ਹੈ, ਮੈਂ ਬੜਾ ਖੁਸ਼ ਹੁੰਦਾ ਉਹਦੇ 'ਤੇ, ਠੀਕ। ਇਸੇ ਤਰ੍ਹਾਂ ਅਗਰ ਕੋਈ ਬੰਦਾ ਹਦੀਸਾਂ ਦੀ ਕਿਤਾਬ ਦੇ ਉੱਤੋਂ ਇਤਰਾਜ਼ ਲੈ ਕੇ ਆਉਂਦਾ ਅਤੇ ਉਹਨੂੰ ਸਾਨੂੰ ਸਮਝਾਉਣਾ ਚਾਹੀਦਾ, ਨਾ ਕਿ ਉਹਨਾਂ ਨਾਲ ਨਾ ਤੂੰ ਹਦੀਸ ਪੇਸ਼ ਕਰ ਦਿੱਤੀ, ਲਓ ਜੀ ਤੂੰ ਗੁਸਤਾਖ ਹੋ ਗਿਆ, ਬਸ ਤੇਰੀ ਤੇਰੀ ਸਰ ਤਨ ਸਜਦਾ, ਗੱਲ ਖਤਮ। ਨਹੀਂ ਨਹੀਂ ਮੈਂ ਨਾ ਲਿਆਵੇ, ਤੁਸੀਂ ਉਹਦੇ ਕੋਲ ਲੈ ਆਵੋ, ਉਹਦੀ ਬਰਾੜ ਤੇ ਅਸੀਂ ਜਾ ਕੇ ਨਹੀਂ ਸਮਝਾ ਸਕਦੇ, ਉਹਦੀ ਬਰਾੜ ਤੇ ਨਹੀਂ, ਉਹਦੀ ਉਹਦੀ ਆਪਣੀ ਬਰਾੜ ਨਹੀਂ ਹੋਏਗੀ ਕੋਈ। ਗੱਲਾਂ ਕਰ, ਮੇਰੀ ਗੱਲ ਸੁਣ ਲਓ, ਨਹੀਂ ਉਹਦੇ ਨਾਲ ਮੈਂ ਤਾਂ ਖੈਰ ਕਿਸੇ ਵੀ ਜਗ੍ਹਾ ਤੇ ਨਹੀਂ ਗੱਲ ਕਰਨਾ ਚਾਹੁੰਦਾ ਕਿਉਂਕਿ ਉਹਨੇ ਮੇਰੇ ਸਾਹਮਣੇ ਪਰ ਸਾਡੀ ਬਰਾੜ ਦੇ ਉੱਤੇ ਬਦੋ ਬਦੀ ਡੱਕਦਿਆਂ ਡੱਕਦਿਆਂ ਉਹਨੇ ਆਖਿਆ ਜਿਹੜੇ ਕਾਫਲੇ ਲੁੱਟਣ ਵਾਲੇ ਨੇ ਉਹ ਨਬੀ ਬਣ ਸਕਦੇ ਨੇ। ਨਬੀ ਅਲੈਹਿ ਸਲਾਤੁ ਵਸਲਾਮ ਨੇ ਮਾਜ਼ ਅੱਲਾ ਆਖਿਆ ਸੀ ਜਦੋਂ ਅਬੂ ਸੁਫਿਆਨ ਦਾ ਕਾਫਲਾ ਪਿਆਉਂਦਾ ਸੀ ਸ਼ਾਮ ਵੱਲੋਂ ਤਜਾਰਤੀ ਕਾਫਲਾ, ਤੇ ਨਬੀ ਅਲੈਹਿ ਸਲਾਤੁ ਵਸਲਾਮ ਨੂੰ ਮੱਕੇ 'ਚੋਂ ਮਜਬੂਰ ਕੀਤਾ ਗਿਆ ਸੀ ਨਿਕਲਣ ਵਾਸਤੇ, ਤੇ ਮਦੀਨੇ ਵਾਲਿਆਂ ਨੂੰ ਇਹ ਇੱਕ ਮਿੰਟ ਦਾ ਕਿਤੇ ਮਾਈਕ ਸ਼ੋਰ ਆ ਰਿਹਾ। ਅਮਰ ਭਾਈ ਮੈਂ ਨਾ ਜੋਬ ਤੇ ਆ ਗਿਆ ਹਾਂ, ਮੈਂ ਇੱਕ ਮਿੰਟ ਦੇ। ਅੱਛਾ ਕੱਲ ਜੋ ਡਿਬੇਟ ਹੋਣੀ ਹੈ ਨਾ 112, ਇਹ ਹੋਣਾ ਹੈ ਕਿ ਇੱਕ ਹਵਾਲਾ ਉਧਰ ਸੇ ਪੇਸ਼ ਹੋ ਰਹਾ ਹੈ। ਉਸਮਾਨ ਸਾਹਿਬ ਤਿਆਰ ਹੋ ਗਏ ਨੇ ਜੀ ਫੁਰਕਾਨ ਨਾਲ ਗੱਲ ਕਰਨ। ਪਹਿਲੇ ਇੱਕ ਹਵਾਲੇ ਸੇ ਬਾਤ ਹੋ ਗਈ, ਉਹ ਖਤਮ ਹੋ ਗਈ, ਫਿਰ ਅਗਲਾ ਹਵਾਲਾ ਦਿਆ ਜਾਏਗਾ, ਠੀਕ ਹੈ। ਗਾਲਾਂ ਦੇ ਕੱਖ ਨਹੀਂ ਜਾਏ ਉਹਨੇ ਗਾਲਾਂ ਕੱਢੀ। ਹਾਂਜੀ ਹਾਂਜੀ, ਨਹੀਂ ਨਹੀਂ ਅਮਰ ਭਾਈ ਇੱਕ ਹੋਰ ਰੋਹਾਨੀ ਖਜ਼ਾਨੇ ਕਹਿੰਦੇ ਉਸਮਾਨ ਸਾਹਿਬ ਨੂੰ ਬੜਾ, ਉਸਮਾਨ ਸਾਹਿਬ ਨੂੰ ਬੜਾ ਮਾਣ ਹੈ ਤੇ ਉਸਮਾਨ ਸਾਹਿਬ ਨੇ ਆਖਿਆ ਕਿ ਮੈਂ ਜਿਹੜਾ ਨਾ ਇੱਕ ਹਵਾਲਾ ਪੇਸ਼ ਕੀਤਾ ਜਾਏਗਾ, ਜਦ ਤੱਕ ਉਸ ਹਵਾਲੇ 'ਤੇ ਯਾਨੀ ਕਿ ਇੱਕ ਹਵਾਲਾ 15 ਮਿੰਟ ਲਗਾ ਲੈਂਗੇ ਹਮ, ਕਿ ਇੱਕ ਹਵਾਲਾ ਉਸਕੇ ਉੱਪਰ 10 ਮਿੰਟ ਜਾਂ 15 ਮਿੰਟ ਬਾਤ ਕਰਨੀ ਹੈ, ਦੋ ਦੋ ਤਿੰਨ ਤਿੰਨ ਟਰਨੇ ਰੱਖ ਲੈਂਗੇ, ਜਿਤਨੀ ਬਾਤ ਹੋਈ ਕੌਣ ਸੁਣਨੇਗੀ, ਆਗੇ ਹਮ ਅਗਲਾ ਹਵਾਲਾ ਪੇਸ਼ ਠੀਕ ਹੋਗੇ, ਠੀਕ ਹੋ ਗਿਆ, ਐਸੇ ਕਰ ਲੈਂਗੇ। ਮੈਂ ਟਾਈਮ ਫਿਕਸ ਕਰ ਲੂੰ ਫੁਰਕਾਨ ਸਾਹਿਬ ਸੇ, ਤਾਂ ਫਿਰ ਇਨਸ਼ਾ ਅੱਲਾਹ ਤਾਲਾ ਆਪਕੋ ਟਾਈਮ ਬਤਾਉਂਗਾ ਤੋ ਆਪਨੇ ਆ ਜਾਣਾ। ਬਰਾੜ ਹੋ ਗਈ ਰੂਹਾਨੀ ਖਜ਼ਾਇਨ ਵਾਲੀ, ਠੀਕ ਹੈ, ਔਰ ਮੋਡੀਏਟਰ ਆਪਕਾ ਉਸ ਟਾਈਮ ਤੱਕ ਇੱਕ ਬੰਦਾ ਹੋਗਾ। ਉਹ ਹੋਰ ਬੜੀ ਗੁਸਤਾਖੀ ਹੈ ਕੀ ਹੋਈ, ਮੈਂ ਤਾਂ ਹੀ ਕਹਿ ਰਿਹਾ ਉਹ ਬੜਾ ਗੁਸਤਾਖ ਹੈ, ਮੈਂ ਉਹਨੂੰ ਵੇਖਿਆ ਅਮਨ ਜੀ ਸਾਹਿਬ। ਮੈਂ ਤੇ ਆਖਿਆ ਕਿ ਤੁਹਾਡਾ ਇੱਕ ਬੰਦਾ ਜਿੰਨੀ ਦੇਰ ਤੁਸੀਂ ਡਿਬੇਟ ਕਰੋਗੇ ਇੱਕ ਬੰਦਾ ਮੋਡੀਏਟਰ ਵੀ ਬਣਵਾਵਾਂਗਾ ਮੈਂ, ਠੀਕ ਹੈ, ਜਿੰਨੀ ਦੇਰ ਤੁਸੀਂ ਡਿਬੇਟ ਕਰੋਗੇ ਮੈਂ ਔਰ ਮੇਰਾ ਇੱਕ ਰਿਕਾਰਡਿੰਗ ਕਰਕੇ ਲੈ ਉਸ ਤੁਹਾਨੂੰ ਜਵਾਬ ਤੁਹਾਨੂੰ ਮੁਤਮਿਨ ਕਰ ਲਾਂਗੇ। ਯਾਰ ਬੰਦਾ ਰੈਡੀ ਹੋਇਆ ਅਮਰ ਸਾਹਿਬ, ਜਾਣ ਦਿਓ ਸੁ ਕੀ ਹੋ ਗਿਆ ਸੁ, ਜਾਣ ਦਿਓ ਕੁਛ ਨਹੀਂ ਹੋ ਚੱਲਾ, ਜੇ ਕੋਈ ਹੋਏਗੀ ਗੱਲਬਾਤ ਵੇਖੋ। ਨਵੇਂ ਨਵੇਂ ਬੰਦੇ ਆ ਰਹੇ ਨੇ, ਨਵੇਂ ਬੰਦੇ ਬੰਦਿਆਂ ਨੂੰ ਤਾਰਫ ਹੋਣ ਦਿਓ ਫੁਰਕਾਨ ਦਾ। ਨਹੀਂ ਮੈਂ ਤਾਂ ਉਹਨੂੰ ਬੜਾ ਪੁਰਾਣਾ ਜਾਣਦਾ ਹਾਂ। ਹਾਂ ਤੇ ਮੈਂ ਤਾਂ ਹੀ ਆਖਣ ਡਿਆ ਉਸਮਾਨ ਅਲੀ ਸਾਹਿਬ ਨਵੇਂ ਨਵੇਂ ਆਏ ਨੇ, ਨਵੀਂ ਨਵੀਂ ਹਵਾ ਲੱਗੀ ਹੋਈ ਹੈ ਜਰਮਨ ਦੀ, ਤੇ ਇਹਨਾਂ ਨੂੰ ਫਰਕਾਨ ਦਾ ਸਾਹਮਣਾ ਕਰਨ ਦਿਓ ਇੱਕ ਵਾਰੀ। ਓਏ ਉਹਦੀ ਅਸੀਂ WhatsApp ਦੇ ਵਿੱਚ ਇੰਨੀ ਕੁ ਛਤਰੋਲ ਕੀਤੀ ਹੋਈ ਹੈ ਨਾ ਉਹਦੀ ਜਹਾਲਤਾਂ ਦੀ, ਕਿ ਤੇਰੀ ਸੋਚ ਹੋਣੀ ਹੈ 112, ਤੂੰ ਅਗਰ ਛਤਰੋਲ ਉਹ ਦੇਖ ਲਵੇ ਨਾ ਤੂੰ, ਜਿਹੜੀ ਉਹਨਾਂ ਨੂੰ ਅਸੀਂ ਗਰੁੱਪਾਂ 'ਚ ਵਾੜ ਵਾੜ ਕੇ ਕੀਤੀ ਹੈ ਹਵਾਲਿਆਂ ਦੇ ਨਾਲ, ਉਹ ਵਿਚਾਰੇ ਕੰਨਾਂ ਨੂੰ ਹੱਥ ਲਾਉਂਦੇ ਨੇ, ਬੜਾ ਅੱਛਾ ਕੀਤਾ, ਕੰਨਾਂ ਨੂੰ ਹੱਥ ਲਾਉਂਦੇ ਨੇ ਕਿ ਐਡਾ ਗੰਦ ਕਾਦੀਆਨੀਅਤ ਦੇ ਵਿੱਚ, ਤੋਂ ਕਹਿੰਦਾ ਮੈਂ ਨਬੀ ਨੂੰ ਗਾਲਾਂ ਕੱਢਾਂਗਾ, ਤੁਸੀਂ ਮਿਰਜ਼ਾ ਸਾਹਿਬ ਦੇ ਹਵਾਲੇ ਲਾਓਗੇ ਤੇ ਮੈਂ ਮੁਹੱਤਲ ਮੋਮਨੀ ਨੂੰ ਗਾਲਾਂ ਕੱਢਾਂਗਾ।
ਉਹ ਜਿਹੜੀਆਂ ਚੀਜ਼ਾਂ ਨੇ ਉਹ ਯੇ ਰਹਿਮਾਨ ਭਾਈ ਅਗਲੇ ਦਿਨ ਦਾ ਵਾਕਿਆ ਹੈ ਉਹਨੇ ਰਜ਼ੀ ਨੇ ਕੀ ਆਖਿਆ ਅਗਰ ਰਜ਼ੀ ਨੇ ਆਖਿਆ ਕਿ ਜਿਸ ਵੇਲੇ ਤੁਸੀਂ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੀ ਸਲਾਤ ਪੜ੍ਹਦੇ ਹੋ ਉਹ ਵੀ ਤੁਸੀਂ ਹੋਰ ਚੀਜ਼ ਹੋਰ ਤਰ੍ਹਾਂ ਪੇਸ਼ ਕਰ ਰਹੇ ਹੋ ਅਬਦੁੱਲਾ ਸਾਹਿਬ ਉਹ ਮੈਂ ਸਾਰੀ ਵੀਡੀਓ ਸੁਣੀ ਉਹ ਸਾਰੀ ਵੀਡੀਓ ਮੈਂ ਸੁਣੀ ਹੈ ਉਹ ਤੁਸੀਂ ਹੋਰ ਤਰ੍ਹਾਂ ਪੇਸ਼ ਕਰ ਰਹੇ ਹੋ ਲੇਕਿਨ ਚਲੋ ਠੀਕ ਹੋ ਤੁਹਾਡਾ ਹੱਕ ਬਣਦਾ ਤੁਸੀਂ ਜੋ ਨੇ ਆਖਿਆ ਉਹ ਹੀ ਸੁਣਾਇਆ ਗੱਲਾਂ ਚੇਂਜ ਕਰਕੇ ਵੀਡੀਓ ਦੋਵੇਂ ਮੌਜੂਦ ਹੈ ਕਰਨਾ ਚਾਹੁੰਦੇ ਹੋ ਤਾਂ ਕੋਈ ਮਸਲਾ ਨਹੀਂ ਬਹਰਹਾਲ ਗੱਲ ਮਕਾਸ਼ਰ ਉਸਮਾਨ ਉਹਨੇ ਹੁਣ ਟਾਈਮ ਫਿਕਸ ਉਹਨੇ ਆਪਣੀ ਗੱਲ ਨੂੰ ਰੱਦ ਵੀ ਨਹੀਂ ਕੀਤਾ ਦੂਸਰੀ ਆਡੀਓ ਚ ਉਹਨੇ ਆਪਣੀ ਗੱਲ ਨੂੰ ਰੱਦ ਵੀ ਨਹੀਂ ਕੀਤਾ ਜਿਹੜੀ ਉਹਨੇ ਕੋਈ ਨਹੀਂ ਹੋਈ ਉਸਾਤੀ ਬਿਆਨ ਦਿੱਤਾ ਉਹਨੇ ਆਖਿਆ ਗੱਲ ਸੁਣੋ ਨਾ ਉਹਨੇ ਆਖਿਆ ਕਿ ਯਾਰ ਉਹ ਸਾਬਕਾ ਕਾਦੀਆਨੀ ਸੀ ਉਹ ਪੁਰਾਣੀਆਂ ਗੱਲਾਂ ਨੇ ਛੱਡ ਦਿੱਤੀਆਂ ਤੇ ਸਾਬਕਾ ਕਾਦੀਆਨੀ ਵੀ ਅਗਰ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਤੇ ਸਲਾਤ ਪੜ੍ਹਦੇ ਤੇ ਕੀ ਅਸੀਂ ਆਖਾਂਗੇ ਤੇਰੇ ਸਾਡੇ ਦਿਲ ਨੂੰ ਦਰਦ ਹੁੰਦੀ ਹੈ ਖੰਡਿਆ ਕਿ ਉਹ ਗੱਲ ਕਲੀਅਰ ਜਿਸ ਵੇਲੇ ਮਾਰ ਪੈਂਦੀ ਹੈ ਚੋ ਪਾਸੋਂ ਪੈਂਦੀ ਨਵੀਂ ਵੀਡੀਓ ਬਣਾਏਗਾ ਨਾ ਉਹ ਕਲੀਅਰ ਕਰ ਦੇਗਾ ਡੀ ਪਾਕਿਸਤਾਨੀ ਤੇ ਚਲੋ ਸਹੀ ਹੈ ਠੀਕ ਹੈ ਜਜ਼ਾਕ ਅੱਲਾਹ ਬਹੁਤ